ਦਸ ਗੁਰ ਮੇਰੀ ਹੈ ਪਰਨਾ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਤੁਮ ਕਰੋ ਸਹਾਰ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਨ ਥਿਰ ਨਾਹੀ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਕਟੈ ਤਨ ਸ਼ੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਣ ਬਿਦ ਕੀ ਜੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਐ ਵਾਰੀ ਆਪੋ ਆਪਣੀ ਕੋਈ ਨਾ ਬੰਦ ਤੀਰ ਉਹ ਜੀ ਜੋ ਦਿਨ ਆਵੇ ਹਾਂ ਜੋ ਦਿਨ ਆਵੇ ਸੋ ਦਿਨ ਜਾਹੀ 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 ਕਰਨਾ ਤੂੰ ਰਹਿਣ ਫਿਰ ਨਾ ਆਈ
ਕਰਨਾ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਮਰਨਾ ਮੁੱਲਾ ਕਾਜੀ ਮਰਨਾ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਪ੍ਰਮਨਾ ਲੁੰਜਤ ਮੁੰਜਤ ਮੋਨ ਜਟਾ ਤਰ ਅੰਤ ਤਉ ਮਰਨਾ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪਰਕਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਦੂਰ ਗਵਨ ਸਿਰ ਉਪਰ ਮਰਨਾ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜੂ ਢਲ ਟੁੱਲ ਜੁੰਮਣ ਰੰਗ ਮਨ ਲੈ ਪਿਆਰਿਆ ਜਾਂ ਜੋਬਨ ਨਾ ਹੁਲਾ ਦਿਨ ਥੋੜੜੇ ਥੱਕੇ ਬਇਆ ਪੁਰਾਣਾ ਚੋਲਾ ਸੱਜਣ ਮੇਰੇ ਰੰਗੋਲੇ ਜਾਏ ਸੁੱਤੇ
ਜੀਰਾਣ ਹੰਪੀ ਵੰਜਾ ਡੁੰਮਣੀ ਰੋਵਾਂ ਚੀਣੀ ਬਾਣ ਕੀ ਨਾ ਸੁਨੇਈ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੈ ਸਾਹੁਰੇ ਨਿਤ ਨਾ ਪਈਆ ਹੋ ਸਭਨੀ ਸਾਹੁਰੇ ਵੰਜਣਾ ਸਭ ਮੁਕ ਲਾਵਣ ਹਾਰ ਦੂਰ ਗਮਨ ਸਿਰ ਉਪਰ ਮਰਨਾ ਹਮ ਆਦਮੀ ਹਾਂ ਇਕਦਮੀ ਸਿਰ ਉਪਰ ਮਰਨਾ ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਣਾ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਵਣ ਬਿਦ ਕੀ ਜੈ ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ ਜੈਸਾ ਸੁਪਨਾ ਰਹਿਣ ਕਾ ਤੈਸੋ ਇਹੋ ਸੰਸਾਰ ਕਿਆ ਤੂੰ ਸੋਇਆ ਜਾਗਿਆ ਨਾ ਜਗ ਤੈਂ ਜੀਵਨ ਜਗ ਸੱਚ ਕਰ ਜਾਣਾ ਉਹ ਜੀ ਜੋ ਦਿਨ ਆਵੈ ਸੋ ਦਿਨ ਜਾਹੀ 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 ਜੋ ਦਿਨ ਜਾਈ ਜੋ ਦਿਨ ਆਵੇ ਜੋ ਦਿਨ ਜਾਈ ਜੋ ਦਿਨ ਆਵੇ ਜੋ ਦਿਨ ਜਾਈ ਜੋ ਦਿਨ ਆਵੇ ਜੋ ਦਿਨ ਜਾਈ ਕਰਨਾ ਕੂਚ ਰਹਿਣ ਫਿਰ ਨਾਹੀ 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 ਕਰਨਾ
ਜਨ ਜਾਹੀ ਜੋ ਦਿਨ ਆਵੈ ਜੋ ਦਿਨ ਜਾਹੀ ਜਗ ਸੱਚ ਕਰ ਜਾਣਾ ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ ਸਭ ਘਟ ਪੀਤਰ ਹਾਟ ਚਲਾਵੈ ਕਰ ਬੰਦਗੀ ਛਾਡ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥ ਨ ਸਵਾਰਾ ਸਾਂਝ ਪਰੀ ਦਹ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਪਨ ਖਾਨੇ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਨ ਥਿਰ ਨਾਹੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਓ ਆਪਣੀ ਮਨ ਬਿਰਤੀ ਨੂੰ ਹੋਰ ਇਕਾਗਰ ਕਰੀਏ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਣ ਲਈ ਜੁੱਗ ਨੂੰ ਬਦਲਣ ਵਾਲੇ ਸਿੱਖੀ ਦੀ ਦੁਬਾਰਾ ਤੋਂ ਪੁਨਰਸਾਜਨਾ ਕਰਨ ਵਾਲੇ ਸਿੱਖੀ ਦੇ ਸੁੱਕੇ ਹੋਏ ਬਾਗ ਨੂੰ ਮੁੜ ਤੋਂ ਹਰਿਆਂ ਭਰਿਆਂ ਕਰਨ ਵਾਲੇ ਇੱਕ ਨਵੇਂ ਜੀਵਨ ਦੀ ਦਾਤ ਬਖਸ਼ਣ ਵਾਲੇ ਸਤਿਗੁਰੂ ਨੂੰ ਧੰਨ ਕਹੀਏ। ਸਭ ਇੱਕ ਵਾਰ ਬੜੇ ਪਿਆਰ ਨਾਲ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸੋ ਜਿਸ ਮਾਲਕ ਦੇ ਚਰਨਾਂ ਨਾਲ ਲੱਗ ਕੇ ਇਹ ਜੀਵਨ ਸਫਲਾ ਹੋਣਾ, ਭਵ ਸਾਗਰੋਂ ਪਾਰ ਜਾਣਾ, ਆਓ ਉਹਨਾਂ ਨੂੰ ਨਮਸਕਾਰ ਕਰਕੇ ਮੈਂ ਦੀਵਾਨ ਆਰੰਭ ਕਰਦਾ। ਸਭ ਇੱਕ ਵਾਰ ਬੜੇ ਪਿਆਰ ਨਾਲ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਗੁਰਮੁਖ ਪਿਆਰਿਓ, ਇਹ ਦੁਨੀਆ, ਇਹ ਸੰਸਾਰ ਜਿਹਦੇ ਵਿੱਚ ਸਤਿਗੁਰਾਂ ਨੇ ਇਸ ਗੱਲ ਨੂੰ ਬਾਰ ਬਾਰ ਵੱਖੋ ਵੱਖਰੇ ਪ੍ਰਮਾਣ ਦੇ ਕੇ ਅਤੇ ਬੜੇ ਜ਼ੋਰ ਨਾਲ ਇਹ ਗੱਲ ਆਖੀ ਹੈ, ਕਿਸੇ ਤਰੀਕੇ ਨਾਲ ਸਾਡੀ ਸਮਝ ਵਿੱਚ ਪੈ ਜਾਏ।
ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, ਕਦੇ ਪਾਣੀ ਦੇ ਕੰਢੇ ਜਾ ਕੇ ਪਾਣੀ ਦੇ ਬੁਲਬੁਲੇ ਵੱਲ ਵੇਖੀ, ਜਿਵੇਂ ਉਸ ਪਾਣੀ 'ਤੇ ਬਣੇ ਹੋਏ ਬੁਲਬੁਲੇ ਨੂੰ ਜਾਂ ਬੁਦਬਦੇ ਨੂੰ ਕੋਈ ਗਰੰਟੀ ਨਾਲ ਇਤਬਾਰ ਨਾਲ ਨਹੀਂ ਕਹਿ ਸਕਦਾ ਵੀ ਇਹ ਇੰਨਾ ਚਿਰ ਪਾਣੀ 'ਤੇ ਬਣਿਆ ਰਹੇਗਾ। ਨੌਵੇਂ ਪਾਤਸ਼ਾਹ ਕਹਿੰਦੇ ਤੇਰੇ ਸਰੀਰ ਦੀ ਵੀ ਉਹੀ ਹਾਲਤ ਸਮਝ ਲਈ, ਜੈਸੇ ਜਲ 'ਤੇ ਬੁਦਬਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਇੱਕ ਸ਼ਬਦ ਹੋਰ ਆਖਿਆ ਉਪਜੈ ਬਿਨਸੈ ਨੀਤ, ਪਾਣੀ 'ਤੇ ਬੁਲਬੁਲਾ ਉਪਜਦਾ ਵਾ ਅਤੇ ਬਿਨਸਦਾ ਵਾ, ਨਿਤ ਉਪਜਦਾ ਵਾ ਅਤੇ ਨਿਤ ਬਿਨਸਦਾ ਵਾ। ਇਹਦਾ ਮਤਲਬ ਇਹ ਆ ਕਿ ਤੂੰ ਕਈ ਵਾਰ ਦੁਨੀਆ 'ਤੇ ਆਇਆ, ਕਈ ਵਾਰ ਜਨਮ ਲਿਆ, ਕਈ ਵਾਰ ਤੇਰਾ ਜਾਣਾ ਹੋਇਆ। ਇਹ ਸੰਸਾਰ ਦੀ ਰਚਨਾ ਸਤਿਗੁਰ ਫਰਮਾਉਂਦੇ ਆ, ਪਾਣੀ ਦਾ ਬੁਲਬੁਲਾ ਇਕੱਲਾ ਮਿਟਦਾ ਨਹੀਂ, ਕਹਿੰਦੇ ਜਿਵੇਂ ਵਾਰ ਵਾਰ ਬਣਦਾ ਵਾ ਅਤੇ ਮਿਟਦਾ ਆ ਨਾ, ਇੱਦਾਂ ਮਨੁੱਖ ਦਾ ਜੀਵਨ ਇਹ ਜਿਹੜੀ ਸ਼ਰੰਖਲਾ ਗੁਰਮੁਖੋਂ ਬਣੀ ਹੋਈ ਏ, ਬਹੁਤ ਜਨਮਾਂ ਦੀ ਸਤਿਗੁਰਾਂ ਫਰਮਾਇਆ, ਕਈ ਜਨਮ ਬੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਅਸਲ ਵਿੱਚ ਕਹਿਣ ਦਾ ਭਾਵ ਇਹ ਹੈ ਕਿ ਸਰੀਰ ਦਾ ਮਿਟ ਜਾਣਾ ਗੁਰਮਤ ਅਨੁਸਾਰ ਮੌਤ ਨਹੀਂ ਹੁੰਦੀ। ਸਰੀਰ ਨੂੰ ਜਦੋਂ ਮੁੱਕ ਜਾਂਦਾ, ਸਰੀਰ ਸੰਸਕਾਰ ਕਰ ਦਿੰਦੇ ਹੈ, ਅਤੇ ਸਤਿਗੁਰ ਫਰਮਾਉਂਦੇ ਨੇ ਪੰਜਵੇਂ ਪਾਤਸ਼ਾਹ ਵੀ ਗੁਰਮਤ ਵਿੱਚ ਇਹਨੂੰ ਮੌਤ ਨਹੀਂ ਕਹਿੰਦੇ, ਗੁਰਮਤ ਦੇ ਅੰਦਰ ਮੌਤ ਕਿਸੇ ਹੋਰ ਚੀਜ਼ ਦਾ ਨਾਮ ਹੈ। ਸਤਿਗੁਰ ਫਰਮਾਉਂਦੇ ਨੇ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਮਹਾਰਾਜ ਕਹਿੰਦੇ ਮਰਦਾ ਨਹੀਂ ਕੁਝ ਵੀ, ਨਾ ਪਾਣੀ ਮਰਦਾ, ਨਾ ਹਵਾ ਮਰਦੀ, ਨਾ ਮਿੱਟੀ ਮਰਦੀ, ਨਾ ਅੱਗ ਮਰਦੀ, ਆਕਾਸ਼ ਨੇ ਤੇ ਕੀ ਮਰਨਾ। ਅਤੇ ਆਤਮਾ ਬਾਰੇ ਭਗਵਾਨ ਕ੍ਰਿਸ਼ਨ ਫਰਮਾਉਂਦੇ ਨੇ ਨੈਨਮ ਛਦੰਤੀ ਸ਼ਸਤਰਾਣੀ, ਨੈਨਮ ਦਹੰਤੀ ਪਾਵਕਾ, ਨਾ ਉਹਨੂੰ ਅੱਗ ਸਾੜਦੀ ਹੈ, ਨਾ ਪਾਣੀ ਡੋਬਦਾ। ਪੰਜਾਂ ਤੱਤਾਂ 'ਚੋਂ ਤੱਤ ਮਰਦੇ ਨਹੀਂ, ਤੱਤਾਂ 'ਚ ਵਲੀਨ ਹੋ ਜਾਂਦੇ ਨੇ, ਆਤਮਾ ਵੀ ਨਹੀਂ ਮਰਦੀ। ਸਤਿਗੁਰ ਫਰਮਾਉਂਦੇ ਨੇ ਮਰਿਆ ਨਹੀਂ ਕੋਈ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਕਹਿੰਦੇ ਚਲੇ ਗਿਆ, ਮਰਿਆ ਨਹੀਂ, ਚਲੇ ਗਿਆ। ਜਿਹਦੇ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਹਾਂ, ਹੁਣੇ ਅਰਦਾਸ ਹੋਏਗੀ ਕਿ ਮਹਾਰਾਜ ਵਿਛੜੀ ਰੂਹ ਨੂੰ ਆਪਣੇ ਚਰਣਾਂ 'ਚ ਨਿਵਾਸ ਬਖਸ਼ਿਓ। ਇਹਦਾ ਮਤਲਬ ਉਹ ਕਿਤੇ ਚਲੇ ਗਿਆ, ਮਰਿਆ ਨਹੀਂ ਕੋਈ। ਜੇ ਮਰ ਗਿਆ ਤਾਂ ਗੱਲ ਮੁੱਕ ਗਈ, ਪਾਠ ਕੀਤਾ ਜਾਂਦਾ, ਦਾਨ ਪੁੰਨ ਕੀਤਾ ਜਾਂਦਾ, ਭਜਨ ਸਿਮਰਨ ਬੰਦਗੀ ਕਥਾ ਕੀਰਤਨ ਅਤੇ ਅਰਦਾਸ ਇਹੋ ਕੀਤੀ ਜਾਂਦੀ ਹੈ ਕਿ ਇਹ ਸਾਰਾ ਮਹਾਤਮ ਮਹਾਰਾਜ ਵਿਛੜੀ ਰੂਹ ਨੂੰ ਮਿਲੇ। ਸਤਿਗੁਰ ਫਰਮਾਉਂਦੇ ਨੇ ਉਹ ਚਲੇ ਗਿਆ। ਆਪਾਂ ਵੀ ਸਾਰੇ ਗੁਰਮੁਖੋਂ ਜਾਣ ਵਾਸਤੇ ਆਏ ਹਾਂ, ਜਿੱਦਣ ਤੋਂ ਜਨਮ ਲੈ ਲਿਆ ਉਸੇ ਦਿਨ ਤੋਂ ਉਮਰ ਘਟਣੀ ਸ਼ੁਰੂ ਹੋ ਗਈ। ਇਸ ਵਾਸਤੇ ਬਾਣੀ 'ਚ ਸ਼ਬਦ ਆਇਆ ਕਿ ਜਿਵੇਂ ਘੜੇ ਤਿੜਕੇ ਦੇ ਵਿੱਚੋਂ ਇੱਕ ਇੱਕ ਬੂੰਦ ਕਰਕੇ ਪਾਣੀ
ਸਿਮਦਾ ਜਾਂਦਾ ਸਿਮਦਾ ਜਾਂਦਾ ਤੇ ਇੱਕ ਦਿਨ ਘੜਾ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਇੱਕ ਇੱਕ ਸਾਹ ਤੇਰਾ ਨਿਕਲਦਾ ਐਵੇਂ ਆ ਜਿਵੇਂ ਬੂੰਦ ਬੂੰਦ ਘੜੇ 'ਚੋਂ ਪਾਣੀ ਸਿਮਦਾ ਹੋਵੇ। ਛਿਨ ਛਿਨ ਅਹੁਦ ਬਿਹਾਤ ਹੈ ਫੂਟੈ ਘੱਟ ਜਿਉਂ ਪਾਣੀ। ਘੱਟ ਮੈਂ ਨੇ ਘੜਾ ਇੱਕ ਦਿਨ ਘੜਾ ਖਾਲੀ ਹੋ ਜਾਂਦਾ, ਇਹ ਸਰੀਰ ਦਾ ਘੜਾ ਖਾਲੀ ਹੋ ਜਾਂਦਾ। ਸਤਿਗੁਰ ਫਰਮਾਉਂਦੇ ਨੇ ਬਾਣੀ ਦੇ ਅੰਦਰ, ਹਰ ਹਰ ਜਨ ਦੋਈ ਇੱਕ ਹੈ ਬਿਵ ਵਿਚਾਰ ਕਿਛ ਨਾ ਹੈ। ਜਿੱਦਾਂ ਜਲ ਵਿੱਚੋਂ ਤਰੰਗ ਪੈਦਾ ਹੋਈ ਤੇ ਜਲ ਵਿੱਚ ਮਿਲ ਗਈ, ਇੱਦਾਂ ਗੁਰੂ ਦੇ ਪਿਆਰੇ ਗੁਰੂ ਦੇ ਸਿੱਖ ਗੁਰੂ ਦੇ ਚਰਣਾਂ 'ਚੋਂ ਆਉਂਦੇ ਨੇ ਤੇ ਗੁਰੂ ਦੇ ਚਰਣਾਂ ਵਿੱਚ ਹੀ ਗੁਰਮੁਖੋਂ ਚਲੇ ਜਾਂਦੇ ਆ। ਜਿਵੇਂ ਗੁਰੂ ਰਾਮ ਸਿੰਘ ਮਹਾਰਾਜ ਨੂੰ ਅਰਜ਼ ਕੀਤੀ ਸੂਬਾ ਸਾਹਿਬ ਸਿੰਘ ਨੇ ਹਰਿਦੁਆਰ ਬੈਠਿਆਂ, ਸੱਚੇ ਪਾਤਸ਼ਾਹ ਮੇਰੀ ਗਰੀਬ ਦੀ ਅਰਜ਼ ਹੈ, ਮੈਨੂੰ ਆਪਣੇ ਚਰਨਾਂ ਤੋਂ ਕਦੇ ਦੂਰ ਨਾ ਕਰਿਓ, ਵਿਛੋੜਾ ਨਾ ਪਵੇ। ਅਤੇ ਸਤਿਗੁਰਾਂ ਨੇ ਕੰਢ 'ਤੇ ਹੱਥ ਰੱਖ ਕੇ ਆਖਿਆ ਸੀ, ਸਾਹਿਬ ਸਿਆਂ ਤ੍ਰੇਤੇ ਯੁੱਗ ਵਿੱਚ ਵੀ ਤੂੰ ਇਹੋ ਹੀ ਅਰਜ਼ ਕੀਤੀ ਸੀ, ਤੇਰਾ ਨਾਮ ਉਦੋਂ ਅੰਗਦ ਸੀ, ਤੇਰੇ ਪਿਤਾ ਬਾਲੀ ਨੂੰ ਮੈਂ ਮਾਰਿਆ ਸੀ, ਮੈਂ ਤੈਨੂੰ ਉਦੋਂ ਦਾ ਹੀ ਆਪਣੇ ਨਾਲ ਲਈ ਆਉਣਾ, ਕਦੇ ਵੱਖਰਿਆਂ ਨਹੀਂ ਹੋਣ ਦਿੱਤਾ। ਜਿੱਦਾਂ ਬਾਣੀ 'ਚ ਮਹਾਰਾਜ ਫਰਮਾਉਂਦੇ ਨੇ, ਬਾਂਹ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ 'ਤੇ ਮਾਇਆ। ਸਤਿਗੁਰ ਆਪਣੇ ਸਿੱਖਾਂ ਨੂੰ ਕਦੇ ਦੂਰ ਨਹੀਂ ਜਾਣ ਦਿੰਦਾ। ਗੁਰੂ ਦੇ ਸਿੱਖਾਂ ਦਾ ਨਾਂ ਨਰਕਾਂ ਨਾਲ ਸੰਬੰਧ ਹੈ, ਨਾ ਸਵਰਗਾਂ ਨਾਲ ਕੋਈ ਲੈਣਾ ਦੇਣਾ, ਨਾ ਬੈਕੁੰਠ ਤੋਂ ਉਹਨਾਂ ਦੀ ਕੋਈ ਗਰਜ ਹੈ। ਗੁਰੂ ਦੇ ਪਿਆਰੇ ਸਿੱਖ ਗੁਰੂ ਦੇ ਚਰਨਾਂ 'ਚੋਂ ਆਉਂਦੇ ਨੇ ਅਤੇ ਗੁਰੂ ਦੇ ਚਰਨਾਂ 'ਚ ਚਲੇ ਜਾਂਦੇ ਆ। ਇਹ ਸਿੱਖੀ ਦਾ ਗੁਰਮੁਖੋ ਮਾਰਗ ਹੈ, ਇਹ ਸਿੱਖੀ ਦਾ ਪੈਂਡਾ ਹੈ, ਇਹ ਸਿੱਖੀ ਦਾ ਗੁਰਮੁਖੋ ਇਹ ਮੰਜ਼ਿਲ ਹੈ, ਸਮਝ ਲਓ ਕਿ ਸਿੱਖੀ ਦੀ, ਜਿਹੜਾ ਅਸੀਂ ਸਫ਼ਰ ਕਰਦੇ ਪਏ ਹਾਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਸਮਾ ਜਾਣਾ। ਇਹ ਸਰੀਰ ਦਾ ਭਾਂਡਾ ਹੈ, ਗਿਆਨ ਇਸੇ ਚੀਜ਼ ਨੂੰ ਕਹਿੰਦੇ ਆ। ਜਿਨ੍ਹਾਂ ਨੂੰ ਗਿਆਨ ਹੋ ਗਿਆ ਤੇ ਮੌਤ ਗੁਰਮੁਖੋਂ ਕੀ ਹੈ, ਇੱਕ ਤਾਂ ਮੌਤ ਤੁਹਾਡੇ ਸਾਰਿਆਂ ਦੇ ਸਾਹਮਣੇ ਜਿਹਦੇ ਤੋਂ ਅਸੀਂ ਵਾਕਿਫ ਹਾਂ, ਦੂਜੀ ਮੌਤ ਜਿਹਦੇ ਬਾਰੇ ਸਾਹਿਬ ਫਰਮਾਉਂਦੇ ਨੇ ਕਿ ਬੰਦਾ ਜਦੋਂ ਆਪਣੀ ਖੁਦੀ ਤਕੱਬਰ ਨੂੰ ਮਾਰ ਲੈਂਦਾ, ਹਉਮੈ ਨੂੰ ਮਾਰ ਲੈਂਦਾ, ਫਿਰ ਉਹਦਾ ਗੁਰੂ ਦੇ ਚਰਨਾਂ ਵਿੱਚੋਂ ਨਵਾਂ ਜਨਮ ਹੁੰਦਾ ਅਤੇ ਸਤਿਗੁਰ ਕੇ ਜਨਮੇ ਗਵਣ ਮਿਟਾਇਆ, ਉਹ ਜਨਮ ਹੁੰਦਾ ਗੁਰੂ ਨੂੰ ਮਿਲ ਕੇ ਆਤਮਕ ਤੌਰ 'ਤੇ। ਅਤੇ ਜਦੋਂ ਉਹ ਜਨਮ ਹੋ ਜਾਏ ਫਿਰ ਆਉਣਾ ਜਾਣਾ ਜੰਮਣਾ ਮਰਨਾ ਦੁਨੀਆ ਦਾ ਗੁਰਮੁਖੋਂ ਖਤਮ ਹੋ ਜਾਂਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਦੁਨੀਆ ਦੇ ਲੋਕ ਅਧੂਰੇ ਜੰਮਦੇ ਨੇ, ਅਧੂਰੇ ਮਰ ਜਾਂਦੇ ਆ। ਗੁਰਮੁਖੋ ਆਮ ਸ਼ਬਦ ਵਰਤਦੇ ਨੇ ਲੋਕ ਕਿ ਫਲਾਣਾ ਬੰਦਾ ਪੂਰਾ ਹੋ ਗਿਆ, ਅਸਲ ਵਿੱਚ ਪੂਰਾ ਉਹ ਹੁੰਦਾ ਜਿਹਨੂੰ ਪੂਰਾ ਸਤਿਗੁਰ ਮਿਲ ਜਾਏ। ਜਿਹੜਾ ਪੂਰੇ ਗੁਰੂ ਨੂੰ ਪ੍ਰਾਪਤ ਕਰ ਲੈ ਉਹ ਗੁਰਮੁਖੋ ਪੂਰਾ ਹੁੰਦਾ, ਨਹੀਂ ਤਾਂ ਉੱਦਾਂ ਪੂਰਿਆਂ ਨਹੀਂ ਹੋਇਆ ਜਾਂਦਾ। ਇਹ ਸਰੀਰ ਦੀ ਅਵਧੀ ਹੈ, ਉਮਰਾਂ ਹੈ। ਸਤਿਗੁਰ ਫਰਮਾਉਂਦੇ ਨੇ ਸੰਜੋਗ ਵਿਜੋਗ ਧੁਰੋਂ ਹੀ ਹੁਆ, ਜਿਹੜਾ ਸਾਡੇ ਪੁੱਤਰ ਭਰਾ ਭਤੀਜੇ ਇਹ ਰਿਸ਼ਤੇਦਾਰੀਆਂ ਗੁਰਮੁਖੋ ਸੰਜੋਗ ਧੁਰ ਤੋਂ ਲਿਖੇ ਕਰਮਾਂ ਦਾ ਸੰਜੋਗ ਹੁੰਦਾ ਅਤੇ ਜਿੰਨੀ ਲਿਖੀ ਹੁੰਦੀ ਹੈ ਇੱਕ ਦੂਜੇ ਦੇ ਨਾਲ
ਰਿਸ਼ਤੇਦਾਰੀ ਸਾਂਝ ਪ੍ਰੇਮ ਪਿਆਰ ਉਹ ਨਿਭਾ ਕੇ ਬੰਦਾ ਚਲੇ ਜਾਂਦਾ ਮੁਸਾਫਰਾਂ ਦੇ ਵਾਂਗੂ। ਇਸੇ ਕਰਕੇ ਬਾਣੀ ਵਿੱਚ ਬਾਰ ਬਾਰ ਸਤਿਗੁਰ ਫਰਮਾਉਂਦੇ ਨੇ ਕਿ ਇਸ ਦੁਨੀਆਂ ਦੀ ਸੱਚਾਈ ਨੂੰ ਸਮਝ ਤੂੰ ਸੱਜਣਾ, ਕਿਤੇ ਇਹਨੂੰ ਪਾਣੀ ਦਾ ਬੁਲਬੁਲਾ ਆਖਿਆ, ਕਿਤੇ ਸਤਿਗੁਰਾਂ ਨੇ ਇਹ ਬਚਨ ਕਹੇ ਨੇ ਕਿ ਜਿਵੇਂ ਰੁੱਖ 'ਤੇ ਪੰਛੀ ਬਹਿੰਦੇ ਆ ਨਾ, ਰੁੱਖ 'ਤੇ ਰਾਤ ਨੂੰ ਆਣ ਕੇ ਅਤੇ ਦਿਨੇ ਫਿਰ ਉਡਾਰੀਆਂ ਮਾਰ ਜਾਂਦੇ ਆ, ਇਸੇ ਤਰ੍ਹਾਂ ਆਪਾਂ ਇੱਕ ਪਰਿਵਾਰ ਵਿੱਚ ਐਵੇਂ ਆ ਜਿਵੇਂ ਰੁੱਖ 'ਤੇ ਇਕੱਠੇ ਪੰਛੀ ਬੈਠੇ ਹੁੰਦੇ ਆ, ਪਰਿਵਾਰ ਵਿੱਚ ਐਵੇਂ ਆ ਜਿਵੇਂ ਨਦੀ ਪਾਰ ਕਰਨ ਵਾਸਤੇ ਬੇੜੀ 'ਚ ਮੁਸਾਫਰ ਬਹਿੰਦੇ ਆ ਨਾ, ਅਤੇ ਜਦੋਂ ਅਗਲਾ ਕਿਨਾਰਾ ਆ ਜਾਏ ਤਾਂ ਮੁਸਾਫਰ ਆਪੋ ਆਪਣੇ ਘਰਾਂ ਨੂੰ ਤੁਰ ਪੈਂਦੇ ਆ। ਪਰਿਵਾਰ ਵੀ ਇੱਕ ਬੇੜੀ ਵਰਗਾ ਹੀ ਹੁੰਦਾ। ਆਪਾਂ ਮੁਸਾਫਰੀ ਦੇ ਵਿੱਚ ਹਾਂ ਅਤੇ ਜਿੰਨੀ ਜਿੰਨੀ ਗੁਰਮੁਖੋ ਉਮਰ ਲਿਖੀ ਹੈ, ਅਵਧੀ ਲਿਖੀ ਹੈ, ਸਾਡਾ ਜੀਵਨ ਜਿੰਨਾ ਜਿੰਨਾ ਕਰਮਾਂ ਦੇ ਅਨੁਸਾਰ ਸਾਨੂੰ ਮਿਲਿਆ, ਕੋਈ 10 ਸਾਲ ਦਾ, ਕੋਈ 20 ਸਾਲ ਦਾ, ਕੋਈ 50 ਸਾਲ ਦਾ, ਕੋਈ 100 ਸਾਲ ਦਾ, ਕਈ ਜਨਮ ਲੈਂਦੇ ਹੀ ਤੁਰ ਜਾਂਦੇ ਹੈ, ਕਈ ਮਾਤਾ ਦੇ ਗਰਭ 'ਚ ਹੀ ਪੂਰੇ ਹੋ ਜਾਂਦੇ ਆ, ਚੜ੍ਹਾਈ ਕਰ ਜਾਂਦੇ ਆ। ਇਹ ਉਮਰਾਂ ਗੁਰਮੁਖੋ ਅਵਧੀ ਹੈ, ਉਮਰਾਂ ਮਿਲੀ ਹੋਈ ਹੈ, ਜਿੰਨੀ ਭੋਗਣੀ ਹੈ। ਸਤਿਗੁਰ ਫਰਮਾਉਂਦੇ ਨੇ ਸੱਜਣਾ ਵੇਖ ਇਸ ਜ਼ਿੰਦਗੀ ਦੀ ਸੱਚਾਈ ਨੂੰ ਸਮਝ, ਪਰਾਨੀ ਨਾਰਾਇਣ ਸੁਧਲੇ ਹਾ, ਛਿਨ ਛਿਨ ਔਦ ਕਟ ਨਿਸਬਾਸਰ, ਬ੍ਰਿਥਾ ਜਾਤ ਹੈ ਦੇਹ, ਤਰਨਾ ਪੋ ਬਿਖੀਅਨ ਸਿਉ ਖੋਇਓ, ਬਾਲਪਨ ਅਗਿਆਨਾ, ਬਿਰਦ ਪਇਓ ਅਜੂ ਨਹਿ ਸਮਝੈ, ਕੌਣ ਕੁਮਤ ਉਰ ਜਾਣਾ, ਜਦੋਂ ਤੈਨੂੰ ਪਤਾ ਲੱਗ ਗਿਆ ਮੈਂ ਮੁਸਾਫਰ ਹਾਂ, ਇਸ ਦੁਨੀਆਂ ਤੋਂ ਜਾਣ ਵਾਸਤੇ ਆਇਆ, ਇਹਨੂੰ ਸਫਲਾ ਕਰਨ ਵਾਸਤੇ ਕੋਈ ਯਤਨ ਕਰ। ਪੰਜਵੇਂ ਪਾਤਸ਼ਾਹ ਫਰਮਾਇਆ ਸੱਜਣਾ ਜਨਮ ਬੜਾ ਅਮੁੱਲਾ ਮਿਲਿਆ ਹੈ। ਸਤਿਗੁਰ ਫਰਮਾਉਂਦੇ ਨੇ ਇੱਥੇ ਬੜੀ ਮੁਸ਼ਕਲ ਨਾਲ ਵਾਰੀ ਆਉਂਦੀ ਹੈ, ਉਹ ਜੀ ਖਾਟ ਚਲੋ ਹਰ ਲਾ, ਇਹਾਂ ਖਾਟ ਚਲੋ, ਖਾਟ ਚਲੋ ਹਰ ਲਾ, ਇਹਾਂ ਖਾਟ ਚਲੋ, ਖਾਟ ਚਲੋ ਹਰ ਲਾ, ਖਾਟ ਚਲੋ, ਖਾਟ ਚਲੋ ਹਰ ਲਾ, ਇਹਾਂ ਖਾਟ ਚਲੋ, ਖਾਟ ਚਲੋ ਹਰ ਲਾ, ਇਹਾਂ ਖਾਟ ਚਲੋ, ਖਾਟ ਚਲੋ ਹਰ ਲਾ, ਇਹਾਂ ਖਾਟ ਚਲੋ। ਆਗੈ ਬਸੰਤ ਸੁਹੇਲਾ, ਆਗੈ ਬਸੰਤ ਸੁਹੇਲਾ,
ਖਾਟ ਚਲੋ ਖਾਟ ਚਲੋ ਹਰ ਲਾ ਖਾਟ ਚਲੋ ਖਾਟ ਚਲੋ ਹਰ ਲਾ ਖਾਟ ਚਲੋ ਖਾਟ ਚਲੋ ਹਰ ਲਾ ਖਾਟ ਚਲੋ ਲਾਹੇ ਕਾਰਨ ਆਇਆ ਲਾਹੇ ਦੇ ਕਾਰਨ ਹੀ ਦੁਨੀਆਂ ਤੇ ਆਇਆ ਜਦੋਂ ਤੈਨੂੰ ਪਤਾ ਲੱਗ ਗਿਆ ਕਿ ਸਰੀਰ ਦੀ ਮੁਨਿਆਦ ਵੀ ਕੋਈ ਨਹੀਂ ਕੱਚੇ ਘੜੇ ਵਰਗਾ ਸੁਪਨੇ ਵਰਗਾ ਪਾਣੀ ਦੇ ਬੁਲਬਲੇ ਵਰਗਾ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਭਾਈ ਮਰਦਾਨੇ ਨੂੰ ਮਰਦਾਨਿਆਂ ਮੌਤ ਨੂੰ ਕਿੰਨੀ ਕੁ ਦੂਰ ਜਾਣਦਾ ਉਹ ਕਹਿੰਦਾ ਮਹਾਰਾਜ ਰਾਤ ਪਈ ਹੈ ਆਪਾਂ ਬੈਠੇ ਹਾਂ ਬਿਰਾਜਣ ਲੱਗੇ ਜੇ ਆਪ ਜੀ ਮੈਂ ਸੌਣ ਲੱਗੇ ਹਾਂ ਪਤਾ ਨਹੀਂ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ ਮੈਂ ਤਾਂ ਇੰਨਾ ਕੁ ਸਮਝਿਆ ਅਰਦਾਸ ਕਰਕੇ ਸੌਨਾ ਕਿ ਮਹਾਰਾਜ ਜਿੰਨੀ ਨਿਭੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਵਧੀਆ ਨਿਭੀ ਹੈ ਅਤੇ ਜਿਹੜਾ ਮੇਰਾ ਜੀਵਨ ਸੱਚੇ ਪਾਤਸ਼ਾਹ ਅੱਗੇ ਵੀ ਰਵੇ ਉਹ ਤੇਰੇ ਚਰਨਾਂ ਨਾਲ ਮੇਰੀ ਪ੍ਰੀਤੀ ਨਿਭ ਜਾਏ ਮੇਰੀ ਬਸ ਇਹੀ ਮੰਜ਼ਿਲ ਹੈ ਅਤੇ ਸਤਿਗੁਰਾਂ ਆਖਿਆ ਮਰਦਾਨਿਆ ਉਹ ਤਾਂ ਠੀਕ ਹੈ ਪਰ ਮੌਤ ਨੂੰ ਬੜੀ ਦੂਰ ਸਮਝਦਾ ਇੰਨੀ ਦੂਰ ਨਹੀਂ ਮੌਤ ਕਿ ਰਾਤ ਪਈ ਆ ਅਤੇ ਦਿਨ ਤੱਕ ਉਡੀਕ ਕਰੇ ਉਹ ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਅਤੇ ਮਹਾਰਾਜ ਨੇ ਸ਼ਬਦ ਉਚਾਰਿਆ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ ਦਮ ਆਇਆ ਤਾਂ ਗੁਰਮੁਖੋਂ ਆਦਮੀ ਹੈ ਦਮ ਨਹੀਂ ਆਇਆ ਤਾਂ ਉਹ ਮਿੱਟੀ ਦੀ ਢੇਰੀ ਹੈ ਇੰਨੀ ਕੁ ਹਸਤੀ ਹੈ ਇਸ ਸਰੀਰ ਦੀ ਸਤਿਗੁਰ ਨੂੰ ਮਿਲ ਕੇ ਮਹਾਰਾਜ ਕਹਿੰਦੇ ਜਨਮ ਸਵਾਰ ਜਿਹੜੇ ਤੇਰੇ ਕਰਨ ਵਾਲੇ ਕੰਮ ਆ ਉਹ ਕਰ ਕਿਸੇ ਨੇ ਕੋਈ ਵਪਾਰ ਕੀਤਾ ਕਿਸੇ ਨੇ ਕੋਈ ਵਪਾਰ ਕੀਤਾ ਪਰ ਗੁਰਮੁਖੋ ਆਹ ਅਸਲ ਸੱਚਾਈ ਹੈ ਜਿਹੜੀ ਹੁਣ ਅਸੀਂ ਗੱਲ ਕਰਨੀ ਹੈ ਸਤਿਗੁਰ ਕਹਿੰਦੇ ਨੇ ਕਿਨਹੀਂ ਬਣਜਿਆ ਕਾਂਸੀ ਤਾਂਬਾ ਕਿਨਹੀਂ ਲੌਂਗ ਸੁਪਾਰੀ ਆਪਾਂ ਸਾਰੇ ਹੀ ਵਿਹਾਰ ਕਰਦੇ ਹਾਂ ਕੰਮ ਕਾਰ ਕਰਦੇ ਹਾਂ ਇੱਕ ਜੀਵਨ ਦੇ ਨਿਰਵਾਹ ਵਾਸਤੇ ਜ਼ਰੂਰੀ ਹੈ ਜਿਵੇਂ ਸਰੀਰ ਦੀਆਂ ਗੁਰਮੁਖੋ ਲੋੜਾਂ ਜ਼ਰੂਰਤਾਂ ਨਾ 50-60 ਸਾਲ ਜਿੰਨੀ ਕੁ ਜ਼ਿੰਦਗੀ ਹੈ ਇੱਦਾਂ ਇੱਕ ਤਿੰਨ ਪ੍ਰਕਾਰ ਦੇ ਸਰੀਰ ਮੰਨੇ ਆ ਇੱਕ ਸਥੂਲ ਸਰੀਰ ਸੂਖਮ ਸਰੀਰ ਇੱਕ ਕਾਰਨ ਸਰੀਰ ਜਿਵੇਂ ਬਦਾਮ ਹੁੰਦਾ ਬਦਾਮ ਨੂੰ ਪੰਨੀਏ ਵਿੱਚੋਂ ਗਿਰੀ ਨਿਕਲਦੀ ਹੈ ਉਸ ਗਿਰੀ ਦੇ ਅੰਦਰ ਫਿਰ ਬਦਾਮ ਰੋਗਣ ਹੁੰਦਾ ਇਸੇ ਤਰ੍ਹਾਂ ਇੱਕ ਸਥੂਲ ਸੂਖਮ ਅਤੇ ਉਹਦੇ ਅੰਦਰ ਕਾਰਨ ਸਰੀਰ ਹੈ ਜਿਹਨੂੰ ਆਤਮਾ ਵੀ ਆਖਿਆ ਜਾਂਦਾ ਹੈ ਜਿਵੇਂ ਸਰੀਰ ਦੀਆਂ ਲੋੜਾਂ ਜ਼ਰੂਰਤਾਂ ਸਰੀਰ ਨੂੰ ਘਰ ਦੀ ਲੋੜ ਹੈ ਇਸ ਸਰੀਰ ਨੂੰ ਆਸਰੇ ਦੀ ਲੋੜ ਹੈ ਰੋਟੀ ਪਾਣੀ ਦੀ ਲੋੜ ਹੈ ਕਈ ਚੀਜ਼ਾਂ ਸਰੀਰ ਨਾਲ ਜੁੜੀਆਂ ਹੋਈਆਂ ਇੱਦਾਂ ਮਹਾਰਾਜ ਕਹਿੰਦੇ ਤੇਰੀ ਆਤਮਾ ਜਿਹੜੀ ਹੈ ਨਾ ਜਿਹੜੀ ਸਦੀਵੀ ਹੈ ਉਹਦੇ ਵਾਸਤੇ ਵੀ ਆਸਰੇ ਦੀ ਲੋੜ ਹੈ ਉਹ ਆਸਰਾ ਕਿਹੜਾ ਜੀ ਅਰੇ ਓਲਾ ਨਾਮਕਾ ਅਵਰ ਜੇ ਕਰਨ ਕਰਾਵਣੋ ਤਿੰਨ ਮੈਂ ਪਉ ਹੈ ਜਾਮਕਾ ਜਿਵੇਂ ਇਸ ਦੁਨੀਆਂ 'ਤੇ ਪੈਸੇ ਚੱਲਦੇ ਨੇ ਰੁਪਈਏ ਚੱਲਦੇ ਨੇ ਵੱਖੋ ਵੱਖਰੇ ਦੇਸ਼ਾਂ ਦੀ ਵੱਖੋ ਵੱਖਰੀ ਕਰੰਸੀ ਹੈ ਇਸੇ ਤਰ੍ਹਾਂ ਜਦੋਂ ਬੰਦਾ ਮਰ ਕੇ ਅੱਗੇ ਜਾਂਦਾ ਉੱਥੇ ਵੀ ਪੈਸੇ ਧਨ ਦੌਲਤ ਚਾਹੀਦੀ ਆ ਅਤੇ ਆਹ ਪੈਸੇ ਉੱਥੇ ਨਹੀਂ ਚੱਲਦੇ ਸਤਿਗੁਰੂ ਅਰਜਨ ਦੇਵ ਫਰਮਾਉਂਦੇ ਨੇ
ਉਹ ਜਿਹੜਾ ਮਾਰਗ ਹੈ ਜਿਹਦੇ 'ਤੇ ਮਰਨ ਤੋਂ ਬਾਅਦ ਜਿਹਦੇ 'ਤੇ ਜਾਣਾ, ਰਸਤੇ ਵਿੱਚ ਵੀ ਜਪਿਆ ਨਾਮ ਹੀ ਕੰਮ ਆਉਂਦਾ, ਨਾਮ ਹੀ ਆਸਰਾ ਦਿੰਦਾ, ਨਾਮ ਜਪਿਆ ਹੀ ਤੇਰੀ ਪੱਤ ਰੱਖਦਾ। ਏਕੋ ਨਿਹਚਲ ਨਾਮ ਧਨ, ਹੋਰ ਧਨ ਆਵੈ ਜਾਏ, ਇਸ ਧਨ ਕਉ ਤਸਕਰ ਜੋਹੇ ਨਾ ਸਕਈ, ਨਾ ਉਹ ਚੱਕਾ ਲੈ ਜਾਏ, ਇਹੋ ਹਰ ਧਨ ਜੀਐ ਸੇਤੀ ਰਮ ਰਹਿਆ, ਜੀਐ ਨਾ ਲੈ ਜਾਏ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਪੰਡਿਤ ਲੱਗੇ ਜਨੇਊ ਪਾਉਣ 'ਤੇ ਮਹਾਰਾਜ ਨੇ ਆਖਿਆ, ਰੁਕ ਜਾਓ ਪੰਡਿਤ ਜੀ, ਇਹਦਾ ਮਤਲਬ ਕੀ ਹੁੰਦਾ ਹੈ? ਉਹਨਾਂ ਆਖਿਆ, ਇੱਕ ਧਾਰਮਿਕ ਰਸਮ ਹੈ, ਧਰਮ ਬੰਦੇ ਲਈ ਜ਼ਰੂਰੀ ਹੈ। ਇਸ ਆਤਮੇ ਦੇ ਵਾਸਤੇ ਜਿਹੜਾ ਧਰਮ ਆ ਨਾ, ਉਹ ਅਵਸ਼ਕ ਹੈ। ਅਤੇ ਸਤਿਗੁਰਾਂ ਆਖਿਆ, ਧਰਮ ਆਤਮਾ ਲਈ ਜ਼ਰੂਰੀ ਹੈ, ਅਤੇ ਜਨੇਊ ਮੇਰੇ ਸਰੀਰ ਵਿੱਚ ਦੇ ਗਲ ਤੁਸੀਂ ਪਾਉਣ ਲੱਗੇ ਜੇ, ਆਤਮਾ ਤੱਕ ਤਾਂ ਇਹਨੇ ਪਹੁੰਚਣਾ ਹੀ ਨਹੀਂ। ਜਦੋਂ ਮੈਂ ਮਰ ਜਾਵਾਂਗਾ ਨਾਲ ਸੜ ਜਾਏਗਾ, ਜਦੋਂ ਸੜ ਗਿਆ। ਕੋਈ ਇੱਦਾਂ ਦਾ ਧਰਮ ਦੱਸੋ ਜਿਹੜਾ ਮਰ ਵੀ ਜਾਵਾਂ ਅਤੇ ਬਾਅਦ ਵਿੱਚ ਵੀ ਮੇਰੇ ਨਾਲ ਰਵੇ, ਵਿਛੜੇ ਨਾ। ਉਹਨਾਂ ਆਖਿਆ, ਜੀ ਉਹਦਾ ਨਹੀਂ ਪਤਾ। ਸਤਿਗੁਰ ਕਹਿੰਦੇ, ਉਹ ਜਨੇਊ ਪਾਓ ਜੇ ਪਾਉਣਾ। ਬੜੀ ਵੱਡੀ ਗੁਰਮੁਖੋ ਗੱਲ ਸਤਿਗੁਰਾਂ ਆਖੀ, ਜਿਹੜੀ ਉਦੋਂ ਵੀ ਸਾਰਥਕ ਸੀ ਅਤੇ ਅੱਜ ਵੀ ਸਾਰਥਕ ਹੈ। ਮਹਾਰਾਜ ਨੇ ਆਖਿਆ, ਜਿਹਦੇ ਮਨ ਵਿੱਚ ਦਇਆ ਆ ਗਈ, ਅਸਲੀ ਧਰਮੀ ਉਹ ਹੈ ਜਿਹਦੇ ਮਨ ਵਿੱਚ ਖਿਮਾ ਆ ਗਈ, ਜਤ ਆ ਗਿਆ, ਸਤ ਆ ਗਿਆ। ਅਸਲ ਵਿੱਚ ਉਹਨੇ ਅਸਲੀ ਸੱਚਾ ਜਨੇਊ ਪਾਇਆ ਹੋਇਆ। ਅਤੇ ਬੰਦਾ ਮਰ ਕੇ ਵੀ ਜਿੱਥੇ ਮਰਜ਼ੀ ਚਲਿਆ ਜਾਵੇ, ਨਾ ਇਹ ਟੁੱਟੈ ਨਾ ਮਲ ਲੱਗਾ, ਨਾ ਇਹ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ, ਉਹ ਬੰਦੇ ਧਨ ਨੇ ਜਿਨ੍ਹਾਂ ਨੇ ਉਹ ਸੱਚਾ ਜਨੇਊ, ਧਰਮ ਦਾ ਜਨੇਊ ਆਤਮਾ ਦੇ ਗਲ ਪਾ ਲਿਆ। ਗੁਰਮੁਖ ਪਿਆਰੇ, ਉਹ ਦੇਖੋ, ਧਰਮ ਜਿਹੜਾ ਆਤਮਾ ਵਾਸਤੇ ਹੀ ਹੁੰਦਾ, ਆਤਮਾ ਲਈ ਮਰਨ ਤੋਂ ਬਾਅਦ ਦੇ ਸਫ਼ਰ ਦੇ ਵਾਸਤੇ ਹੀ ਹੁੰਦਾ। ਜਿਹਨੂੰ ਪੰਜਵੇਂ ਪਾਤਸ਼ਾਹ ਲਾਹਾ ਆਖ ਰਹੇ ਨੇ ਕਿ ਇੱਥੋਂ ਲਾਹਾ ਖੱਟ ਕੇ ਜਾ। ਜਿਹੜੇ ਬੰਦੇ ਨੇ ਇੱਥੋਂ ਦਇਆ ਕਮਾਈ, ਜਿਹੜੇ ਬੰਦੇ ਦੇ ਮਨ 'ਚ ਖਿਮਾ ਆ ਗਈ, ਜਿਹੜਾ ਬੰਦਾ ਧਰਮ ਦੇ ਮਾਰਗ 'ਤੇ ਤੁਰ ਪਿਆ, ਗੁਰਮੁਖੋ ਉਹਦਾ ਅਗਲਾ ਰਸਤਾ ਸਾਫ਼ ਹੋ ਗਿਆ। ਉਹ ਬੇਪਰਵਾਹੀ ਦੇ ਨਾਲ ਸੁਰਖਰੂ ਹੋ ਕੇ ਇਸ ਦੁਨੀਆਂ ਤੋਂ ਜਾ ਸਕਦਾ। ਇਹੀ ਜੀਵਨ ਦੀ ਸੱਚਾਈ ਹੈ। ਤੇ ਇਹ ਗੱਲ ਗੁਰੂ ਤੋਂ ਬਿਨਾਂ ਨਹੀਂ ਬਣਦੀ। ਸਭ ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਮੇਰੇ ਸਾਹਮਣੇ ਗੁਰਮੁਖੋ ਇਤਿਹਾਸ ਤੇ ਇੰਨਾ ਕੁ ਵੱਡਾ ਕਿ ਜਿਹਦੀ ਆਪਾਂ ਗੱਲ ਕਰ ਹੀ ਨਹੀਂ ਸਕਦੇ, ਪਰ ਜਿੰਨਾ ਕੁ ਗੁਰਮੁਖੋ ਬਾਲ ਸ਼ਕਤੀ ਜਾਂ ਸ਼ਬਦਾਂ ਦੀ ਪਹੁੰਚ ਹੈ। ਇੱਕ ਬੰਦਾ ਜਿਹਨੂੰ ਰੱਬ ਸੋਝੀ ਦੈ, ਅੱਧੀ ਕੁ ਉਮਰ ਲੰਘ ਗਈ, ਦਾੜੀ 'ਚ ਧੌਲੇ ਆ ਗਏ ਅੱਧੇ ਕੁ, ਐਦਾਂ ਤੱਕੜੀ ਹੱਥ ਵਿੱਚ ਫੜੀ ਹੋਈ ਸੀ ਅਤੇ ਇੱਕ ਬੰਨੇ ਪਸੇਰੀ ਰੱਖੀ ਹੈ, ਜੁੱਤੀ ਆ ਉਹ ਪਰੇ ਲਾ ਕੇ ਅਤੇ ਦਾਣੇ ਤੋਲਣ ਲੱਗਾ। ਇੱਕ ਤੱਕੜੀ ਪਾਈ, ਦੋ ਤੱਕੜੀਆਂ ਪਾਈਆਂ, ਚਾਰ ਪਾਈਆਂ, ਅਤੇ ਬੰਦੇ ਦੀ ਜਿੱਦਾਂ ਦੀ ਮਨੋਬਿਰਤੀ ਹੋਵੇ ਉੱਦਾਂ ਦੇ ਹੀ ਉਹਦੇ ਅੰਦਰ ਵਿਚਾਰ ਚੱਲਦੇ ਨੇ। ਤੋਲਦਿਆਂ ਤੋਲਦਿਆਂ ਮਨ 'ਚ ਖਿਆਲ ਆਇਆ, ਉਹ ਦਾਣੇ ਤੋਲੀ ਜਾਂਦਾ, ਕਦੇ ਕਰਮਾਂ ਦਾ ਲੇਖਾ ਜੋਖਾ ਨਹੀਂ ਤੂੰ ਕੀਤਾ। ਵੇਖ ਉਮਰ ਤੇਰੀ ਬੀਤ ਗਈ, ਅੱਧੀ ਲੰਘ ਗਈ, ਪਤਾ ਨਹੀਂ ਕਿੰਨੀ ਕੁ ਬਾਕੀ ਹੈ ਜਾਂ ਨਹੀਂ ਬਾਕੀ। ਬਾਬਾ ਫਰੀਦ ਜੀ ਨੇ ਜਿਹੜਾ ਸ਼ਬਦ ਹੀ ਉਚਾਰਿਆ, ਕਿ ਬੇੜਾ ਬੰਦ ਨਾ ਸਕਿਓ ਬੰਧਨ
ਮਰਨ ਕੀ ਬੇਲਾ ਭਾਉ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਇਕ ਸੁੰਬੜੈ ਜਲ ਜਾਸੀ ਢੋਲਾ ਦੁੱਧਾ ਥਨੀ ਨਾ ਆਵਾਈ ਫਿਰ ਹੋਏ ਨਾ ਮੇਲਾ ਕਹਾਂ ਫਰੀਦ ਸਹੇਲੀਓ ਸਹੋਂ ਅਲਾਏ ਸੀ ਹੰਸ ਚੱਲ ਸੀ ਡੁੰਮਣਾ ਇਹ ਉਹ ਤਨ ਢੇਰੀ ਥੀ ਸੀ ਜਦੋਂ ਤੇਰਾ ਵੇਲਾ ਸੀ ਇਸ ਵਿਹੜੇ ਨੂੰ ਬੰਨਣ ਦਾ ਭਵ ਸਾਗਰ ਨੂੰ ਤਰਨ ਦਾ ਤੇਰੇ ਕੋ ਬੰਨਿਆ ਨਾ ਗਿਆ ਜਿਵੇਂ ਵਿਹੜੇ ਪਹਿਲਾਂ ਬਣਦੇ ਸੀ ਲੱਕੜ ਕੋਈ ਲੋਹਾ ਕੋਈ ਕਿੱਲ ਕਾਂਟਾ ਲੱਗ ਕੇ ਫੱਟੇ ਜੋੜ ਕੇ ਵਿਹੜੇ ਬਣ ਜਾਂਦੇ ਸਨ ਬਾਬਾ ਫਰੀਦ ਜੀ ਕਹਿੰਦੇ ਭਵ ਸਾਗਰ ਨੂੰ ਤਰਨ ਲਈ ਵੀ ਇੱਕ ਵਿਹੜਾ ਬਣਾਉਣਾ ਸੀ ਪਰ ਇਹ ਨਹੀਂ ਦੱਸਿਆ ਵੀ ਕਿਹੜਾ ਵਿਹੜਾ ਬਣਾਉਣਾ ਕਾਹਦਾ ਬਣਨਾ ਕਿੱਦਾਂ ਬਣਨਾ ਬਸ ਇੰਨੀ ਗੱਲ ਕਹੀ ਕਿ ਵਿਹੜਾ ਬਣਾਉਣਾ ਸੀ ਤੇਰੇ ਕੋ ਬਣਾਇਆ ਨਾ ਗਿਆ ਅਤੇ ਗੁਰੂ ਨਾਨਕ ਨੇ ਇਹਦਾ ਉੱਤਰ ਦਿੱਤਾ ਕਿ ਕਿਹੜਾ ਵਿਹੜਾ ਬਣਾਉਣਾ ਉਹ ਕਹਿੰਦੇ ਜਪ ਤਪ ਕਾ ਬੰਦ ਬੇੜਲਾ ਜਿੱਤ ਲੰਘਾ ਵਹੇਲਾ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ ਸੱਜਣਾ ਜਪ ਤਪ ਦਾ ਬੇੜਾ ਬੰਨ ਲੈ ਤੂੰ ਪਾਰ ਹੋ ਜਾਏਗਾ ਜਪ ਤਪ ਦਾ ਬੇੜਾ ਸਿਮਰਨ ਕਰ ਭਜਨ ਕਰ ਬੰਦਗੀ ਕਰ ਬਾਬਾ ਬੁੱਢਾ ਸਿੰਘ ਤੱਕੜੀ ਨਾ ਦਾਣੇ ਤੋਲੀ ਜਾਂਦਾ ਹੈ ਮਨ 'ਚ ਵੈਰਾਗ ਆ ਗਿਆ ਅੱਖਾਂ 'ਚ ਪਾਣੀ ਆ ਗਿਆ ਕਹਿੰਦੇ ਨੇ ਕਿ ਗੁਰੂ ਹੁੰਦਾ ਅਤੇ ਗੁਰੂ ਨੂੰ ਮਿਲ ਕੇ ਜਨਮ ਸਫਲਾ ਹੁੰਦਾ ਹੈ ਮੈਨੂੰ ਤਾਂ ਕੋਈ ਗੁਰੂ ਵੀ ਨਾ ਮਿਲਿਆ ਭਾਗਾਂ ਵਾਲੇ ਹੋ ਗੁਰਮੁਖੋ ਤੁਹਾਨੂੰ ਗੁਰੂ ਦੀ ਪ੍ਰਾਪਤੀ ਹੋਈ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭਗਤ ਕਬੀਰ ਜੀ ਫਰਮਾਉਂਦੇ ਨੇ ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ ਕਰਮਾਂ ਦੀ ਕਹਾਣੀ ਕੋਲੂ ਚੱਲਦਾ ਪਿਆ ਪਰ ਕਹਿੰਦੇ ਮੈਨੂੰ ਗੁਰੂ ਨੇ ਛਡਾ ਲਿਆ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਹੈ ਆਏ ਬਾਬੇ ਬੁੱਢੇ ਦੇ ਮਨ 'ਚ ਵੈਰਾਗ ਆਇਆ ਅੱਖਾਂ 'ਚ ਪਾਣੀ ਆਇਆ ਰੋ ਪਿਆ ਮਾਲਕਾ ਮੁਸਾਫਰਾਂ ਵਾਂਗੂ ਆਏ ਹਾਂ ਇੱਥੋਂ ਤੁਰ ਜਾਣਾ ਸੰਸਾਰ ਤੋਂ ਮੈਨੂੰ ਗੁਰੂ ਨਾ ਮਿਲਿਆ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ ਓਏ ਮਨਾ ਇੱਦਾਂ ਵਿਅਰਥ ਹੀ ਜਨਮ ਗਵਾ ਚੱਲਿਆ ਸੰਸਾਰ 'ਤੇ ਆਇਆ ਬਾਬਾ ਫਰੀਦ ਜੀ ਫਰਮਾਉਂਦੇ ਨੇ ਫਰੀਦਾ ਪੰਖ ਸੁਹਾਵਣੀ ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ ਉਹ ਕਹਿੰਦੇ ਨਹੀਂ ਤੇਰਾ ਦੇ ਮਨਾ ਪਰਦੇਸੀਆ ਪਰਦੇਸੀਆ ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ
ਪਰਦੇਸੀਆ ਏਨੂ ਤੇਰਾ ਦੇ ਮਨਾ ਪਰਦੇਸੀਆ 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 ਇਹ ਨਹੀਂ ਤੇਰਾ ਦੇ ਮਨਾ ਪਰਦੇਸੀਆ ਪਰਦੇਸੀਆ ਸੱਜਣਾ ਤੇਰਾ ਦੇਸ਼ ਨਹੀਂ ਹੈਗਾ ਤੂੰ ਪਰਦੇਸੀਆਂ ਦੇ ਵਾਂਗੂ ਇਸ ਦੁਨੀਆਂ ਤੇ ਸੰਸਾਰ ਦੇ ਉੱਤੇ ਆਇਆ ਜਦੋਂ ਮਨ 'ਚ ਵੈਰਾਗ ਆਇਆ ਐਦਾਂ ਜਦੋਂ ਗੁਰੂ ਕਿਰਪਾ ਸਤਿਗੁਰ ਕਰਦਾ ਇੱਕ ਹਵਾ ਦਾ ਵਾਹ ਵਰੋਲਾ ਲਾਗੇ ਆਇਆ ਆਵਾਜ਼ ਆਈ ਜੇ ਜਨਮ ਸਫਲਾ ਕਰਨਾ ਹੀ ਤੇ ਭੈਣੀ ਸਾਹਿਬ ਆ ਜਾ ਅਗੰਮੀ ਆਵਾਜ਼ ਦਰਸ਼ਨ ਨਹੀਂ ਹੋਇਆ ਕਹਿੰਦੇ ਉਸ ਵਾਹ ਵਰੋਲੇ ਦੇ ਮਗਰ ਮਗਰ ਤੁਰ ਪਏ ਅੰਮ੍ਰਿਤਸਰ ਜ਼ਿਲ੍ਹਾ ਪਿੰਡ ਵਾਂ ਤੋਂ ਬਾਬਾ ਬੁੱਢਾ ਸਿੰਘ ਰਾਹ 'ਚ ਦਰਿਆ ਵੀ ਆਏ ਪਤਾ ਹੀ ਨਹੀਂ ਲੱਗਾ ਮਗਰ ਮਗਰ ਤੁਰਦੇ ਤੁਰਦੇ ਹੀਰਾ ਪਿੰਡ ਕੋਲ ਆ ਗਏ ਇੱਥੇ ਵਾਹ ਵਰੋਲਾ ਖਤਮ ਹੋ ਗਿਆ ਅੱਗੋਂ ਕਿਸੇ ਨੂੰ ਪੁੱਛਿਆ ਮੈਂ ਭੈਣੀ ਸਾਹਿਬ ਜਾਣਾ ਉਹਨਾਂ ਆਖਿਆ ਉਹ ਸਾਹਮਣੇ ਪਿੰਡ ਅਗਲਾ ਭੈਣੀ ਸਾਹਿਬ ਹੀ ਹੈ ਭੈਣੀ ਸਾਹਿਬ ਆਏ ਆਉਂਦਿਆਂ ਗੁਰੂ ਰਾਮ ਸਿੰਘ ਮਹਾਰਾਜ ਪੈਰਾਂ 'ਚ ਪਊਏ ਚਿੱਟੀ ਦਸਤਾਰ ਦਸਤਾਰ 'ਚ ਖੰਡਾ ਸੋਭਦਾ ਹੱਥ 'ਚ ਮਾਲਾ ਦੂਜੇ ਹੱਥ ਗੜਵਾ ਲਾਟੋਂ ਵਾਲੀ ਤਰਫ ਗਰੀਬ ਨਵਾਜ ਜਾ ਰਹੇ ਸਨ ਬਾਬਾ ਬੁੱਢਾ ਸਿੰਘ ਉਹਨਾਂ ਨੂੰ ਹੀ ਪੁੱਛਦੇ ਨੇ ਮੈਂ ਰਾਮ ਸਿੰਘ ਨੂੰ ਮਿਲਣਾ ਸਤਿਗੁਰਾਂ ਆਖਿਆ ਹਾਂ ਪਿੰਡ ਵਿੱਚ ਹੈਗਾ ਇੱਕ ਉਹ ਜ਼ਿਮੀਂਦਾਰ ਸੀ ਬਾਬਾ ਬੁੱਢਾ ਸਿੰਘ ਅੱਗੇ ਲੰਘ ਗਏ ਪਿੰਡ ਵਿੱਚ ਗਏ ਉਹਨਾਂ ਆਖਿਆ ਇਹ ਤੇ ਉਹ ਨਹੀਂ ਲੱਗਦੇ ਜਿਨ੍ਹਾਂ ਨੂੰ ਮੈਂ ਮਿਲਣ ਆਇਆ ਕਹਿੰਦੇ ਹੋਰ ਵੀ ਕੋਈ ਹੈਗਾ ਰਾਮ ਸਿੰਘ ਕਹਿੰਦੇ ਹੈ ਇੱਕ ਦੀਵਾਨਾ ਮਸਤਾਨਾ ਬਾਬਾ ਬੁੱਢੇ ਸਿੰਘ ਦੇ ਮਨ 'ਚ ਸੱਟ ਵੱਜੀ ਉਹ ਤੇ ਮੈਨੂੰ ਆਪ ਅੱਗੋਂ ਲੈਣ ਆਇਆ ਸੀ ਗਏ ਲੱਭਦੇ ਲੱਭਦੇ ਲਾਟੋਂ ਪਿੰਡ ਦੀ ਟੱਕੀ 'ਤੇ ਸਤਿਗੁਰ ਬੈਠੇ ਹੋਏ ਸਨ ਚੌਂਕੜਾ ਮਾਰ ਕੇ ਗੁਰਮੁਖੋ ਚਰਨਾਂ 'ਤੇ ਡਿੱਗ ਪਏ ਸੱਚੇ ਪਾਤਸ਼ਾਹ ਬੜੇ ਜਨਮਾਂ ਦਾ ਭੁੱਲਿਆ ਹੋਇਆ ਗਰੀਬ ਨਵਾਜ ਬੜੇ ਜਨਮਾਂ ਦਾ ਵਿਛੜਿਆ ਹੋਇਆ ਉਹ ਜੀ ਬਹੁਤ ਜਨਮ ਵਿਛੜੇ ਥੇ ਮਾਦੋ ਬਹੁਤ ਜਨਮ ਵਿਛੜੇ ਥੇ ਮਾਦੋ ਜਨਮ ਤੁਮਾਰੇ ਲੇਖੇ ਬਹੁਤ ਜਨਮ ਵਿਛੜੇ ਥੇ ਮਾਦੋ ਜਨਮ ਤੁਮਾਰੇ ਲੇਖੇ ਬਹੁਤ ਮਾਰੇ
ਜਨਮ ਤੁਮਾਰੇ ਲੇਖੇ ਬਹੁਤ ਜਨਮ ਪਿਛੜੇ ਤੇ ਮਾਦੋ ਜਨਮ ਤੁਮਾਰੇ ਲੇਖੇ ਬਹੁਤ ਪਿਛੜੇ ਤੇ ਮਾਦੋ ਜਨਮ ਤੁਮਾਰੇ ਲੇਖੇ ਬਹੁਤ ਜਨਮ ਪਿਛੜੇ ਤੇ ਮਾਦੋ ਜਨਮ ਤੁਮਾਰੇ ਲੇਖੇ ਭਾਗਾਂ ਵਾਲਾ ਸਮਾਂ ਜਦੋਂ ਗੁਰੂ ਦੇ ਲੇਖੇ ਸਿੱਖ ਆਪਣਾ ਜਨਮ ਲਾਦਾ ਗੁਰੂ ਨੂੰ ਮਿਲ ਕੇ ਗੁਰਮੁਖੋਂ ਜਾਗ੍ਰਿਤੀ ਆਉਂਦੀ ਹੈ। ਜਾਗ੍ਰਿਤੀ ਸਤਿਗੁਰ ਫਰਮਾਉਂਦੇ ਨੇ ਤੀਜੇ ਪਾਤਸ਼ਾਹ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ। ਦੁਨੀਆ ਸੁੱਤੀ ਹੋਈ ਆ ਤੇ ਸੁੱਤਾ ਹੀ ਬੰਦਾ ਜਨਮ ਲੈਂਦਾ ਕਈ ਵਾਰ ਤੇ ਸੁੱਤਾ ਮਰ ਜਾਂਦਾ ਹੈ। ਪੰਜਵੇਂ ਪਾਤਸ਼ਾਹ ਪਰਮਾਉਂਦੇ ਜ਼ਰੂਰੀ ਨਹੀਂ ਤੂੰ ਜਾਗਦਾ ਤੁਰਿਆ ਫਿਰਦਾ ਗੱਲਾਂ ਕਰਦਾ ਤੂੰ ਜਾਗਦਾ ਹੋਵੇਂ। ਸਤਿਗੁਰ ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਵਣ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠਾ ਸਾਧ ਮਨ ਸੋਇਆ ਮਾਇਆ ਬਿਸਮਾਦ। ਤੇਰੀਆਂ ਅੱਖਾਂ ਵੀ ਸੁੱਤੀਆਂ ਕੰਨ ਵੀ ਸੁੱਤੇ ਨੇ ਮਨ ਵੀ ਦੁਨੀਆਂ ਦੇ ਅਸ਼ਚਰਜ ਵਿਸਮਾਦਿਤ ਕੌਦਕ ਵੇਖ ਕੇ ਸੁੱਤਾ ਪਿਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਕੋਈ ਕਰਮਾਂ ਦੇ ਨਾਲ ਗੁਰਮੁਖੋ ਜਾਗਦਾ। ਸਤਿਗੁਰ ਸੇਵਨ ਜਾਗਨ ਸੇ ਜੋ ਰਤੇ ਸੱਚ ਨਾਮ ਗੁਣਤਾਸ ਜਾਗਦੇ ਗੁਰੂ ਨੂੰ ਮਿਲ ਕੇ ਜਾਗਿਆ ਜਾਂਦਾ। ਭਗਤ ਕਬੀਰ ਜੀ ਨੇ ਆਖਿਆ ਸੀ ਕਬੀਰ ਸੂਤਾ ਕਿਆ ਕਰ ਹੈ ਦੋ ਤਰ੍ਹਾਂ ਦੀ ਗੁਰਮੁਖੋ ਨੀਂਦ ਹੈ ਇੱਕ ਸਰੀਰ ਕਰਕੇ ਤੇ ਇੱਕ ਮਨ ਕਰਕੇ। ਸਤਿਗੁਰ ਫਰਮਾਉਂਦੇ ਨੇ ਸੱਜਣਾ ਇਸ ਨੀਂਦ ਤੋਂ ਤੂੰ ਉਸ ਨੀਂਦ ਦੀ ਗੱਲ ਕਰ ਉਹਦੀ ਸਮਝ ਰੱਖ। ਭਗਤ ਕਬੀਰ ਜੀ ਫਰਮਾਉਂਦੇ ਨੇ ਕਹਿ ਕਬੀਰ ਤਬ ਹੀ ਨਰ ਜਾਗੈ। ਕਈ ਵਾਰ ਤੇ ਬੰਦਾ ਉਦੋਂ ਜਾਗਦਾ ਜਮ ਕਾ ਡੰਡ ਮੂੰਡ ਮੈਂ ਲਾਗੈ ਜਦੋਂ ਜੰਮਦਾ ਡੰਡਾ ਸਿਰ ਵਿੱਚ ਪੈਂਦਾ ਸਾਰੀ ਜ਼ਿੰਦਗੀ ਸੁੱਤਿਆਂ ਲੰਘ ਜਾਂਦੀ ਹੈ। ਅਤੇ ਜਿਵੇਂ ਸੁੱਤੇ ਹੋਏ ਬੰਦੇ ਨੂੰ ਸੁਪਨਾ ਆਉਂਦਾ ਨਾ ਇਸੇ ਕਰਕੇ ਇਸ ਦੁਨੀਆਂ ਨੂੰ ਸੁਪਨਾ ਆਖਿਆ ਅਤੇ ਸੁਪਨੇ ਦੇ ਨਾਲ ਅਵਿੱਦਿਆ ਦੀ ਮਾਇਆ ਦੀ ਗੁਰਮੁਖੋਂ ਨੀਂਦ ਵੀ ਜੁੜੀ ਹੋਈ ਹੈ। ਸਤਿਗੁਰ ਫਰਮਾਉਂਦੇ ਨੇ ਇੱਕ ਬਚਨ ਬਾਣੀ ਦੇ ਅੰਦਰ ਕਿ ਜਿੱਦਾਂ ਰਾਜਾ ਸੁੱਤਾ ਹੋਇਆ ਸੀ ਅਤੇ ਸੁਪਨੇ ਵਿੱਚ ਭਿਖਾਰੀ ਹੋ ਗਿਆ ਹੈਗਾ ਉੱਦਾਂ ਉਹ ਰਾਜਾ ਹੀ ਸੀ। ਗਰੀਬ ਨਵਾਜ਼ ਕਹਿੰਦੇ ਨੇ ਹੈਗਾ ਤੂੰ ਪਰਮੇਸ਼ੁਰ ਨਾਲ ਜੁੜਿਆ ਹੀ ਹੋਇਆ ਇੱਕ ਮੇਕਾਂ ਬਸ ਤੂੰ ਸੌਂ ਗਿਆ ਤੈਨੂੰ ਨੀਂਦ ਆ ਗਈ ਤੂੰ ਜਾਗੇਗਾ ਤੈਨੂੰ ਪਤਾ ਲੱਗੇਗਾ। ਇੱਕ ਪ੍ਰਮਾਣ ਸਤਿਗੁਰਾਂ ਦਿੱਤਾ ਜਿਵੇਂ ਇੱਕ ਇਸਤਰੀ ਅਤੇ ਪਤੀ ਇਕੱਠੇ ਹੀ ਬੈਠੇ ਹੋਏ ਨੇ ਪਰ ਧਨ ਸੂਤੀ ਫਿਰ ਸਦ ਜਾਗੰਤਾ ਧਨ ਜਿਹੜੀ ਇਸਤਰੀ ਜਿਹੜੀ ਆ ਉਹ ਸੌਂ ਗਈ ਪਤੀ ਜਿਹੜਾ ਉਹ ਜਾਗਦਾ ਹੈ ਤੇ ਜਿਨ੍ਹਾਂ ਨੂੰ ਭਾਗਾਂ ਦੇ ਨਾਲ ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਜੇਕਰ ਬੁੱਝੇ ਆਪਣਾ ਤਾਂ ਨੀਂਦ ਨਾ ਹੋਈ ਗੁਰੂ ਕਿਰਪਾ ਕਰਕੇ ਗੁਰਮੁਖੋ ਜਗਾ ਦਿੰਦਾ। ਬਾਬਾ ਬੁੱਢਾ ਸਿੰਘ ਨੂੰ ਸਤਿਗੁਰਾਂ ਭਜਨ ਦਿੱਤਾ ਕਹਿੰਦੇ ਮੰਗ ਕੀ ਮੰਗਦਾ ਕੀ ਇੱਛਾ ਕਹਿੰਦਾ ਮੇਰੀ ਇੱਛਾ ਇਹ ਹੈ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਸਤਿਗੁਰਾਂ ਆਖਿਆ ਸਾਰਿਆਂ ਦੇ ਕਰਾ ਦੀਏ ਸਾਰੇ ਹੀ ਸਤਿਗੁਰਾਂ ਦੇ ਦੀਦਾਰ ਕਰਾ ਦੀਏ ਮਹਾਰਾਜ ਹੋਰ ਕੀ ਚਾਹੀਦਾ ਹੈ।
ਐਦਾਂ ਆਸਨ ਵਿਛ ਗਿਆ, ਲਾਟੋਂ ਪਿੰਡ ਲੱਗ ਗਿਆ। ਗਰੀਬ ਨਵਾਜ਼ ਬੈਠੇ ਸਨ, ਪਹਿਲਾਂ ਆਸਨ ਵਿਛਦੇ ਨੇ, ਫਿਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 12 ਪਾਤਸ਼ਾਹੀਆਂ ਦੇ ਸਾਹਮਣੇ ਗੁਰਮੁਖੋ ਦੀਦਾਰੇ ਹੋਏ। ਸਤਿਗੁਰ ਆਖਿਆ ਕੋਈ ਛਕਾਉਣਾ ਤੇ ਛਕਾ ਵੀ ਲੈ। ਮੇਰਾ ਗੁਰਮੁਖੋ ਕਹਿਣ ਦਾ ਮਤਲਬ ਇਹ ਹੈ, ਗੁਰੂ ਨੂੰ ਮਿਲਣ ਤੋਂ ਬਿਨਾਂ ਕਦੇ ਅੱਖ ਨਹੀਂ ਖੁੱਲ੍ਹਦੀ, ਜਨਮ ਸਫਲਾ। ਦੁਨੀਆਂ ਤੋਂ ਜਾਣਾ ਤੇ ਸਭ ਨੇ ਹੈ, ਕੋਈ ਅੱਜ ਗਿਆ, ਕੋਈ ਕੱਲ ਗਿਆ, ਕੋਈ ਬਿਰਧ ਅਵਸਥਾ 'ਚ, ਕੋਈ ਬਚਪਨ 'ਚ, ਕੋਈ ਜਵਾਨੀ ਵਿੱਚ। ਦਿਲਾਂ ਦਾ ਕਰਦੀ ਨਾਸ਼ਤਾ ਦਿਲਦਾਰ ਖਾਧੇ ਮੌਤ ਨੇ, ਪ੍ਰਾਣਾਂ ਤੋਂ ਪਿਆਰੇ ਪਿਆਰਿਆਂ ਦੇ ਪਿਆਰ ਖਾਧੇ ਮੌਤ ਨੇ, ਅਰਸ਼ਾਂ 'ਤੇ ਉੱਡਣ ਵਾਲਿਆਂ ਪੈਗੰਬਰਾਂ ਨੂੰ ਖਾ ਗਈ, ਪਰਲੋ ਬਣ ਕੇ ਧਰਤੀਆਂ 'ਤੇ ਅੰਬਰਾਂ ਨੂੰ ਖਾ ਗਈ, ਅਵਤਾਰ ਹੱਥੀਂ ਲਿਖ ਗਏ ਅਵਤਾਰ ਖਾਧੇ ਮੌਤ ਨੇ। ਕਹਿੰਦੇ ਟੱਟ ਗਏ ਚੁਬਾਰੇ ਜ਼ਿੰਦਗੀ ਦੇ, ਮਹਿਲ ਖੋਲਾ ਹੋ ਗਿਆ, ਦੀਦੇ ਗੁੱਲ ਹੋ ਗਏ, ਕੰਨਾਂ ਤੋਂ ਬੋਲਾ ਹੋ ਗਿਆ। ਬਾਲਮ ਇਸ ਖੰਡ ਰਾਤ ਨੂੰ ਸਾਰੇ ਹੀ ਲੋਕੀ ਕਹਿਣਗੇ, ਆਈ ਹਨੇਰੀ ਮੌਤ ਦੀ ਤੇ ਵਾਹ ਵਰੋਲਾ ਹੋ ਗਿਆ। ਇਹ ਜੀਵਨ ਦੀ ਸੱਚਾਈ ਹੈ, ਮਿੱਟੀ ਦੀ ਗੁਰਮੁਖੋ ਢੇਰੀ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਕਬੀਰ ਧੂਰ ਸਕੇਲ ਕੈ ਪੁਰੀਆਂ ਬਾਂਧੀ ਦੇਹ, ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ। ਗੁਰਮੁਖੋ ਲਿਖਿਆ ਹੋਇਆ, ਇਹ ਤਾਂ ਮਿੱਟੀ ਹੈ, ਪਰ ਮਿੱਟੀ ਵਿੱਚ ਜਿਹੜੀ ਆਤਮਾ ਵਾ ਨਾ, ਗੁਰੂ ਨੂੰ ਮਿਲ ਕੇ ਉਹ ਜਾਗਰਤ ਹੁੰਦੀ ਹੈ, ਉਹ ਗੁਰੂ ਕਿਰਪਾ ਕਰਦਾ, ਬਖਸ਼ਿਸ਼ ਕਰਦਾ। ਜਦੋਂ ਜਾਗ ਪੈ, ਫਿਰ ਬੰਦੇ ਦਾ ਆਉਣਾ ਜਾਣਾ ਗੁਰਮੁਖੋ ਮੁੱਕ ਜਾਂਦਾ। ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ, ਜੋ ਆਇਆ ਉਹਨੇ ਗੁਰਮੁਖੋ ਤੁਰ ਜਾਣਾ, ਪਰ ਜਿਹੜੇ ਗੁਰਮੁਖ ਜਨ ਹੁੰਦੇ ਆ ਨਾ, ਗੁਰਮੁਖ ਸੱਜਣ, ਉਹਨਾਂ ਵਾਸਤੇ ਹੀ ਇਹ ਬਾਣੀ ਉਚਾਰੀ ਸਤਿਗੁਰਾਂ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ, ਤਿਸਤੇ ਮੁੱਖ ਨਹੀਂ ਮੋਹਰਿਓ, ਸਹਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਅਵਾਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ। ਓ ਜੀ ਓੜਕ ਨਿਭ ਗਈ ਪ੍ਰੀਤ ਤੇਰੇ ਸੇਵਕ ਦੀ, ਓੜਕ ਨਿਭ ਗਈ ਪ੍ਰੀਤ ਤੇਰੇ ਸੇਵਕ ਦੀ, ਓੜਕ ਸੇਵਕ ਦੀ, ਓੜਕ ਨਿਭ ਗਈ ਪ੍ਰੀਤ ਤੇਰੇ ਸੇਵਕ ਦੀ, ਓੜਕ ਨਿਭ ਗਈ ਪ੍ਰੀਤ ਤੇਰੇ ਸੇਵਕ ਦੀ, ਓੜਕ ਨਿਭ ਗਈ ਪ੍ਰੀਤ ਤੇਰੇ ਸੇਵਕ ਦੀ, ਓੜਕ ਸੇਵਕ ਦੀ, ਓੜਕ ਨਿਭ ਗਈ ਪ੍ਰੀਤ ਤੇਰੇ ਸੇਵਕ ਦੀ, ਓੜਕ
ਗਈ ਪ੍ਰੀਤ ਤੇਰੇ ਸੇਵਕ ਦੀ। ਸੋ ਗੁਰਮੁਖੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਤਿ ਸ੍ਰੀ। ਏਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਾਹਿਬ ਦੁਖ ਜਾਏ, ਤੇਗ ਬਹਾਦਰ ਸਿਮਰੀਆ ਘਰ ਨੌ ਨਿਧਿ ਆਵੈ ਧਾਇ, ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਇ। ਸ੍ਰੀ ਸਤਿਗੁਰੂ ਬਾਲਕ ਸਿੰਘ ਸਿਮਰੀਆ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਅੰਤਰਜਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਜਮ ਤੋਂ ਲੀਆ ਛਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਸਿਮਰੀਆ ਟੁੱਟੀ ਲਈ ਮਿਲਾਏ, ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਿਮਰੀਆ ਸੋਚ ਸੋਧ ਨਾਮ ਬਾਣੀ ਦਾ ਪ੍ਰਭਾਵ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ, ਜਨਮ ਮਰਨ ਦੁੱਖ ਜਾਏ ਸਤਿਗੁਰੂ ਜੀ ਸਭ ਥਾਈਂ ਹੋਵੋ ਸਹਾਏ। ਗੁਰੂ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ, ਚਾਲੀ ਮੁਕਤੇ ਅਸੀਂ ਸ਼ਹੀਦ, ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤਾਵੇ, ਸਤਿਗੁਰੂ ਜੀ ਪਾਤਸ਼ਾਹ ਅਸੀਂ ਸਦਾ ਹੀ ਭੁੱਲਣਹਾਰ ਜੀਵ ਹਾਂ, ਆਪ ਸਦਾ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼, ਬੇਮੁੱਖ ਹੋ ਕੇ ਨਾ ਮਰੀਏ ਪਾਤਸ਼ਾਹ, ਧਰਤੀ 'ਤੇ ਧਰਮ ਵਰਤਾਓ ਕੁੱਲ ਸ੍ਰਿਸ਼ਟੀ ਆਪ ਜੀ ਦਾ ਨਾਮ ਜਪੇ, ਕੋਈ ਦੁਖੀਆ ਰਹੀ ਹੀ ਨਾ, ਸਤਿਗੁਰੂ ਜੀ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ, ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ, ਦੀਨਾ ਬੰਧੂ ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਦੀਆਂ ਪਿਆਰੀਆਂ ਸੰਗਤਾਂ ਇਕੱਤਰ ਹੋ ਕੇ ਆਪ ਜੀ ਦੇ ਪਾਵਨ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀਆਂ ਨੇ, ਮਨ ਦੀ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀ ਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਪੰਡਿਤ ਜੀ ਦੇ ਵਿਚਾਰ ਸੁਣੇ ਨੇ, ਹੋਰ ਵੀ ਜਥੇਦਾਰਾਂ ਨੇ ਸੰਤ ਦਰਸ਼ਨ ਸਿੰਘ ਹੋਰਾਂ ਬਾਰੇ ਬਹੁਤ ਕੁਛ ਦੱਸਿਆ। ਇਸ ਵੇਲੇ ਯੁੱਗ ਦੇ ਅਨੁਸਾਰ ਮਾਇਆ ਦੇ ਦਬਾਅ ਕਰਕੇ ਸਾਨੂੰ ਪਾਠ ਕਰਨਾ, ਕੀਰਤਨ ਕਰਨਾ, ਸਾਧ ਸੰਗਤ ਕਰਨੀ ਇਹ ਭੁੱਲਦੀ ਜਾਂਦੀ ਹੈ। ਅੱਜ ਤੇ ਭਾਅ ਬੜੇ ਤੇਜ਼ ਨੇ, ਤਾਂ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਤਾ ਨਹੀਂ ਕਿੰਨੇ ਸਾਲ ਹੁਣ ਤੋਂ ਪਹਿਲਾਂ ਦੇ ਉਪਦੇਸ਼ ਰਿਕਾਰਡ ਕੀਤਾ, ਤੁਸੀਂ ਸੁਣਦੇ ਹੋ ਵੀ ਅਸਾਂ 18,000 ਰੁਪਈਆ ਲਾ ਦਿੱਤਾ ਇਹਨਾਂ 'ਤੇ। ਉਹਨਾਂ ਦਿਨਾਂ 'ਚ 18,000 ਰੁਪਈਆ ਬੜੀ ਕੀਮਤ ਸੀ, ਅਤੇ ਉਹ ਜਾ ਕੇ ਆਉਂਦੇ ਨੇ ਸਾਡਾ ਬਣਿਆ ਕੀ ਆ। ਇਹ ਉਹ ਵੀ ਇੱਥੇ ਵਿੱਚ ਹੀ ਸਾਡੇ ਸੱਜਣ ਹੁੰਦੇ ਨੇ, ਤੂੰ ਉੱਥੇ ਹੀ ਕਰਦਾ, ਤੇਰਾ ਉਹਨਾਂ ਨੇ ਬਣਾਇਆ ਕੀ ਹੈ। ਉਹ ਇਹ ਗੱਲ ਸਾਡੇ 'ਤੇ ਝਟਪਟ ਅਸਰ ਕਰ ਜਾਂਦੀ ਹੈ। ਅਤੇ ਜਿਹੜੀ ਇਹ ਗੱਲ ਸਗੁਰਾਂ ਦੇ ਜਿਸ ਤਰ੍ਹਾਂ ਹੁਕਮ ਦਿੱਤਾ ਹੈ ਕਿ ਸੇਠ ਤਰਲੋਕ ਸਿੰਘ ਹੋਰਾਂ ਬਾਰੇ ਅਤੇ ਉਹਨਾਂ ਦੇ ਭਰਾਵਾਂ ਬਾਰੇ, ਇਹਨਾਂ ਦੀ ਕੋਈ ਬਰਕਤ ਨਹੀਂ। ਇਹ ਬਰਕਤ ਉਹਨਾਂ ਦੀ, ਸੰਤ ਫੂਲਾ ਸਿੰਘ ਹੋਰਾਂ ਦੀ, ਜਿਹੜੇ ਸਾਡੇ ਨਾਲ ਉਮਰੋਂ ਵੱਡੇ ਨੇ, ਬਿਮਾਰ ਨੇ, ਪਰ ਸਾਥੋਂ ਪਹਿਲਾਂ ਆ ਕੇ ਆਸਾ ਰਿਵਾਜ 'ਚ ਬੈਠ ਕੇ ਇਸ਼ਨਾਨ ਕਰਕੇ ਆ ਕੇ ਉਹ ਬੈਠਦੇ ਨੇ, ਇਹ ਉਹਨਾਂ ਦੀ ਬਰਕਤ ਹੈ। ਇਹ ਗੱਲ ਸਾਡੇ 'ਤੇ ਬੜਾ ਘੱਟ ਅਸਰ ਕਰੇਗੀ। ਅਸਰ ਗੱਲ ਇਹ ਹੋਈ ਹੈ, ਬਾਣੀ ਵਿੱਚ ਵੀ ਸਗੁਰਾਂ ਨੇ ਲਿਖਿਆ ਕਿ ਪਹਿਲੀ ਰਾਤੀ ਫੁੱਲੜਾ ਫਲ ਵੀ ਪੱਛਿਆ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ। ਜੇ ਤੇ ਜਿਨ੍ਹਾਂ ਨੂੰ ਫਲ ਦੀ ਇੱਛਾ, ਉਹ ਤਾਂ ਜ਼ਰੂਰ ਤੜਕੇ ਉੱਠ ਕੇ ਭਜਨ ਬਾਣੀ ਕਰਨ, ਅਤੇ ਜਿਨ੍ਹਾਂ ਨੂੰ ਇਹ ਇੱਛਾ ਹੈ ਕਿ ਸਿਰਫ ਉਹ ਫੁੱਲ ਹੀ ਚਾਹੀਦਾ, ਫਲ ਆਵੇ ਨਾ ਆਵੇ, ਉਹਨਾਂ ਦੀ ਜੈਸੀ ਇੱਛਾ ਉਹ ਜਾਣਨ, ਮੈਂ ਉਹਨਾਂ ਵਾਸਤੇ ਕੁਛ ਨਹੀਂ ਆਉਂਦਾ। ਇਸ ਵੇਲੇ ਮਾਇਆ ਦੇ ਅਸਰ ਨਾਲ ਭਜਨ ਬਾਣੀ ਸਾਨੂੰ ਭੁੱਲਦਾ ਜਾਂਦਾ। ਜੇ ਸਗੁਰੂ ਕਿਰਪਾ ਕਰਦਾ ਹੀ ਹੈ, ਕਦੇ ਭਜਨ ਬਾਣੀ ਸਾਡੇ ਕੋਲ ਹੁੰਦਾ, ਕੋਈ ਦਾਨ ਪੁੰਨ ਹੋ ਜਾਂਦਾ, ਅਤੇ ਰਜਾ ਸਤਿਗੁਰੂ ਦੀ ਐਸੀ ਕਿ ਉਹਦੇ ਨਾਲ ਫਿਰ ਇਹ ਚੀਜ਼ ਆ ਜਾਂਦੀ ਹੈ ਜਿਹੜਾ ਗੁਰੂ ਤੇਗ ਬਹਾਦਰ ਨੇ ਲਿਖਿਆ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨੇ ਫਲ ਜਾਤ ਦੇਹ ਜੋ ਪੁੰਚੇ ਇਸ਼ਨਾਨ। ਹਾਥੀ ਦਾ ਇਸ਼ਨਾਨ ਕੀ ਹੈ? ਇਸ ਤਰ੍ਹਾਂ ਨਹੀਂ ਸੁੱਕੇ ਪਿੰਡੇ ਉਹਨੇ ਸਵਾਹ ਪਾਉਣੀ, ਉੱਤੇ ਪਹਿਲਾਂ ਉਹ ਪਿੰਡੇ ਨਹਾ ਕੇ ਗਿੱਲਾ ਕਰਕੇ ਪਿੰਡੇ ਨੂੰ ਫਿਰ ਉਹਦੇ 'ਤੇ ਉਹ ਧੂੜ ਪਾਉਂਦਾ ਤਾਂ ਕਿ ਉਹ ਵਿੱਚੇ ਉੱਤੇ ਹੀ ਰਹਿ ਜਾਏ। ਇਹ ਇਸ ਤਰ੍ਹਾਂ ਦੀ ਸਾਡੀ ਹਾਲਤ ਹੁੰਦੀ ਜਿਸ ਵੇਲੇ ਅਸੀਂ ਕਦੇ ਪੁੰਨਦਾਨ ਵਾਲੇ ਪਾਸੇ ਕਰਕੇ ਅਤੇ ਅਸੀਂ ਉਹਦਾ ਮਾਣ ਆਪਣੇ ਦਿਲ ਵਿੱਚ ਲਿਆਉਂਦੇ ਹਾਂ। ਮੇਰਾ ਇਹ ਜੀ ਕਰਦਾ ਕੋਈ ਨਾਮਕਾਰੀ ਸਾਧ ਸੰਗਤ ਦੂਸਰੇ ਵੀ ਜਿਹੜੇ ਸਰੀਰ ਨੇ ਸਾਰੇ ਉਹ ਇਹ ਕਿਰਪਾ ਕਰਨ, ਆਪਣੇ ਮੁੰਡਿਆਂ ਨੂੰ BA MA ਜੋ ਮਰਜ਼ੀ ਕਰਾਉਣ, ਪਰ ਉਹਨਾਂ ਨੂੰ ਬਾਣੀ ਕੰਠ ਕਰਾਉਣ ਤਾਂ ਕਿ ਉਹਨਾਂ ਦਾ ਜੀਵਨ ਸਫਲ ਹੋਵੇ, ਉਹਨਾਂ ਨੂੰ ਪਤਾ ਲੱਗੇ ਕਾਲ ਬਿਆਲ ਜੋ ਪਰਿਓ ਡੋਲਾ ਮੁੱਖ ਪਸਾਰਾ ਮੀਤ ਆਜ ਕਾਲ ਫੁਨ ਤੋਹ ਗ੍ਰਸ ਹੈ ਸਮਝ ਰਾਖੋ ਜੀਤ। ਜਦੋਂ ਸਾਨੂੰ ਮੌਤ ਚੇਤੇ ਆਉਂਦੀ ਹੈ ਸਭ ਕੁਝ ਭੁੱਲ ਜਾਂਦਾ ਉਸ ਵੇਲੇ। ਉਸ ਵੇਲੇ ਫਿਰ ਇਹ ਯਾਦ ਹੁੰਦਾ ਵੀ ਜਿੱਥੇ ਅਸੀਂ ਜਾਣਾ ਹੈ ਉਹ ਕਿਰਪਾ ਹੋਵੇ ਅਤੇ ਸਾਨੂੰ ਥਾਂ ਚੰਗਾ ਮਿਲੇ, ਅਤੇ ਉਹ ਤਾਂ ਹੀ ਪਤਾ ਲੱਗੇਗਾ ਜੇ ਅਸੀਂ ਇਹੋ ਜਿਹੀ ਬਾਣੀ ਸੁਣਾਂਗੇ, ਪੜ੍ਹਾਂਗੇ, ਉਹਦੇ 'ਤੇ ਵਿਚਾਰ ਕਰਾਂਗੇ। ਬਾਣੀ ਪੜ੍ਹ ਪੜ੍ਹ ਕੇ ਪੈਸੇ ਵਾਸਤੇ ਬਾਣੀ ਪੜ੍ਹਨੀ ਹੈ ਅਤੇ ਫਿਰ ਵੀ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਪਰ ਜਿਹੜੇ ਪਰਉਪਕਾਰ ਵਾਸਤੇ ਪੜ੍ਹਦੇ ਨੇ, ਸਗੁਰਾਂ ਦੇ ਹੁਕਮ ਰਹਿ ਅੰਦਰ ਰਹਿ ਕੇ ਪੜ੍ਹਦੇ ਨੇ, ਉਹਨਾਂ ਦੀ ਕੀ ਤਾਰੀਫ ਕੀਤੀ ਜਾ ਸਕਦੀ ਹੈ? ਸੁਰਠ ਰਾਗ ਦੀ ਪੌੜੀ ਹੈ, ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਗੁਰਬਾਣੀ ਗਾਏ ਗੁਣੀ ਜਨ ਬਣਤਿਆ, ਕੀਰਤਨ ਗਾਏ ਗੁਣੀ ਜਨ ਬਣਤਿਆ, ਕੋਈ ਇਸ ਤਰ੍ਹਾਂ ਪਾਠ ਮੈਨੂੰ ਯਾਦ ਨਹੀਂ ਗਿਆ।
ਮੇਰਾ ਮਤਲਬ ਉਹ ਉਹਨਾਂ ਨੂੰ ਸਾਧ ਜਨ ਲਿਖਿਆ ਤੇ ਸਾਧਾਂ ਦੀ ਲਿਖਿਆ ਕਿ ਸਾਧ ਕੀ ਮਹਿਮਾ ਵੇਦ ਨਾ ਜਾਣਨਾ, ਐਡੀ ਵੱਡੀ ਉਹਦੀ ਮਹਿਮਾ ਤੇ ਉਹ ਜਿਹਨੂੰ ਸਾਧ ਲਿਖ ਦਿੱਤਾ ਅਸੀਂ ਉਹਦੀ ਕਿਹੜੀ ਉਪਮਾ ਕਰ ਸਕਦੇ ਹਾਂ। ਉਸ ਆਦਮੀ ਆਦਮੀਆਂ ਵਰਗੇ ਆਦਮੀ ਸਾਰੇ ਹੁੰਦੇ ਨੇ, ਚੋਰ ਠੱਗ ਸਾਧੂ। ਜਿਸ ਭਾਂਡੇ ਦੇ ਵਿੱਚ ਕੋਈ ਚੀਜ਼ ਪਾਈ ਹੈ ਉਹਦੇ ਮੂੰਹ ਦੇ ਉੱਤੇ ਕੋਈ ਕੱਪੜਾ ਜਾਂ ਚੱਪਣੀ ਦਿੱਤੀ ਹੈ ਉਹਦਾ ਸਾਨੂੰ ਕੋਈ ਪਤਾ ਨਹੀਂ। ਜਿਸ ਵੇਲੇ ਅਸੀਂ ਉੱਤੇ ਚੱਪਣੀ ਲਾਵਾਂਗੇ ਉਸ ਵੇਲੇ ਪਤਾ ਲੱਗੇਗਾ ਇਸ ਭਾਂਡੇ ਵਿੱਚ ਕੀ ਹੈ। ਇਸੇ ਤਰ੍ਹਾਂ ਹੀ ਕੋਈ ਆਦਮੀ ਭਾਵੇਂ ਉਹ ਭਵੇ ਕੱਪੜੇ ਪਾਵੇ, ਭਾਵੇਂ ਉਹ ਸਾਦੇ ਕੱਪੜੇ ਪਾਵੇ, ਕਿਸੇ ਤਰ੍ਹਾਂ ਦੇ ਪਾਵੇ, ਪਰ ਜਿਸ ਵੇਲੇ ਉਹ ਬੋਲੇਗਾ ਉਸ ਭਾਂਡੇ ਵਿੱਚ ਕੀ ਹੈ ਉੱਥੋਂ ਪਤਾ ਲੱਗਣਾ ਸਾਨੂੰ। ਸੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਉਹ ਰਾਗ ਜਿਹਦੇ ਵਾਸਤੇ ਗੁਰਬਾਣੀ ਦੀ ਤੁਕ ਸੱਚੇ ਪਾਤਸ਼ਾਹ ਪੜ੍ਹ ਕੇ ਸੁਣਾਈ ਹੈ ਕਿ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਰਾਗਾ ਨਾਦਾ ਬਾਹਰਾ ਇੰਨੀ ਹੁਕਮ ਨਾ ਬੁੱਝਿਆ ਜਾਏ। ਸੋ ਤੁਸੀਂ ਜਿਹਨਾਂ ਨੂੰ ਪੁਰਾਣੇ ਸਰੀਰਾਂ ਨੂੰ ਪਤਾ ਹੈ ਕਿ ਜਦੋਂ ਸਨ ਦਰਸ਼ਨ ਸਿੰਘ ਹੋਰੀ, ਖਜਾਨ ਸਿੰਘ ਹੋਰੀ ਸਤਿਗੁਰਾਂ ਦੇ ਸਾਹਮਣੇ ਬੈਠ ਕੇ ਕੀਰਤਨ ਕਰਦੇ ਸਨ ਤੇ ਕਿੰਨੇ ਕਿੰਨੇ ਦੀਵਾਨ ਵਿੱਚ ਮਸਤਾਨੇ ਹੁੰਦੇ ਸਨ, ਉਹ ਕੀਰਤਨ ਸੀ, ਉਹ ਰੰਗ ਸੀ ਜਿਹੜਾ ਸਾਡੇ ਵਿੱਚੋਂ ਨਿਕਲਦਾ ਜਾਂਦਾ। ਧੰਨ ਭਾਗ ਜਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣ, ਗੁਣੀ ਬੜੇ ਨੇ, ਚੰਦਰਮਾ ਤੱਕ ਪਹੁੰਚ ਗਏ ਨੇ। ਇੱਕ ਤੇ ਸਾਨੂੰ ਇਹ ਬੜਾ ਭੁੱਲ ਜਾਂਦਾ ਵੀ ਜਿਹੜੇ ਅਸੀਂ ਇਹ ਪੜ੍ਹਦੇ ਹਾਂ ਨਾ, ਪਤਾਲਾ ਪਤਾਲ ਲੱਖ ਆਗਾਸ ਆਗਾਸ, ਉਹ ਜਪਜੀ ਸਾਹਿਬ ਪੜ੍ਹੀ ਜਾਵਾਂਗੇ, ਪਰ ਇਹਦੇ 'ਤੇ ਸਾਨੂੰ ਨਹੀਂ ਯਕੀਨ ਆਉਂਦਾ ਵੀ ਅਸੀਂ ਲੱਖਾਂ ਪਤਾਲਾਂ ਆਕਾਸਾਂ ਨੂੰ ਜਾਣਨ ਵਾਲੇ ਨੂੰ ਛੱਡ ਕੇ ਜਿਨ੍ਹਾਂ ਨੇ ਇੱਕ ਆਕਾਸ ਦੀ ਖੋਜ ਅਜੇ ਨਹੀਂ ਕੀਤੀ, ਅਸੀਂ ਸਮਝਦੇ ਸਾਡੇ ਨਾਲੋਂ ਬੜੇ ਅੱਗੇ ਲੰਘ ਗਏ ਨੇ ਜਿਹੜੇ ਚੰਦਰਮਾ ਤੱਕ ਅਤੇ ਤਾਰਿਆਂ ਤੱਕ ਪਹੁੰਚ ਗਏ। ਇਹ ਸਹੀ ਗੱਲ, ਜਿਹੜੇ ਪੜ੍ਹੇ ਲਿਖੇ ਨੇ ਜੇ ਕੋਈ ਬਾਣੀ ਪੜ੍ਹਦੇ ਨੇ ਉਹ ਪੜ੍ਹ ਕੇ ਬਾਣੀ ਵੀ ਇਹ ਵਿਚਾਰ ਨਹੀਂ ਕਰਦੇ ਵੀ ਅਸੀਂ ਬੜੇ ਅੱਗੇ ਹਾਂ, ਉਹ ਸਾਡੇ ਨਾਲੋਂ ਬੜੇ ਪਿੱਛੇ ਨੇ। ਪਰ ਇਸ ਪਾਸੇ ਲਿਖਿਆ ਕਿ ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰਾ। ਅਤੇ ਵੇਦਾਂ ਦੀ ਨਿੰਦਿਆ ਵਾਸਤੇ ਭਾਈ ਗੁਰਦਾਸ ਨੇ ਲਿਖ ਦਿੱਤਾ, ਨਿੰਦਿਆ ਚੱਲਾ ਵੇਦ ਕੀ ਉਹ ਕੌਣ ਨੇ ਸਮਝਣ ਨਹੀਂ ਅਗਿਆਨ ਗੁਬਾਰਾ, ਭਾਈ ਗੁਰਦਾਸ ਨੇ ਲਿਖਿਆ। ਸੋ ਜਿਹੜੀ ਚੀਜ਼ ਸਤਿਗੁਰਾਂ ਨੇ ਸਾਨੂੰ ਇਹ ਕੀਰਤਨ ਦੀ ਦਾਤ ਦਿੱਤੀ ਹੈ ਉਹ ਸਾਡੇ ਵਿੱਚੋਂ ਬਹੁਤ ਭੁੱਲਦੀ ਜਾਂਦੀ ਹੈ। ਇਹਦੇ ਵਾਸਤੇ ਸਾਨੂੰ ਬੜਾ ਜ਼ੋਰ ਲਾ ਕੇ ਥੋੜ੍ਹਾ ਜਿਹਾ ਕੁਛ ਨਾ ਕੁਛ ਕਰਨਾ ਪੈਂਦਾ ਅਤੇ ਉਹ ਬੜਾ ਥੋੜ੍ਹਾ ਹੁੰਦਾ। ਪਰ ਜੇ ਦੂਸਰਾ ਪਾਸਾ ਜਿਹੜਾ ਪੜ੍ਹਾਈ ਦਾ ਉਹ ਤਾਂ ਕੋਈ ਅੰਬਾਰ ਲੱਗੇ ਨੇ, ਪਤਾ ਨਹੀਂ ਕਿੰਨੇ ਕਾਲਜ ਸਕੂਲ ਬਣੇ ਨੇ, ਉਹ ਬੜੇ ਬੱਚਿਆਂ ਨੂੰ ਵਿੱਦਿਆ ਦਿੰਦੇ ਨੇ ਅਤੇ ਬੜੇ ਪੈਸੇ ਕਮਾਉਂਦੇ ਨੇ, ਬੱਚਿਆਂ ਨੂੰ ਵਿੱਦਿਆ ਵੀ ਦਿੰਦੇ ਨੇ ਅਤੇ ਪੈਸੇ ਬੜੇ ਕਮਾਉਂਦੇ ਨੇ, ਸਾਨੂੰ ਤਾਂ ਉਹ ਜਾਚ ਨਹੀਂ ਆਉਂਦੀ ਉਸ ਤਰ੍ਹਾਂ ਦੀ ਕਰਨ ਦੀ। ਸੋ ਨਾਮਧਾਰੀ ਸਾਧ ਸੰਗਤ ਅਤੇ ਦੂਸਰੇ ਵੀ ਜਿਹੜੇ ਸਿੱਖ ਹੋਣ ਉਹਨਾਂ ਨੂੰ ਇਹ ਜ਼ਰੂਰ ਚਾਹੀਦਾ ਵੀ ਇਹ ਕੀਰਤਨ ਜਿਹੜਾ ਇਹਨੂੰ ਉਹ ਕੀਰਤਨ ਹੈ ਜਿਹੜਾ ਜਿਹਦੇ ਵਾਸਤੇ ਮੋਹਨ ਜੀ ਕੋਲੋਂ ਪੋਥੀਆਂ ਬੜੇ ਯਤਨਾਂ 'ਤੇ ਵੀ ਨਹੀਂ ਸਨ ਆਈਆਂ, ਪਰ ਜਦੋਂ ਗੁਰੂ ਅਰਜਨ ਸੱਚੇ ਪਾਤਸ਼ਾਹ ਤਾਨਪੁਰਾ ਲੈ ਕੇ ਅਤੇ ਥੱਲੇ ਜਾ ਕੇ ਉਹਨਾਂ ਦੇ ਘਰ ਦੇ ਇਹ ਪੜ੍ਹਨਾ ਸ਼ੁਰੂ ਕਰਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਵਪਾਰਾ, ਅਤੇ ਉਹ ਪੋਥੀਆਂ ਫੇਰ ਮਿਲੀਆਂ ਸਨ ਇਸ ਰਾਗ ਨੂੰ ਗਾ ਕੇ। ਰਾਗ ਸਿਨੇਮਿਆਂ 'ਚ ਵੀ ਨੇ, ਰਾਗ ਮਹਿਫਲਾਂ 'ਚ ਵੀ ਜਾ ਕੇ ਗਾਏ ਜਾਂਦੇ ਨੇ, ਗਜ਼ਲਾਂ ਗਾਈਆਂ ਜਾਂਦੀਆਂ ਨੇ, ਸਾਡੇ ਬੰਦਿਆਂ ਨੂੰ ਵੀ ਬੜੀਆਂ ਗਜ਼ਲਾਂ ਪਸੰਦ ਆਉਂਦੀਆਂ, ਪਰ ਅਸਲ ਚੀਜ਼ ਜਿਹੜੀ ਹੈ ਉਹ ਸਾਡੀ ਇਹੋ ਹੀ ਹੈ। ਗਾਜਰਾਂ ਮੂਲੀਆਂ ਦੇ ਬੜੀਆਂ ਦੁਕਾਨਾਂ ਹੁੰਦੀਆਂ ਨੇ, ਘਿਓ ਦੀ ਦੁਕਾਨ ਤੁਸੀਂ ਤੁਹਾਨੂੰ ਤੁਸੀਂ ਵੇਖੋਗੇ ਬੜੀਆਂ ਘੱਟ ਮਿਲਣਗੀਆਂ ਤੁਹਾਨੂੰ, ਪਰ ਅਸਲ ਚੀਜ਼ ਉਹੀ ਹੈ। ਗਾਜਰਾਂ ਮੂਲੀਆਂ ਖਾਣ ਨੂੰ ਬੜਾ ਜੀ ਕਰੇਗਾ, ਘਿਓ ਖਾਣ ਨੂੰ ਕਿੰਨੇ ਦਾ ਜੀ ਕਰਦਾ, ਪਰ ਉਸ ਦੇ ਬਿਨਾਂ ਜੀਵਨ ਨਹੀਂ ਹੈ। ਸੋ ਇਸ ਕਰਕੇ
ਅੱਜ ਦੇ ਇਸ ਸਮੇਂ ਤੋਂ ਇੱਕ ਯੁੱਗ ਜਿਹਾ ਜਿਸ ਤਰ੍ਹਾਂ ਖਤਮ ਹੋ ਜਾਂਦਾ ਨਾ, ਦਰਸ਼ਨ ਸਿੰਘ ਹੁਣਾਂ ਦੇ ਨਾਮ ਨਾਲ ਰਾਗੀ ਸਾਡੇ ਨਾਮਧਾਰੀਆਂ ਵਿੱਚੋਂ ਉਹ ਇੱਕ ਚਲਾਣਾ ਕਰ ਗਏ ਨੇ। ਹੁਣ ਅੱਗੋਂ ਕੋਈ ਇਸ ਤਰ੍ਹਾਂ ਦਾ ਕੀਰਤਨ ਕਰੇਗਾ, ਬੜੀ ਕਿਰਪਾ ਸਗੁਰਾਂ ਦੀ, ਹਰਬੰਸ ਸਿੰਘ ਉਹਨਾਂ ਦਾ ਲੜਕਾ ਉਹ ਕੀਰਤਨ ਕਰਦਾ, ਪਰ ਭਜਨ ਬਾਣੀ ਕਰਕੇ ਉਸ ਰੰਗ ਵਿੱਚ ਕੀਰਤਨ ਹੋਵੇ, ਕੀਰਤਨ ਦਾ ਸਵਾਦ ਇਸ ਗੱਲ ਨਾਲ, ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਅਤੇ ਜਿਸ ਵੇਲੇ ਅਸਾਂ ਜਿਸ ਸੰਤ ਦਰਸ਼ਨ ਸਿੰਘ ਜੀ ਗਏ ਨੇ, ਜਦੋਂ ਅਸੀਂ ਜਾਈਏ ਸਾਡੇ ਵਾਸਤੇ ਵਧੀਆ ਥਾਂ ਬਣਿਆ ਹੋਵੇ, ਅੱਗੇ ਜਾਣ ਨੂੰ ਸਾਨੂੰ ਕੋਈ ਚਿੰਤਾ ਨਾ ਹੋਵੇ, ਕੋਈ ਦੁੱਖ ਤਕਲੀਫ ਨਾ ਹੋਵੇ, ਅਤੇ ਸਤਿਗੁਰੂ ਦੇ ਦਰਬਾਰ ਵਿੱਚ ਸੁਰਗੁਰੂ ਹੋ ਕੇ ਹਾਜ਼ਰ ਹੋ ਸਕੀਏ। ਮੈਂ ਇਹੋ ਯਾਦ ਕਰਕੇ ਆਪ ਤੋਂ ਅੱਗੇ ਲਾਉਂਗਾ। ਸਤਿਗੁਰੂ ਗੁਰਦਾਸ ਸਿੰਘ ਜੀ ਪਾਤਸ਼ਾਹ ਦੇ ਉਦੇਸ਼ ਤਾਂ ਸੁਣਿਆ ਕਿ ਸਤਿਗੁਰੂ ਰਾਮ ਸਿੰਘ ਦਾ ਹੁਕਮਨਾਮਾ ਹੈ ਕਿ ਇਸ ਸਰੀਰ ਦੇ ਨਾਲ ਜਾਣ ਵਾਲਾ ਭਜਨ ਬਾਣੀ ਇੱਥੇ ਕੀਤਾ ਹੋਇਆ ਦਾਨ ਪੁੰਨ। ਦਾਨ ਪੁੰਨ ਇਹ ਨਹੀਂ ਕਿ ਮੇਰੀ ਲੜਕੀ ਹੈ, ਮੇਰਾ ਜਵਾਈ ਹੈ, ਮੈਂ ਉਹਨਾਂ ਨੂੰ ਦਾਨ ਕਰ ਦਿਆਂ। ਦਾਨ ਉਹ ਹੈ ਕਿ ਜਿਹੜਾ ਬਿਲਕੁਲ ਅਬਾਜ ਹੈ, ਜਿਹੜਾ ਜਿਹਨੂੰ ਕੋਈ ਜਾਣਦਾ ਨਹੀਂ, ਜਿਹਨੂੰ ਬੜਾ ਲੋੜਵੰਦ ਹੈ, ਜਿਹਨੂੰ ਕੋਈ ਪੁੱਛਦਾ ਨਹੀਂ, ਉਹਨੂੰ ਦਾਨ ਕੀਤਾ ਹੋਇਆ ਉਹ ਲੱਗਦਾ। ਮੈਂ ਇਸ ਕਰਦਾ ਕਿ ਦਾਨ ਕਰਨਾ ਬੜਾ ਔਖਾ ਹੈ, ਕੀਰਤ ਕਰਨੇ ਬੜੇ ਔਖੇ ਨੇ, ਪੁੰਨ ਕਰਨਾ ਬਹੁਤ ਔਖਾ ਹੈ, ਕੋਈ ਵਰਤ ਰੱਖਣੇ ਜਿਹੜੇ ਉਹ ਬਹੁਤ ਔਖੇ ਨੇ। ਇਹ ਸਾਰਾ ਕੁਛ ਕਰਕੇ ਫਿਰ ਇਸ ਤੋਂ ਜ਼ਿਆਦਾ ਔਖਾ ਉਹ ਹੈ ਜਿਹੜਾ ਗੁਰੂ ਤੇਗ ਬਹਾਦਰ ਦੇ ਸਲੋਕਾਂ ਤੋਂ ਸੁਣਿਆ ਹੋਣੇ, ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਸੇ ਜੋ ਪਹੁੰਚੇ ਰਿਸ਼ਨਾ। ਉਹਦਾ ਆਦਮੀ ਨੂੰ ਪਤਾ ਹੀ ਨਹੀਂ ਲੱਗਦਾ ਕਿਸ ਵੇਲੇ ਉਹ ਗੁਮਾਨ ਅੰਦਰ ਆ ਕੇ ਵੜ ਜਾਂਦਾ ਜਿਹੜਾ ਸਾਡਾ ਨੁਕਸਾਨ ਕਰਦਾ। ਹਾਥੀ ਦਾ ਇਸ਼ਨਾਨ ਲਿਖਿਆ, ਹਾਥੀ ਦਾ ਕੀ ਇਸ਼ਨਾਨ ਹੈ? ਹਾਥੀ ਪਹਿਲੋਂ ਆਪਣੇ ਪਿੰਡੇ 'ਤੇ ਪਾਣੀ ਪਾਉਂਦਾ, ਪਾਣੀ ਪਾ ਕੇ ਅਤੇ ਫਿਰ ਮਿੱਟੀ ਪਾਉਂਦਾ, ਜੇ ਇਕੱਲੀ ਮਿੱਟੀ ਪਾ ਕੇ ਝੜ ਜਾਂਦੀ ਹੈ। ਅਤੇ ਜਦੋਂ ਉਹ ਪਾਣੀ ਪਾ ਕੇ ਮਿੱਟੀ ਪਾਈ ਵਾਲਾ ਇਸ਼ਨਾਨ ਜਿਹੜਾ ਨਾ ਉਹ ਸਾਡਾ ਹੋ ਜਾਂਦਾ, ਜਿਸ ਵੇਲੇ ਅਸੀਂ ਤੀਰਥ ਵਰਤ ਦਾਨ ਕਰਕੇ ਅਤੇ ਸਾਡੇ ਅੰਦਰ ਉਹ ਗੁਮਾਨ ਆ ਕੇ ਵੜਦਾ। ਇਹ ਇੱਕੋ ਵੇਲੇ ਕੱਢਿਆ ਨਹੀਂ ਨਿਕਲਦਾ, ਇਹ ਹਰ ਵੇਲੇ ਆਉਂਦਾ ਅਤੇ ਇਸਨੂੰ ਕੱਢਦੇ ਰਹਿਣਾ ਚਾਹੀਦਾ। ਉਹਨਾਂ ਪੁਸਤਕਾਂ ਦੀ ਸੰਗਤ ਕਰੋ ਜਿਹਦੇ ਵਿੱਚ ਇਹ ਲਿਖਿਆ ਕਿ ਤੁਸੀਂ ਇਸ ਤੋਂ ਬਚੋ, ਉਹਨਾਂ ਸਾਧੂਆਂ ਦੀ, ਉਹਨਾਂ ਬੰਦਿਆਂ ਦੀ ਸੰਗਤ ਕਰੋ ਜਿਹੜੇ ਇਹ ਆਖਣਗੇ ਤਗੜਾ ਹੋ, ਇਹ ਵੇਖੀ ਕਿਤੇ ਬਚ ਜਾਈ, ਕਿਤੇ ਅਤੇ ਚੋਰ ਨਾ ਤੇਰੇ ਅੰਦਰ ਜਾ ਕੇ ਵੜਦੇ। ਹਰ ਸ਼੍ਰੇਣੀ ਦਾ, ਹਰ ਦੇਸ਼ ਦਾ, ਹਰ ਧਰਮ ਦਾ ਆਪਣਾ ਆਪਣਾ ਵਿਧਾਨ ਹੈ, ਉਹਦੇ ਵਿੱਚ ਜਿਹੜਾ ਨਹੀਂ ਚੱਲਦਾ ਉਸਨੂੰ ਚੰਗਾ ਨਹੀਂ ਸਮਝਿਆ ਜਾਂਦਾ। ਕੱਲ੍ਹ ਪਰਸੋਂ ਇੱਕ ਸਰੀਰ ਨੂੰ ਆਖੇ ਬਈ ਗੁਰੂ ਦਾ ਹੁਕਮ ਮੰਨਣਾ ਚਾਹੀਦਾ, ਪਰ ਗੁਰੂ ਦੇ ਬਹੁਤ ਸਾਰੇ ਨੇ। ਮੈਂ ਕਿਹਾ ਤੁਸੀਂ ਆਸਰੀ ਵਾਰ ਪੜ੍ਹਦੇ ਹੋ, ਉਹਦੇ ਵਿੱਚ ਲਿਖਿਆ ਬਲਿਹਾਰੀ ਗੁਰ ਆਪਣੇ, ਆਪਣੇ ਹਰ ਪੈ ਬਿਨਾਂ ਕਹਿਆ। ਜਿਹੜਾ ਕੋਈ ਇਸ ਪਾਸੇ ਲੱਗਾ, ਤੁਸੀਂ ਸਭ ਜਾਣਦੇ ਹੋ ਕਿ ਨਾਮ ਪਰਮਾਤਮਾ ਦਾ ਵੇਲਾ ਸਭ ਵਾਸਤੇ ਅੰਮ੍ਰਿਤ ਵੇਲੇ ਦਾ। ਜਿਸ ਨੇ ਆਪਣੇ ਗੁਰੂ ਕੋਲ ਜੋ ਪੁੱਛਿਆ ਉਸ ਵੇਲੇ ਬੈਠ ਕੇ ਜਪੋ, ਕਿਸੇ ਦੇ ਉੱਤੇ ਉਂਗਲ ਧਰਨ ਨਾਲੋਂ ਜਦੋਂ ਉਂਗਲ ਧਰਨ ਨੂੰ ਜੀ ਕਰੇ ਨਾ ਆਪਣੇ ਅੰਦਰ ਦੇ ਉੱਤੇ ਧਰ ਲਈ ਜਾਵੇ। ਸਤਨਾਥ ਸਿੰਘ ਹੋਰੀ ਸਾਡੇ ਬਹੁਤ ਵਧੀਆ ਤਕੜੇ ਸਾਧੂ ਸਨ, ਉਹ ਆਦੇ ਸਨ ਕਿ ਜਦੋਂ ਔਗਣ ਵੇਖਣ ਨੂੰ ਜੀ ਕਰੇ ਨਾ, ਹੁਣ ਤਾਂ ਕਿਸੇ ਨੇ ਗ੍ਰਹਿਣ ਕਰੋ, ਪਰ ਜਦੋਂ ਔਗਣ ਵੇਖਣ ਨੂੰ ਜੀ ਕਰੇ ਤਾਂ ਕਿਸੇ ਕੋਲ ਜਾਣ ਦੀ ਲੋੜ ਨਹੀਂ, ਪਦਾਰਥ ਆਪਣੇ ਅੰਦਰ ਬੜਾ। ਜਦੋਂ ਬੜਾ ਔਖਾ ਹੋਵੇ ਜੀ ਔਗਣ ਵੇਖਣ ਵਾਸਤੇ ਤਾਂ ਆਪਣੇ ਅੰਦਰ ਝਾਤੀ ਮਾਰ ਲਵੇ। ਯਾਰ ਪ੍ਰੀਤ ਜੀ ਨੇ
ਇਹ ਸਾਰੀ ਚੀਜ਼ਾਂ ਨੂੰ ਵੇਖਿਆ, ਇਸ ਦੁਨੀਆਂ ਨੂੰ ਵੇਖਿਆ, ਸਭ ਥਾਂ ਵਿੱਚ ਹਰ ਆਦਮੀ ਦੇ ਅੰਦਰ ਈਰਖਾ ਦੀ, ਦੁਆਹ ਦੀ ਅੱਗ ਲੱਗੀ ਹੈ। ਵੇਖਿਆ ਕਦੋਂ? ਬੀਜ ਨੇ ਲਿਖਿਆ, ਉੱਚੇ ਚੜ੍ਹ ਕੇ ਦੇਖਿਆ, ਮੈਂ ਜਾਣਿਆ ਦੁੱਖ ਕੁਝ ਕੁਝ ਦੁੱਖ ਸਵਾਇਆ ਜਗ ਪਤਾ ਉਹਨੂੰ ਲੱਗਾ। ਉੱਚੇ ਚੜ੍ਹ ਕੇ ਦੇਖ, ਕੋਠੇ ਚੜ੍ਹਦੇ ਆਦਮੀ ਤੇ ਉਹਨੂੰ ਦੁਆਲੇ ਦੁਆਲੇ ਸਭ ਅੱਗਾਂ ਲੱਗੀਆਂ, ਸਭ ਕੁਛ ਦਿਸਦਾ। ਸਵਾਮੀ ਦਯਾਨੰਦ ਜੀ ਨੇ ਭਜਨ ਕਰਦਿਆਂ ਕਰਦਿਆਂ ਇੱਕ ਬੜੀ ਚੰਗੀ ਗੱਲ ਲੰਗਰ ਚਾਰਨ ਵਾਲਿਆਂ ਕੋਲੋਂ ਲੱਭ ਲਈ। ਉਹਨਾਂ ਦਾ ਲੰਗਰ ਚਾਰਨ ਵਾਲਿਆਂ ਦਾ ਬੰਦਾ ਸਾਥੀ ਤੇ ਨਾਲੇ ਲੰਗਰ ਗੁਆਚ ਗਿਆ ਤੇ ਇਕੱਲਾ ਬੰਦਾ ਸੀ, ਉਹ ਲੱਭੇ, ਉਹਨੂੰ ਲੱਭੇ ਕੋਈ ਨਾ, ਪਤਾ ਨਾ ਲੱਗੇ, ਆਵਾਜ਼ਾਂ ਬਾਰੇ ਸੁਣੇ ਕੋਈ ਨਾ। ਉਹ ਇੱਕ ਬੜੇ ਉੱਚੇ ਸਾਧ ਤੇ ਚੜ੍ਹ ਕੇ ਨਾ ਉਸਨੇ ਵੇਖਿਆ ਤੇ ਉਹਨੂੰ ਉਹ ਬੰਦੇ ਤੇ ਆਪਣੇ ਡੰਗਰ ਵੀ ਲੱਭ ਗਏ, ਉਹਨੇ ਆਵਾਜ਼ ਮਾਰੀ, ਉਹਨਾਂ ਸੁਣ ਵੀ ਲਈ। ਸਵਾਮੀ ਜੀ ਨੇ ਇਸ ਤੋਂ ਇਹ ਅਰਥ ਲਾਇਆ ਕਿ ਦਯਾਨੰਦ ਦਾ ਜੇ ਤੂੰ ਆਪਣੀ ਗੱਲ ਕਿਸੇ ਨੂੰ ਸੁਣਾਉਣੀ ਹੈ ਜਿਹੜਾ ਦੁਨੀਆਂ ਨਾਲ ਉੱਚਾ ਹੋ ਜਾ। ਸਾਨੂੰ ਇਹ ਸੋਚਣਾ ਚਾਹੀਦਾ। ਇਸ ਤਰ੍ਹਾਂ ਕਬੀਰ ਜੀ ਨੇ ਲਿਖਿਆ, ਪ੍ਰਪਨੀ ਦੇ ਉੱਪਰ ਨਹੀਂ ਬਲੀਆ, ਜਿਹਨੇ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਵਾਰ ਵਾਰ ਸ੍ਰਪਨੀ ਨਿਰਮਲ ਜਲ ਬੈਠੀ। ਉਹ ਮਾਇਆ ਮਾਰਦਿਆਂ ਮਾਰਦਿਆਂ ਨਿਰਮਲ ਪਾਣੀ ਵਿੱਚ ਸਾਹ ਸੰਗਤ ਵਿੱਚ ਆ ਗਈ। ਲਿਖਿਆ ਜਿਹਨੇ ਪਾਉਣ ਦੱਸੀ ਇਹਦੇ ਗੁਰਪ੍ਰਸਾਦ ਜੀ, ਗੁਰੂ ਦਾ ਆਸਰਾ ਲਿਆ ਤੇ ਉਸਦਾ ਪਤਾ ਲੱਗਾ। ਸਾਧ ਸੰਗਤ ਜੀ ਮੈਨੂੰ ਬੜੀ ਖੁਸ਼ੀ ਹੁੰਦੀ ਵੇਖ ਕੇ, ਇੱਥੇ ਕਾਲੀਆਂ ਪੱਗਾਂ ਵਾਲੇ, ਨੀਲੀਆਂ ਵਾਲੇ, ਚਿੱਟੀਆਂ ਵਾਲੇ ਸਾਰੇ ਇਕੱਠੇ ਰਲ ਕੇ ਬੈਠੇ ਆ। ਇੱਕ ਮੈਨੂੰ ਦੁਨੀਆਂ ਦੀ ਜਿਹੜੀ ਸੰਸਥਾ ਬਾਰੇ ਆ ਉਹਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਬਹੁਤ ਸਾਰੇ ਸਰੀਰ ਦਿੱਲੀ ਵਿੱਚ ਇੱਥੇ ਸਮਾਗਮ ਸੀ, ਜਿਹਦੇ ਵਿੱਚ ਰੂਸ ਵਾਲੇ ਬਹੁਤ ਸਾਰੇ ਆਏ ਸੀ, ਕਮਿਊਨਿਸਟ ਲੀਡਰ ਆਏ ਸਨ, ਅਮਰ ਕੌਂਸਲ ਹੋ ਰਹੀ ਸੀ, ਉਹਦੇ ਵਿੱਚ ਮੈਂ ਵੀ ਗਿਆ ਤੇ ਦੂਸਰੇ ਕਮਰਿਆਂ ਵਿੱਚੋਂ ਆਰ ਐਸ ਐਸ ਦੀ ਮੀਟਿੰਗ ਸੀ, ਉਹਦੇ ਉਹ ਬੰਦੇ ਨਿਕਲੇ ਤੇ ਮੈਨੂੰ ਆਖਣ ਲੱਗੇ ਤੁਹਾਡਾ ਇਹਨਾਂ ਨਾਲ ਸੀ ਮਤਲਬ। ਮੈਂ ਉਹਨੂੰ ਆਖਿਆ ਵੀ ਜੇ ਘਰ ਨੂੰ ਅੱਗ ਲੱਗ ਜਾਵੇ, ਸਾਰੀ ਕਿਸਾਨ ਵਾਲੇ ਨੂੰ ਅੱਗ ਲੱਗ ਜਾਵੇ ਤੇ ਮੋਨੇ ਜਿਹੜਾ ਮੋਨਾ ਹੈ ਉਹ ਆ ਕੇ ਅੱਗ ਬੁਝਾਉਣ ਲੱਗ ਪਏ, ਉਹਨੂੰ ਆਖਿਆ ਤੂੰ ਮੋਨਾ ਅੱਗ ਨਾ ਬੁਝਾਈ ਮੇਰੀ। ਮੈਂ ਕਿਹਾ ਜੀ ਜੇ ਦੁਨੀਆਂ ਬਣੇਗੀ ਤੇ ਉਹਦੇ 'ਚ ਸਾਰੇ ਤੁਸੀਂ ਤੇ ਸਾਰੇ ਬਣਾਂਗੇ, ਕਿ ਸਿਰਫ ਅਮਨ ਕਰਨ ਵਾਸਤੇ, ਹਥਿਆਰ ਬੰਦ ਕਰਨ ਵਾਸਤੇ ਅਸੀਂ ਕਰਦੇ ਰਹੇ ਤੇ ਸਾਨੂੰ ਸਾਰਿਆਂ ਨੂੰ ਤੁਹਾਨੂੰ ਕਰਦਾ ਰਹਿਣਾ ਚਾਹੀਦਾ। ਗਊ ਰੱਖਿਆ ਵਾਲੇ ਪਾਸੇ, ਧਰਮ ਵਾਲੇ ਪਾਸੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੁਣਦੇ ਹਾਂ। ਸੋ ਇਸ ਵੇਲੇ ਸੰਸਾਰ ਦੇ ਵਿੱਚ ਬਹੁਤ ਦੂਰ ਤੱਕ ਇਹ ਅੱਗ ਬੜ ਰਹੀ ਹੈ, ਇੱਕ ਦੂਸਰੇ ਨੂੰ ਚੰਗਾ ਨਹੀਂ ਲੱਗਦਾ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਵਰਨਾ ਵਰਨ ਦਾ ਭਾਵ ਲਿਖਿਆ ਕਿ ਵਰਤਣ ਬਾਂਸ ਹਥਿਆਰਾ, ਇੱਕ ਦੂਜੇ ਨੂੰ ਵਰਨ ਨੂੰ ਕਰ ਛੱਡ ਦਿਓ, ਆਪਸ ਵਿੱਚ ਹਿੰਦੂ ਹਿੰਦੂ, ਸਿੱਖ ਸਿੱਖ, ਅਕਾਲੀ ਅਕਾਲੀ, ਨਾਮਧਾਰੀ ਨਾਮਧਾਰੀ, ਆਪਸ ਵਿੱਚ ਕਿੰਨੇ ਪਿਆਰ ਪ੍ਰੇਮ ਰੱਖਦੇ ਨੇ। ਇਸ ਤੋਂ ਬਗੈਰ ਇਸ ਗੱਲ ਤੋਂ ਜਿਹੜਾ ਸਤਿਗੁਰਾਂ ਨੇ ਲਿਖਿਆ ਨਾ, ਇਹ ਵੱਧ ਸਾਰੀ ਮਾਰੀ ਜਾਂਦੀ ਹੈ ਪਾਪਾਂ ਕਰਕੇ। ਡਿਪਟੀ ਸਾਹਿਬ ਅੱਬਲ ਤੇ ਹੁਣ ਪੜ੍ਹਦੇ ਕੋਈ ਨਹੀਂ, ਜੇ ਪੜ੍ਹਦੇ ਨੇ ਤੇ ਉਹ ਇਸ ਧਿਆਨ ਨਾਲ ਨਹੀਂ ਪੜ੍ਹਦੇ, ਪਰ ਕੀ ਲਿਖਿਆ ਤੇ ਉਹ ਜੋ ਕੁਝ ਲਿਖਿਆ ਹੈ ਅਸਾਂ ਉਹਦੇ 'ਤੇ ਕੁਝ ਅਮਲ ਕਰਨਾ ਹੈ ਕਿ ਨਹੀਂ ਕਰਨਾ।
ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉੱਥੇ ਰੱਖ ਕੇ ਮਿੱਟੀ ਲਾ ਕੇ ਉਹਨੂੰ ਪਾਣੀ ਨਾਲ ਧੋਤਾ ਜਾ ਸਕਦਾ। ਉਸ ਪ੍ਰੀਤੀ ਕੱਪੜ ਹੋਏ ਜੇ ਸਾਬੂਨ ਲਈ ਆ ਉਹ ਧੋਏ, ਪਰ ਪੈਂਟ ਪਾਈ ਹੋਵੇ ਤੇ ਫਿਰ ਉਹ ਖਲੋ ਕੇ ਸਾਫ਼ ਕਰੇ ਤੇ ਫਿਰ ਉਹ ਕੀ ਕਰੇਗਾ ਸਮਝ ਸਕਦਾ। ਉਹਨਾਂ ਦੀ ਵਰਦੀ ਜਿਹਨਾਂ ਨੇ ਸਾਡੇ ਹਿੰਦੁਸਤਾਨ ਦਾ ਲਹੂ ਪੀਤਾ, ਸਾਡੇ ਬਜ਼ੁਰਗਾਂ ਨੂੰ ਮਾਰਿਆ, ਨਾਮਦਾਰੀਆਂ ਨੂੰ ਪਕੜਾ, ਡੋਗ ਡੋਗ ਕੇ ਮਾਰਿਆ, ਫਾਂਸੀਆਂ 'ਤੇ ਲਟਕਾਏ, ਤੋਪਾਂ 'ਤੇ ਉਡਾਏ, ਉਹ ਵਰਦੀ ਪਾਈ ਹੋਵੇ ਤੇ ਫਿਰ ਪਿਸ਼ਾਬ ਆਪੇ ਜਿਸ ਤਰ੍ਹਾਂ ਹੋ ਜਾਣਾ। ਪ੍ਰਿਆ ਹੱਥ ਪੈਰ ਤਲਦੇ ਪਾਣੀ ਧੋਤਾ ਉਤਰਸ ਗਏ, ਮੂੰਹ ਪਲੀਤੀ ਕੱਪੜ ਹੋਏ ਤੇ ਸਾਬੂਨ ਲਈ ਆ ਉਹ ਧੋਏ। ਅਗਲੀਆਂ ਦੁਖਾਂ ਗੁਰਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਭਰੀਆ ਮਤ ਪਾਪਾ ਕਾ ਸੰਗ ਉਹ ਧੋਪਾ ਨਾਵੇ ਕਹਿਣਾ। ਤੁਸੀਂ ਇਹ ਸਮਝਦੇ ਹੋ ਕਿ ਰੋਜ਼ ਤੁਸੀਂ ਬਾਹਰ ਜਾਂਦੇ ਹੋ, ਕੱਪੜਾ ਤੁਹਾਡਾ ਰੋਜ਼ ਬੈਠਾ ਹੁੰਦਾ, ਉਹ ਤੁਹਾਨੂੰ ਧੋਣਾ ਹੀ ਪੈਂਦਾ। ਸਾਡੇ ਬਾਕੀ ਜਿਹੜਾ ਗੱਪ ਕਰਨ ਦਾ ਪਾਪਾ ਦਾ ਮਾਇਆ ਦਾ ਈਸਾ ਦੁਆਸ਼ ਦਾ ਉਹ ਵੀ ਨਾਮ ਜਪਣ ਨਾਲ ਹੀ ਧੁੱਪ ਸਕਦਾ। ਮੰਦਰ ਮਸੀਤਾਂ ਗੁਰਦੁਆਰੇ ਬਹੁਤ ਕੁਛ ਵੇਖਦੇ ਹੋ, ਸਾਰਿਆਂ ਧਰਮ ਅਦਾਰਿਆਂ ਵਾਲੇ ਇਹ ਮੰਨਦੇ ਨੇ ਕਿ ਨਾਮ ਜਪਣਾ ਸਭ ਤੋਂ ਉੱਤਮ ਹੈ। ਸਗੁਰਾਂ ਨੇ ਬਾਣੀ ਵਿੱਚ ਲਿਖ ਦਿੱਤਾ ਕਿ ਨਾਮ ਸੁਣ ਕਛ ਅਵਰ ਨਾ ਹੋਏ, ਕੋਈ ਬਰਾਬਰ ਨਹੀਂ ਹੈ। ਤੁਸੀਂ ਹੁਣੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਸੁਣਿਆ, ਰਾਮ ਨਾਮ ਹੋਰ ਮੈਂ ਗਏ ਹੋ ਜਾਗਾ ਸਭ ਨਹੀਂ ਕੋਈ। ਜੇ ਸਿਮਰਤ ਸੰਕਟ ਬੇਟਾ, ਇਹ ਸੰਕਟ ਜਿਹੜੇ ਨੇ ਸਾਡੀਆਂ ਤਲਵਾਰਾਂ ਨਾਲ ਵੋਟਾਂ ਨਾਲ ਮਿਟ ਜਾਣੇ, ਉਹਦੇ ਗੁਰੂ ਸਾਹਿਬ ਇਹ ਬਿਲਕੁਲ ਨਾ ਲੈਂਦੇ। ਦਰਦ ਤੋਂ ਹਾਰੋ ਹੋਏ, ਤੁਸੀਂ ਇਹ ਸਮਝਦੇ ਹੋ ਕਿ ਸਾਡਾ ਹਿੰਦੁਸਤਾਨ ਦਾ ਰੁਪਈਆ ਜਿਹੜਾ ਉਹ ਵਿਲਾਇਤ ਵਿੱਚ ਪਾਉਂਡ ਤੋਂ ਬਿਨਾਂ ਨਹੀਂ ਚੱਲਦਾ, ਪਾਉਂਡ ਅਮਰੀਕਾ 'ਚ ਨਹੀਂ ਚੱਲਦਾ, ਅਮਰੀਕਾ ਦਾ ਰੂਲ 'ਚ ਨਹੀਂ ਚੱਲਦਾ, ਸਾਰੇ ਦੇਸ਼ਾਂ ਦੇ ਸਿੱਕੇ ਇਕੱਠੇ ਕਰ ਲਏ ਜਾਣ ਜਿੱਥੇ ਉਹ ਬਾਈ ਗਈ ਹੈ, ਇਹਨਾਂ ਨੇ ਬਿਲਕੁਲ ਨਹੀਂ ਚੱਲਣਾ। ਉੱਥੇ ਉਹ ਜਿਹੜਾ ਨਾਮ ਅਤੇ ਬਾਣੀ ਹੈ ਸਗੁਰਾਂ ਦਾ ਆਸਰਾ ਉਹ ਹੀ ਚੱਲੇਗਾ। ਉੱਥੇ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਮੰਦਰਾਂ ਮਸੀਤਾਂ ਗੁਰਦੁਆਰਿਆਂ ਵਿੱਚ ਸਾਰਿਆਂ ਵਿੱਚ ਨਾਮ ਕਿੰਨਾ ਜਪਿਆ ਜਾ ਰਿਹਾ, ਸਾਨੂੰ ਲੋਕ ਨਾਮਧਾਰੀ ਆਉਂਦੇ ਨੇ, ਜੇ ਕਿਸੇ ਨੂੰ ਆਖਿਆ ਸਾਡੀ ਹਾਲਤ ਬਣੀ ਜਿਸ ਤਰ੍ਹਾਂ ਬਹੁਤ ਮਾੜਾ ਆਦਮੀ ਕਿਰਾਏ 'ਤੇ ਲੈਂਦਾ ਉਹਨੂੰ ਆਪਣਾ ਭਲਵਾਨ ਸੀ, ਅਸੀਂ ਵੀ ਨਾਮਧਾਰੀ ਇਸ ਤਰ੍ਹਾਂ ਦੇ ਹਾਂ, ਨਾਮ ਕਿੰਨਾ ਕੁ ਜਪਦੇ ਹਾਂ ਸਾਨੂੰ ਪਤਾ। ਸੋ ਇਹ ਬਹੁਤ ਜ਼ਰੂਰੀ ਹੈ, ਸਾਰੇ ਸਗੁਰੂ ਵਾਲੇ ਉਸਨੇ ਇੱਕ ਦੂਜੇ ਨੂੰ ਬੁਰਾ ਭਲਾ ਆਖਣ ਨਾਲੋਂ ਚੰਗਾ ਗੁਣ ਜਿਹੜੇ ਨੂੰ ਪ੍ਰਗਟ ਕਰੋ, ਮਾੜੇ ਗੁਣ ਜਿਹੜੇ ਨੇ ਉਹ ਬਿਲਕੁਲ ਉਹ ਆਪਣੇ ਅੰਦਰ ਬੜੇ ਨੇ। ਇਸ ਵੇਲੇ ਸਮਾਂ ਤਾਂ ਸਾਰੀ ਦੁਨੀਆਂ 'ਤੇ ਬਹੁਤ ਭਿਆਨਕ ਹੈ, ਪਰ ਸਾਡੇ ਪੰਜਾਬ ਦਾ ਕੀ ਹਾਲ ਹੈ ਤੁਸੀਂ ਜਾਣਦੇ ਹੋ, ਸਿੱਖਾਂ ਦਾ ਤੁਸੀਂ ਸਮਝਦੇ ਹੋ। ਬਗੈਰ ਇਸ ਗੱਲ ਤੋਂ, ਬਗੈਰ ਨਾਮ ਜਪਣ ਤੋਂ, ਬਗੈਰ ਬਾਣੀ ਪੜ੍ਹਨ ਤੋਂ, ਬਗੈਰ ਸਗੁਰੂ ਦੇ ਆਸਰੇ ਤੋਂ ਕੋਈ ਵਾਹ ਨਹੀਂ ਸਾਡੀ ਵੀ ਅਸੀਂ ਕਿਸੇ ਨੂੰ ਸਮਝਾ ਸਕੀਏ, ਕੋਈ ਆਖ ਸਕੀਏ। ਸੋ ਜਿੱਥੇ ਉਹ ਬਾਈ ਗਈ ਉੱਥੇ ਜਿਹੜਾ ਸਿੱਕਾ ਚੱਲਣਾ ਉਹ ਤਗੜੇ ਹੋ ਕੇ ਕਮਾਓ, ਪਤਾ ਨਹੀਂ ਮੈਂ ਬਾਹਰ ਇੱਕ ਮੈਂ ਡੋਬਣਾ, ਮੈਂ ਫਿਰ ਦੀ ਗੱਜ ਬੰਦ ਉਹ ਮੇਰਾ ਮੈਂ ਆਏ ਬੜਾ ਜਮ ਫਨ ਮੈਂ ਪਰਮ ਸਤਿਕਾਰਯੋਗ ਸਾਧ ਸੰਗਤ ਮਨ ਬਿਰਤੀ ਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਤਾਂ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ। ਆਪਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਪਵਿੱਤਰ ਉਪਦੇਸ਼ ਸਰਵਣ ਕੀਤਾ। ਸਤਿਗੁਰੂ ਰਾਮ ਸਿੰਘ ਬਾਰੇ ਸੱਚੇ ਪਾਤਸ਼ਾਹ ਨੇ ਚੰਡੀ ਦੀਵਾਰਾਂ ਦੇ ਪਾਠ, ਸਵਾ ਲੱਖ ਪਾਠ ਪਾਠਾਂ ਬਾਰੇ
ਅਤੇ ਨਾਮ ਜਪਣ ਬਾਰੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਬਾਰੇ ਸਤਿਗੁਰਾਂ ਨੇ ਅੱਜ ਦੇ ਉਪਦੇਸ਼ 'ਚ ਬਹੁਤ ਕਿਰਪਾ ਕੀਤੀ। ਉਸ ਵੇਲੇ ਵੀ ਸਤਿਗੁਰਾਂ ਨੇ ਆਖਿਆ ਵੀ ਇਸ ਜ਼ਮਾਨੇ 'ਚ ਵੀ ਜਿਹੜੇ ਭਜਨ ਬਾਣੀ ਕਰਦੇ ਨੇ ਉਹ ਧੰਨ ਨੇ। ਸੇ ਧੰਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿੰਨ ਬਲ ਜਾਸੀ। ਸਾਡੇ ਸੋਚੇ ਅਨੁਸਾਰ ਅੱਜ ਦਾ ਦੀਵਾਨ ਇੱਥੇ ਸ਼ਾਮ ਦਾ ਆਖਰੀ ਦੀਵਾਨ ਹੈ। ਸਾਧਗੁਰਾਂ ਨੇ ਬੜੀ ਸੇਵਾ ਭਜਨ ਬਾਣੀ ਬਹੁਤ ਕੀਤਾ ਅਤੇ ਕਰਦੇ ਨੇ। ਬੜੀ ਖੁਸ਼ੀ ਹੁੰਦੀ ਹੈ ਜਦੋਂ ਦੇਸ਼ ਜਾ ਕੇ ਇਹ ਆਖੀਦਾ ਵੀ ਇੱਥੇ ਕਮਿਊਨਿਟੀ ਸੈਂਟਰ 'ਚ ਜਗਤਾਰ ਸਿੰਘ ਹੋਣੀ ਭਜਨ ਬਾਣੀ ਕਰਦੇ ਕਰਾਉਂਦੇ ਨੇ, ਨਾਲ ਉਹ ਸੋਧੀਆਂ ਨੂੰ ਉਤਸ਼ਾਹ ਦਿੰਦੇ ਨੇ ਵੀ ਜਿਹਨੇ ਸੋਧ ਰੱਖਣੀ ਉਹ ਪਾਣੀ ਮੈਂ ਨਾਲ ਦਿਆਂਗਾ, ਸੋਧ ਰੱਖੋ ਤਗੜੇ ਹੋ ਕੇ। ਇਸ ਜ਼ਮਾਨੇ 'ਚ ਫਿਰ ਬਰਮਿੰਘਮ 'ਚ ਵੀ ਇਕੱਠੇ ਹੁੰਦੇ ਨੇ ਅਤੇ ਹੋਰ ਵੀ ਜਿਹੜੇ ਜਿੱਥੇ ਇਕੱਠੇ ਹੁੰਦੇ ਨੇ ਪੱਛਮੀ ਦੇਸ਼ਾਂ 'ਚ, ਕੈਨੇਡਾ 'ਚ 30-35 ਮੁੰਡੇ ਸਵੇਰੇ 3 ਵਜੇ ਤੋਂ ਦਿਨ ਚੜ੍ਹਦੇ ਤੱਕ ਉੱਥੇ ਭਜਨ ਬਾਣੀ ਕਰਦੇ ਨੇ। ਟੋਰੋਂਟੋ ਵਿੱਚ ਜਿਹੜਾ ਸਿਲਚਰ ਦਾ ਲੰਗਰ ਹੁੰਦਾ ਉਹ ਸਾਰਾ ਚਸ਼ਮੇ ਦੇ ਪਾਣੀ ਨਾਲ ਹੁੰਦਾ, 30 ਮੀਲ ਤੋਂ ਪਾਣੀ ਲਿਆ ਕੇ ਉਹ ਕਰਦੇ ਨੇ। ਇਹ ਗੱਲਾਂ ਇਸ ਤਰ੍ਹਾਂ ਦੀਆਂ ਨੇ ਜਿਵੇਂ ਕੱਤਕ ਵਿੱਚ ਕਣਕ ਬੀਜਦਾ ਨਾ ਆਦਮੀ, ਅਤੇ ਉਹ ਵਿਸਾਖ ਵਿੱਚ ਜਾ ਕੇ ਵੱਢੀ ਜਾਂਦੀ ਹੈ। ਕੱਤੇ 'ਚ ਕਣਕ ਬੀਜ ਕੇ ਅਤੇ ਮੱਘਰ 'ਚ ਨਹੀਂ ਵੱਢ ਸਕਦਾ, ਉਹਦੀ ਰਾਖੀ ਕਰਨੀ ਪੈਂਦੀ ਹੈ, ਉਹਦੇ ਪਾਣੀ ਦੇਣਾ ਪੈਂਦਾ, ਗੋਡੀਆਂ ਕਰਨੀਆਂ ਪੈਂਦੀਆਂ ਨੇ, ਅਤੇ ਫਿਰ 6 ਮਹੀਨੇ ਜਾ ਕੇ ਉਹਦਾ ਫਸਲ ਮਿਲਦਾ। ਇਹਦੇ ਵਾਸਤੇ ਵੀ ਸਤਿਗੁਰਾਂ ਨੇ ਲਿਖਿਆ, ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੂਆ, ਭਲੋ ਸਮੋਂ ਸੁਆਓ। ਇਹ ਵੀ ਸਤਿਗੁਰਾਂ ਨੇ ਲਿਖਿਆ, ਸਭੇ ਗੱਲਾਂ ਵਿਸਰਨ ਇੱਕੋ ਵਿਸਰਨ ਜਾਓ, ਧੰਦਾ ਸਭ ਦੇ ਲਾਇਕ ਹੈ ਗੁਰੂ ਨਾਮ ਦੀਆ ਸੱਚ ਸੁਆਓ। ਇਹਦੇ ਵਾਸਤੇ ਵਿਹਾਰ ਕਰਨਾ, ਗ੍ਰਿਸਤ ਦਾ ਕੰਮ ਵੀ ਚਲਾਉਣਾ ਹੈ, ਪਰ ਸਭ ਤੋਂ ਨੰਬਰ 1 ਦੇ ਉੱਤੇ ਭਜਨ ਬਾਣੀ ਨੂੰ ਰੱਖਣਾ ਹੈ। ਤੁਸੀਂ ਧਿਆਨ ਨਾਲ ਸੋਚੋ ਵੀ ਇਸ ਵੇਲੇ ਸਾਇੰਸ ਦਾ ਬੜਾ ਤਕੜਾ ਯੁੱਗ ਹੈ, ਅਤੇ ਉਹਦੇ ਵਿੱਚ ਪੜ੍ਹਾਈ ਕਰਕੇ ਨੌਜਵਾਨ ਬੜੇ ਬੜੇ ਕੰਮ ਕਰਦੇ ਨੇ, ਅਤੇ ਮੈਂ ਨੌਜਵਾਨਾਂ ਨੂੰ ਆਖਾਂਗਾ ਵੀ ਤੁਸੀਂ ਇੱਥੇ ਬਹੁਤ ਸਾਰੀ ਸੇਵਾ ਕੀਤੀ ਕਰਦੇ ਹੋ। ਜਿਹੜੇ 18 ਤੋਂ 20-25 ਸਾਲ ਤੱਕ ਦੇ ਬੱਚੇ ਨੇ ਉਹ ਕੰਮ ਕਰਦੇ ਨੇ, ਪਰ ਉਹਨਾਂ ਨੂੰ ਚਾਹੀਦਾ ਜਿਹੜੇ 12-15 ਸਾਲ ਦੇ ਬੱਚੇ ਨੇ ਉਹ ਵੀ ਇਕੱਠੇ ਹੋ ਕੇ ਉਹ ਹੁਣ ਤੋਂ ਹੀ ਟ੍ਰੇਨਿੰਗ ਲੈਣ। ਜਿਸ ਕਾਲਜ ਦੇ ਨਾਲ ਸਕੂਲ ਨਾ ਹੋਵੇ ਤਾਂ ਉਹ ਕਾਲਜ ਨਹੀਂ ਚੱਲਦਾ। ਸਕੂਲ 'ਚੋਂ ਬੱਚੇ ਆਉਣੇ ਨੇ ਤਾਂ ਕਾਲਜ ਵਿੱਚ ਜਾਣੇ ਨੇ। ਨਾਲੇ ਜਿੰਨਾ ਬੱਚੇ ਨੂੰ ਬਚਪਨ ਤੋਂ ਉਸਦੀ ਟ੍ਰੇਨਿੰਗ ਹੋਏਗੀ, ਜਾਂਚ ਆਏਗੀ, ਉਹ ਛੇਤੀ ਵੱਡਾ ਹੋ ਕੇ ਉਹ ਕੰਮ ਸੰਭਾਲੇਗਾ। ਆਪਣੇ ਹਾਕੀ ਵਾਲੇ ਬੱਚੇ ਬਹੁਤ ਛੋਟੇ ਸਨ, ਮੇਰਾ ਖਿਆਲ ਵੱਧ ਤੋਂ ਵੱਧ ਉਹ 15-16 ਸਾਲ ਦੀ ਉਮਰ ਦੇ ਹੋਣਗੇ, ਅਤੇ ਜਦੋਂ ਉਹਨਾਂ ਨੇ ਹਾਕੀ ਵਿੱਚ ਬਹੁਤ ਨਾਮ ਨਾ ਖੱਟਿਆ ਅਤੇ ਉਹਨਾਂ ਦਿਨਾਂ 'ਚ ਉਹ ਸੋਧ ਰੱਖਦੇ ਸਨ, ਨਿਤਨੇਮ ਕਰਦੇ ਸਨ, ਕੀਰਤਨ ਕਰਦੇ ਸਨ, ਉਸ ਨਾਲ ਉਹਨਾਂ ਦੀ ਧਾਕ ਸਾਰੇ ਦੁਨੀਆ ਦੇ ਉੱਤੇ ਪੈ ਗਈ ਕਿ ਛੋਟੇ ਛੋਟੇ ਬੱਚੇ। ਇੱਕ ਵਾਰ ਇੱਕ ਮੈਨੂੰ ਸਾਲ ਨਹੀਂ ਯਾਦ ਆਉਣਾ, ਉਹਦੀ ਵੀਡੀਓ 'ਤੇ ਹੋਈ ਹੈ, ਗੁਰਮੀਤ ਮੈਮੋਰੀਅਲ,
ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ ਕਹੁ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ ਬੇਖਿਆਨ ਸਿਓ ਕਾਹੇ ਰਚਿਓ ਨਿਮਖ ਨ ਹੋਹੇ ਉਦਾਸ ਕਹੁ ਨਾਨਕ ਭਜ ਹਰ ਮਨਾ ਪਰਾ ਨ ਜਮ ਕੀ ਫਾਸ ਤਰਨਾ ਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮਨਾ ਆਉਦ ਜਾਤ ਹੈ ਬੀਤ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਸ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨਕੀਨ ਕਹੁ ਨਾਨਕ ਨਰ ਬਾਵਰੇ ਆਬ ਕਿਉ ਡੋਲਤ ਦੀਨ ਤਨ ਧਨ ਸੰਪੈ ਸੁਖ ਦੀਓ ਅਰ ਜਿਹ ਨੀਕੇ ਤਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹਿ ਨਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਹੁ ਨਾਨਕ ਸੁਨ ਰੇ ਮਨਾ ਤੇਹ ਸਿਮਰਤ ਗਤ ਹੋਇ ਜਿਹ ਸਿਮਰਤ ਗਤ ਪਾਈਐ ਤੇਹ ਭਜ ਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ ਪਾਂਚ ਤਤ ਪੋ ਤਨ ਰਚਿਓ ਜਾਨਹੁ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈਂ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤੇਹ ਭਜ ਮਨਾ ਪਾਉ ਨਿਧ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹਿ ਜਿਹ ਕੰਚਨ ਲੋਹ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ
ਕਹੁ ਨਾਨਕ ਸੁਨ ਰੇ ਮਨ ਮੁਕਤ ਤਾਹਿ ਤੈ ਜਾਨ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਧਿਆਨ ਕਹੁ ਨਾਨਕ ਸੁਨ ਰੇ ਮਨ ਗਿਆਨੀ ਤਾਹਿ ਬਖਾਨ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੁ ਨਾਨਕ ਸੁਨ ਰੇ ਮਨ ਤੇਹ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੁ ਨਾਨਕ ਸੁਨ ਰੇ ਮਨ ਤੇਹ ਘਟ ਬ੍ਰਹਮ ਨਿਵਾਸ ਜਿਹ ਪ੍ਰਾਣੀ ਹਉ ਮੈਂ ਤਜੀ ਕਰਤਾ ਰਾਮ ਪਛਾਨ ਕਹੁ ਨਾਨਕ ਵਹ ਮੁਕਤ ਨਰ ਇਹ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤੇ ਕਾਮ ਜਿਹ ਬਾਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰ ਨਾਮ ਕਹੁ ਨਾਨਕ ਸੁਨ ਰੇ ਮਨ ਪਰਹਿ ਨ ਜਮ ਕੈ ਧਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੁ ਨਾਨਕ ਆਪਨ ਤਰੈ ਔਰਨ ਲੇ ਤੇ ਉਧਾਰ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ ਇਨ ਮੈਂ ਕਸ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨ ਪ੍ਰਾਣੀ ਕਛੂ ਨ ਚੇਤਈ ਮਦ ਮਾਇਆ ਕੈ ਅੰਦ ਕਹੁ ਨਾਨਕ ਬਿਨ ਹਰ ਭਜਨ ਪਰਤ ਤਾਹਿ ਜਮ ਫੰਦ ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ ਕਹੁ ਨਾਨਕ ਸੁਨ ਰੇ ਮਨ ਦੁਰਲਭ ਮਨੁੱਖ ਦੇਹ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੈ ਅੰਦ
ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹਿ ਜਮ ਫੰਦ। ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਇ। ਕਹੁ ਨਾਨਕ ਹਰ ਭਜ ਮਨ ਅੰਤ ਸਹਾਈ ਹੋਇ। ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ। ਕਹੁ ਨਾਨਕ ਹਰ ਭਜ ਮਨ ਨਿਰਭੈ ਪਾਵਹਿ ਬਾਸ। ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ। ਦੁਰ ਮਤ ਸਿਓ ਨਾਨਕ ਫਦਿਓ ਰਾਖ ਲੇ ਹੋ ਭਗਵਾਨ। ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ। ਕਹੁ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਰਨੋ ਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਦ। ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿੱਤਰ ਦਿਓ ਛਾੜਤ ਨਾਹਿਨ ਪੀਤ। ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ ਚਿਤਵਤ ਰਹਿ ਉਠ ਗੌਰ। ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ। ਕਹੁ ਨਾਨਕ ਸੁਨ ਰੇ ਮਨ ਹਰ ਭਾਵੈ ਸੋ ਹੋਏ। ਜਗਤ ਭਿਖਾਰੀ ਫਿਰਤ ਸਭ ਕੋ ਦਾਤਾ ਰਾਮ। ਕਹੁ ਨਾਨਕ ਮਨ ਸਿਮਰ ਤੇ ਪੂਰਨ ਹੋਵੈ ਕਾਮ। ਝੂਠੈ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਗਰਬ ਕਰਤ ਹੈ ਦੇਹ ਕੋ ਬਿਨ ਸਹਿ ਸ਼ਿਨ ਮੈਂ ਮੀਤ। ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ। ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਤੇਹ ਨਰ ਹਾਰੇ ਅੰਤਰ ਨਹੀਂ ਨਾਨਕ ਸਾਚੀ ਮਾਨ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ। ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗ੍ਰਿਹੁ ਜਿਉ ਸਦਾ। ਸਵਾਨਤ ਜਤ ਨਹੀਂ ਨਿਤ ਨਾਨਕ ਇਹ ਬੇਦ ਹਰ ਭਜੋ। ਇੱਕ ਮਨ ਹੋਏ ਇੱਕ ਚਿਤ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨਿਹ ਫਲ ਜਾਤ ਤੇ ਜਿਉ ਕੁੰਚਰ ਇਸਨਾਨ। ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ। ਕਹੁ ਨਾਨਕ ਇਹ ਬੇਦ ਭਈ ਤਉ ਨਰ ਰਸ ਲੀਨ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ।
ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ। ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਪੀਤ। ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ। ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਏ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਦੋਹਰਾ ਬਲ ਛੁੱਟ ਕਿਉ ਬੰਧਨ ਪਰੇ ਕਛੂ ਨ ਹੋ ਤੇ ਉਪਾਏ। ਕਹੁ ਨਾਨਕ ਅਭੇ ਓਟ ਗਜ ਜਿਉ ਹੋ ਸਹਾਇ। ਬਲ ਹੋਆ ਬੰਧਨ ਛੁਟੇ ਸਭ ਕਿਛੁ ਹੋ ਤੇ ਉਪਾਏ। ਨਾਨਕ ਸਭ ਕਿਛੁ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਇ। ਸੰਗ ਸਖਾ ਸਭ ਤਜ ਗਏ ਕੋ ਨ ਨਿਭਾਉ ਸਾਥ। ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਈ। ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਮੁੰਦਾਵਣੀ ਮਹਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਰੀ ਨਾ ਜਾਈ ਨਿਤ ਨਿਤ ਰੱਖ ਉਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਤੇਰਾ ਕੀਤਾ ਜਾ ਤੋ ਨਾਹੀ ਮੈਂ ਨੌ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਤਰਸ ਪਇਆ ਮਿਹਰਾਮ ਤੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪ ਹੈ ਅਠੋ ਨੰਦਨ। ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ। ਪ੍ਰਥਮ ਭੈਰ ਵੀ ਬਿਲਾਵਲੀ ਪੁੰਨਿਆ ਕੀ ਗਾਵੈ ਬੰਗਲੀ। ਪੁਨੇ ਅਸਰੇਖੀ ਕੀ ਪਈ ਬਾਰੀ ਏ ਭੈਰੋ ਕੀ ਪਾਚੋ ਨਾਰੀ। ਪੰਚਮ ਹਰਖ ਦਿਸਾਖ ਸੁਨਾਵੈ
ਬੰਗਾਲਮ ਮਦ ਮਾਧਵ ਗਾਵਹਿ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸ ਪਿਆਲਾ ਪਹਿ ਸੰਗ ਰਾਗਨੀ ਪਾ ਚੌਥਾ ਪਹਿ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਉਤੀ ਉਚਾਰੀ ਤ੍ਰਾਸਰੀਏ ਪਾਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕੇ ਉਭਾਰਾ ਖਾਓ ਖਟਿਓ ਪਾਉੜਾ ਨਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ ਪੁਣ ਆਇਓ ਹਿੰਦੋਲਾ ਪੰਚ ਨਾਲ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਹਿਰੀ ਲੈ ਭਾਰ ਜਾ ਸੰਗ ਲਾਈ ਪਾਚੋ ਆਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲ ਨ ਸੁਹਾਏ ਸਰਸ ਬਾਨਿਓ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਣ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋ ਦੀਓ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮ ਕਮਲ ਕੁਸੁਮ ਚੰਪਕ ਕੇ ਨਾਮ ਗੌਰਾਓ ਕਾਨਰਾ ਕਲਿਆਣ ਅਸ਼ਟ ਪੁੱਤਰ ਦੀਪਕ ਕੇ ਜਾਨ ਸਭ ਮਿਲ ਸ੍ਰੀ ਰਾਘਵੈ ਗਾਵੈ ਪਾਂਚੋ ਸੰਗ ਬਰੰਗਣ ਲਾਵਹਿ ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆ ਸਾਵਰੀ ਤੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਘ ਰਾਗ ਵੈ ਗਾਵਹਿ ਪਾਂਚੋ ਸੰਗ ਬਰੰਗਣ ਲਾਵਹਿ ਸੋਰਠ ਗੁੰਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਣੀ ਉਚੈ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਉ ਪਾਂਚੋ ਚੀਨੀ ਬੈਰਾ ਧਰ ਗਜ ਦਰ ਕੇ ਦਾਰਾ ਜਵਲੀ ਧਰ ਨਟਿਓ ਜਲ ਤਾਰਾ ਪੁਨ ਗਾਵਹਿ ਸੰਕਰ ਓ ਸਿਆਮ ਮੇਘ ਰਾਗ ਪੁੱਤਰਨ ਕੇ ਨਾਮ ਖਸਤ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਵੈ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਰਾਮ ਕਲੀ ਸਦ ਏਕੋ ਓਂਕਾਰ ਸਤਿਗੁਰ ਪ੍ਰਸਾਦ ਜਾਗੀ ਦਾਤਾ ਸੋਏ ਭਗਤ ਵਛਲ ਤਿਹੋ ਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਏ ਜੀਓ
ਅਵਰੋ ਨ ਜਾਣ ਹੈ ਸ਼ਬਦ ਗੁਰ ਕੈ ਕੋ ਨਾਮ ਧਿਆਵਹੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤੀ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਓ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖਹ ਅਰਦਾਸ ਜੀਓ ਪੈਜ ਰੱਖਹ ਹਰ ਜਨਹਾ ਕੇਰੀ ਹਰ ਦੇਹੋ ਨਾਮ ਨਰੰਜਣੋ ਅੰਤ ਚੱਲਦਿਆ ਹੋਏ ਬੇਲੀ ਜਮਦੂਤ ਕਾਲ ਨਖੰਜਣੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸਾਬਾਸ ਜੀਓ ਮੇਰੇ ਸਿੱਖ ਸੁਣਹੋ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵੱਜਹੇ ਵਾਜੇ ਹਰ ਆਪ ਗਲ ਮੇਲਾਵਏ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖਹੁ ਕਰ ਨਿਰਜਾਸ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨ ਪਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ ਸਤਿਗੁਰੂ ਪ੍ਰਤੱਖ ਹੋਦੈ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਆ ਹੋ ਨਿਰਵਾਣ ਜੀਓ ਕੇਸੋ ਗੋਪਾਲ ਪੰਡਤ ਸੱਦਿਆ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨੀਸਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨ ਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ
ਹਰ ਗੁਰ ਹੈ ਭਾਣ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ, ਕਹੇ ਸੁੰਦਰ ਸੁਣੋ ਸੰਤ ਸਭ ਜਗਤ ਪੈਰੀ ਪਾਏ ਜੀਓ। ਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਾਹਿਬ ਦੁੱਖ ਜਾਏ, ਤੇਗ ਬਹਾਦਰ ਸਿਮਰੀਆ ਘਰ ਨੌ ਨਿਧਿਆ ਵੈ ਤਾਏ, ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਇ। ਸ੍ਰੀ ਸਤਿਗੁਰੂ ਬਾਲਕ ਸਿੰਘ ਸਿਮਰੀਆ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਅੰਤਰਜਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਜਮ ਤੋਂ ਲਿਆ ਛਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਸਿਮਰੀਆ ਟੁੱਟੀ ਲਈ ਮਿਲਾਏ, ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਿਮਰੀਆ ਸੋਚ ਸੋਧ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਨਮ ਮਰਨ ਦੁੱਖ ਜਾਏ, ਸਤਿਗੁਰੂ ਜੀ ਸਭ ਥਾਈਂ ਹੋਵੋ ਸਹਾਏ। ਗੁਰੂ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਅੱਸੀ ਸ਼ਹੀਦ, ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤਾ ਆਵੇ। ਸਤਿਗੁਰੂ ਜੀ ਪਾਤਸ਼ਾਹ ਅਸੀਂ ਸਦਾ ਹੀ ਭੁੱਲਣਹਾਰ ਜੀਵ ਹਾਂ, ਆਪ ਸਦਾ ਬਖਸ਼ਿੰਦ ਪਿਤਾ ਹੋ, ਦਰੋਂ ਕਰੋ ਸਿੱਖੀ ਸਿਦਕ ਬਖਸ਼, ਬੇਮੁੱਖ ਹੋ ਕੇ ਨਾ ਮਰੀਏ ਪਾਤਸ਼ਾਹ, ਧਰਤੀ 'ਤੇ ਧਰਮ ਵਰਤਾਓ, ਕੁੱਲ ਸ੍ਰਿਸ਼ਟੀ ਆਪ ਜੀ ਦਾ ਨਾਮ ਜਪੇ, ਕੋਈ ਦੁਖੀਆ ਰਹੀ ਹੀ ਨਾ। ਸਤਿਗੁਰੂ ਜੀ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਪ੍ਰਾਰਥਨਾ ਆਪ ਜੀ ਦੇ ਚਰਨਾਂ ਵਿੱਚ, ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ, ਦੀਨਾ ਬੰਧੂ ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਦੀਆਂ ਪਿਆਰੀਆਂ ਸੰਗਤਾਂ ਇਕੱਤਰ ਹੋ ਕੇ ਆਪ ਜੀ ਦੇ ਪਾਵਨ ਪਵਿੱਤਰ ਨਾਮ ਦਾ ਸਿਮਰਨ ਕੀਤਾ, ਆਪ ਜੀ ਦੇ ਦਰਸ਼ਨ ਨਿਮਿਤ ਦਰਸ਼ਨ ਦੀ ਦਾਤ ਬਖਸ਼ੋ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਪ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਾਧ ਸੰਗਤ ਨੇ ਸਰਵਣ ਕੀਤਾ, ਕਿਰਪਾ ਕਰੋ ਸਾਡੇ ਹਿਰਦਿਆਂ 'ਤੇ ਵਸੇ, ਦੀਨਾ ਬੰਧੂ ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਚਰਨਾਂ ਵਿੱਚ ਸਮੂਹ ਸਾਧ ਸੰਗਤ ਦੀ ਅਰਦਾਸ ਹੈ, ਆਪ ਜੀ ਦੇ ਦਰ ਘਰ ਦੇ ਸਿੱਖ ਸੇਵਕ ਸਰਦਾਰ ਗੁਰਮੁਖ ਸਿੰਘ ਜੀ ਆਪ ਹੀ ਦਿੱਤੀ ਆਯੂ ਨੂੰ ਭੋਗ ਕੇ ਸਾਸਾਰ ਮਾਤਲੁਕ ਤੋਂ ਚਲਾਣਾ ਕਰ ਗਏ ਨੇ, ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ, ਉਹਨਾਂ ਦੇ ਨਿਮਿਤ ਪਾਵਨ ਪਵਿੱਤਰ ਗੁਰਬਾਣੀ ਸ਼੍ਰੀ ਆਦਿ ਗ੍ਰੰਥ ਸਾਹਿਬ ਦੇ ਇੱਕ ਪਾਠ ਦਾ ਭੋਗ ਪਾਇਆ ਗਿਆ, ਸੱਚੇ ਪਾਤਸ਼ਾਹ ਤੋਂ ਕੱਖਰਵਾਦ ਦਾ ਘਾਟਾ ਬਖਸ਼ ਲਓ, ਪੜ੍ਹੀ ਸੁਣੀ ਗੁਰਬਾਣੀ ਆਪਣੇ ਦਰ 'ਤੇ ਪ੍ਰਵਾਨ ਕਰੋ, ਆਈ 'ਤੇ ਵੇਖ ਸੁਣ ਰਹੀ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕੋ ਭੋਗ ਲੱਗੇ ਸੀ ਪ੍ਰਸ਼ਾਦ ਆਪ ਜੀ ਕੀ ਸੰਗਤ ਕੋ ਮਿਲੇ, ਭੰਡਾਰ ਅਤੁੱਟ ਹੋ ਕੇ ਵਰਤੇ ਜੋ ਛਕੇ, ਆਪ ਜੀ ਦਾ ਨਾਮ ਜਪੇ ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਲੋਕ ਮਹੱਲਾ ਤੀਜਾ, ਕਲਯੁਗ ਮਹਿ ਨਾਮ ਨਿਧਾਨ, ਭਗਤੀ ਖੱਟਿਆ ਹਰਿ ਉੱਤਮ ਪਦ ਪਾਇਆ, ਸਤਿਗੁਰ ਸੇਵ ਹਰ ਨਾਮ ਮਨ ਵਸਾਇਆ,
ਆਨੰਦਨ ਨਾਮ ਧਿਆਇਆ ਵਿੱਚੇ ਗ੍ਰਹਿ ਗੁਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਧਨ ਜਣੇਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੋ ਜਿਨ ਭ੍ਰਮ ਭੁੱਲਾ ਮਾਰਗ ਪਾਇਆ। ਹਾਂਜੀ ਸਤਿਗੁਰੂ ਜੀ ਦੇ ਪਾਵਨ ਦੀਵਾਨ ਦੀ ਹਾਜ਼ਰੀ ਭਰਦੀ ਹੋਈ ਸਾਧ ਸੰਗਤ ਜੀਓ, ਫਰੀਦ ਜੀ ਦਾ ਸ਼ਲੋਕ ਹੈ, ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ ਨੌਬਤ ਵੱਜੀ ਸੁਬਾ ਸਿਉਂ ਚੱਲਣ ਕਾ ਕਰ ਸਾਜ। ਪੁਰਾਣੇ ਸਮਿਆਂ 'ਚ ਜਦੋਂ ਬਾਦਸ਼ਾਹ ਸਫ਼ਰ 'ਤੇ ਤਿਆਰੀ ਕਰਦੇ ਸਨ ਤਾਂ ਉਹਨਾਂ ਦੇ ਬੂਹੇ ਅੱਗੇ ਡਿਊੜੀਆਂ ਅੱਗੇ ਨਗਾਰੇ ਵੱਜਣੇ ਸ਼ੁਰੂ ਹੋ ਜਾਂਦੇ ਸਨ ਅਤੇ ਫਰੀਦ ਜੀ ਇਸ ਸ਼ਲੋਕ ਦੇ ਨਾਲ ਇਹ ਸਮਝਾਉਂਦੇ ਨੇ ਕਿ ਕਾਲ ਰੂਪੀ ਇਹ ਨਗਾਰਾ ਸਾਡੇ ਸਾਰਿਆਂ ਦੇ ਸਿਰਾਂ ਦੇ ਉੱਤੇ ਕਦੋਂ ਦਾ ਵੱਜ ਰਿਹਾ ਹੈ ਅਤੇ ਅਸੀਂ ਅਵੇਸਲੇ ਹਾਂ। ਇੱਕ ਹੋਰ ਗੁਰਬਾਣੀ ਦੀ ਤੁਕ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ, ਨਹਿ ਬਾਰਕ ਨਹਿ ਜੋਬ ਨੇ ਨਹਿ ਬਿਰਦੀ ਕਾਸ਼ ਬੰਦ ਉਹ ਬੇਰਾ ਨਾ ਬੂਝਈ ਜੋ ਆਏ ਪਰੈ ਜਮ ਫੰਦ। ਬੱਚਾ ਵੀ ਚਲਾ ਜਾਂਦਾ ਹੈ ਪਰ ਜਵਾਨ ਵੀ ਜਾਂਦੇ ਨੇ ਅਤੇ ਬਿਰਧਾਂ ਨੇ ਤਾਂ ਜਾਣਾ ਹੀ ਹੁੰਦਾ ਹੈ। ਉਸ ਵਕਤ ਦਾ ਜਿਹੜਾ ਪਤਾ ਨਹੀਂ ਕਿ ਕਦੋਂ ਕੀ ਦੀ ਵਾਰੀ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹ ਸਾਡਾ ਨੌਜਵਾਨ ਗੁਰਮੁਖ ਸਿੰਘ 49 ਕੁ ਸਾਲ ਦੀ ਆਪਣੀ ਸੰਖੇਪ ਜੀ ਜੀਵਨ ਯਾਤਰਾ ਸਮਾਪਤ ਕਰਕੇ ਚਲਾ ਗਿਆ ਹੈ। ਪਿਛਲੇ ਕੁਝ ਸਮਿਆਂ ਤੋਂ ਕੋਈ ਅਸਾਧ ਰੋਗ ਨੇ ਸਰੀਰ ਨੂੰ ਘੇਰਿਆ। ਲੰਮਾ ਸਮਾਂ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਵਿੱਚ ਇਲਾਜ ਹੋਇਆ। ਹਾਜ਼ਰਾ ਹਜ਼ੂਰ ਸੱਚੇ ਪਾਤਸ਼ਾਹ ਜੀ ਵੀ ਦਰਸ਼ਨ ਦੇਣ ਵਾਸਤੇ ਜਾਂਦੇ ਰਹੇ, ਮਿਲ ਗਿਲ ਕੇ ਆਏ। ਮੈਨੂੰ ਭਾਈ ਹਰਪਾਲ ਸਿੰਘ ਦੱਸ ਰਹੇ ਸਨ, ਕੁਝ ਦਿਨ ਪਹਿਲਾਂ ਇੱਥੇ ਵੋਟਾਂ ਦੇ ਸਿਲਸਿਲੇ 'ਚ ਮੈਂ ਵੀ ਆਇਆ ਸਾਂ ਲੇਖਕਾਂ ਦੀਆਂ 'ਚ, ਕਿ ਹਾਲਾਤ ਵਧੀਆ ਨਹੀਂ ਗੁਰਮੁਖ ਸਿੰਘ ਦੇ, ਪਰ ਜਿਹਦੀ ਆਸ਼ੰਕਾ ਸੀ ਉਹ ਹੋ ਗਿਆ। ਉਹ ਸਤਿਗੁਰੂ ਜੀ ਤੋਂ ਵਰੋਸਾਏ ਪਰਿਵਾਰ 'ਚ ਉਹਨੇ ਜਨਮ ਲਿਆ। ਸਤਿਗੁਰ ਛੇਤੀ ਰੱਤਿਆ ਦਰਗਹਿ ਪਾਈਆ ਠਾਓ,
ਇੱਥੇ ਉਹਨਾਂ ਦੇ ਮਾਤਾ ਪਿਤਾ ਲੰਮਾ ਸਮਾਂ ਗੁਰੂ ਘਰ ਵਿੱਚ ਸੇਵਾ ਕਰਦੇ ਆ ਰਹੇ ਹਨ। ਗੁਰੂ ਹਰੀ ਸਿੰਘ ਜੀ ਆਪਣੇ ਸਮੇਂ ਵਿੱਚ ਇਹ ਬਚਨ ਅਕਸਰ ਕਰਿਆ ਕਰਦੇ ਸਨ ਕਿ ਟਹਿਲੇ ਵਾਲਿਆਂ ਕੋ ਬੇਅੰਤ ਸੁੱਖ ਹੋਣਗੇ, ਔਰ ਇਹ ਵੀ ਫਰਮਾਇਆ ਕਰਦੇ ਸੀ ਕਿ ਹੁਣ ਤਾਂ ਅਸੀਂ ਟਹਿਲੇ ਲਈ ਸੱਦਦੇ ਹਾਂ, ਕਦੇ ਸਮਾਂ ਆਵੇਗਾ ਇਹ ਗੁਰੂ ਕਾ ਟਹਿਲਾ ਲੱਭਣਾ ਨਹੀਂ, ਇਹ ਲੱਭਿਆ ਵੀ ਨਹੀਂ ਮਿਲੇਗਾ। ਇਹ ਇਸ ਤਰ੍ਹਾਂ ਦੇ ਬਚਨ ਅਸੀਂ ਆਪਣੇ ਪੁਰਾਣੇ ਇਤਿਹਾਸ ਵਿੱਚੋਂ ਪੜ੍ਹਦੇ ਹਾਂ। ਇਹਨਾਂ ਦਾ ਪੁਰਾਣਾ ਮੁੱਢ ਕਦੀਮ ਦਾ ਨਗਰ ਤਾਂ ਫਲਪੋਤਾ ਗੁਰਾਏ ਦੇ ਕੋਲ ਦੁਆਬੇ ਵਿੱਚ, ਉੱਥੇ ਤਿੰਨ ਭਰਾਵਾਂ ਦਾ ਪਰਿਵਾਰ, ਸਰਦਾਰ ਗੁਰਦਿਆਲ ਸਿੰਘ, ਸੰਤ ਗੁਲਜਾਰ ਸਿੰਘ, ਸਰਦਾਰ ਆਤਮਾ ਸਿੰਘ। ਗੁਲਜਾਰ ਸਿੰਘ ਹੋਰਾਂ ਨੇ ਵੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਹਜ਼ੂਰੀ ਸੇਵਕ ਦੇ ਤੌਰ 'ਤੇ ਬਹੁਤ ਸਾਲ ਸੇਵਾ ਨਿਭਾਈ। ਦੂਜੇ ਭਾਈ ਉਹਨਾਂ ਦੇ ਖੇਤੀ ਕਰਦੇ ਸਨ। ਇਹ ਗੁਰਦਿਆਲ ਸਿੰਘ ਹੋਰਾਂ ਦੇ ਦੋ ਲੜਕੇ ਲਹਿੰਬਰ ਸਿੰਘ ਅਤੇ ਕਰਨੈਲ ਸਿੰਘ, ਕਰਨੈਲ ਸਿੰਘ ਅਤੇ ਬੀਬੀ ਸੁਰਜੀਤ ਕੌਰ, ਇਹਨਾਂ ਦਾ ਇਹ ਬੱਚਾ, ਚਾਰ ਪੁੱਤਰ ਸੀ ਇਹਨਾਂ ਦੇ। ਇਹ ਚਾਰ ਭਾਈ ਸਨ, ਵੱਡੇ ਸਾਰਿਆਂ ਤੋਂ ਗੁਰਮੁਖ ਸਿੰਘ, ਫਿਰ ਗੁਰਦੇਵ ਸਿੰਘ ਜਿਹੜੇ ਆਸਟ੍ਰੇਲੀਆ ਵਿੱਚ, ਫਿਰ ਬਲਦੇਵ ਸਿੰਘ ਜਿਹੜੇ ਇੰਗਲੈਂਡ ਵਿੱਚ, ਔਰ ਛੋਟੇ ਸ਼ੇਰ ਸਿੰਘ ਜਿਹੜੇ ਇੱਥੇ ਸਾਡੇ ਮਾਨਯੋਗ ਸੰਤ ਹਰਪਾਲ ਸਿੰਘ ਜੀ ਸੇਵਕ, ਉਹਨਾਂ ਦੀ ਪੁੱਤਰੀ ਨਾਲ ਜਿਨ੍ਹਾਂ ਦਾ ਨਾਤਾ ਜੁੜਿਆ। ਇਹਦਾ ਗੁਰਮੁਖ ਸਿੰਘ ਦਾ ਰਿਸ਼ਤਾ ਮਿਰਜ਼ਾਪੁਰ ਦੇ ਸਰਦਾਰ ਬਲਵੰਤ ਸਿੰਘ ਜੀ, ਜਿਹੜੇ ਇੱਥੇ ਸਤਿਗੁਰੂ ਜੀ ਦੇ ਪਹਿਰੇ ਦੀ ਸੇਵਾ ਬੜੇ ਸਾਲ ਨਿਭਾਈ, ਜਿਨ੍ਹਾਂ ਨੇ ਉਸ ਪਰਿਵਾਰ ਨਾਲ ਸਰਦਾਰ ਅਵਤਾਰ ਸਿੰਘ ਘੁੰਮਣ ਦੀ ਭਣੇਵੀਂ, ਉਹ ਬੀਬੀ ਜਿਹੜੀ ਇਹਨਾਂ ਦੇ ਘਰੋਂ, ਦੋ ਇਹਨਾਂ ਦੇ ਬੱਚੀ ਇਹਨਾਂ ਦੀ ਭਿੰਡਰ ਪਰਿਵਾਰ ਹੈ ਪ੍ਰਤਾਪ ਨਗਰ ਵਿੱਚ, ਸਰਦਾਰ ਦਦਾਰ ਸਿੰਘ ਹੋਰੀ ਉੱਧਰ ਉਸ ਪਰਿਵਾਰ 'ਚ, ਔਰ ਲੜਕਾ ਅਜੇ ਪੜ੍ਹ ਰਿਹਾ ਹੈ। ਇਸ ਤਰ੍ਹਾਂ ਸਾਰੇ ਭੈਣ ਭਾਈ ਗੁਰੂ ਆਸ਼ੇ ਵਾਲੇ। ਫਲਪੋਤੇ ਦਾ ਜਦੋਂ ਜ਼ਿਕਰ ਕਰਦੇ ਹਾਂ ਤਾਂ ਪ੍ਰੀਤਮ ਸਿੰਘ ਪੰਛੀ ਜਿਹੜੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਬਾਲ ਸਿਖਾਈ ਮਿੱਤਰ ਸਨ, ਉਹ ਵੀ ਯਾਦ ਆ ਜਾਂਦੇ ਨੇ, ਉਹ ਵੀ ਫਲਪੋਤੇ ਦੇ ਸਨ। ਔਰ ਨਾਮਧਾਰੀ ਵਿਦਿਆਲਾ ਦੇ ਪੁਰਾਣੇ ਵਿਦਿਆਰਥੀਆਂ, ਪਹਿਲਿਆਂ ਵਿਦਿਆਰਥੀਆਂ ਵਿੱਚੋਂ ਸਤਿਗੁਰੂ ਜੀ ਅਤੇ ਮਹਾਰਾਜ ਵੀਰ ਸਿੰਘ ਜੀ ਦੇ ਨਾਲ ਉਹ ਇੱਥੇ ਵਿੱਦਿਆ ਹਾਸਲ ਕੀਤੀ, ਔਰ ਪੰਜਾਬੀ ਦੇ ਬਹੁਤ ਵੱਡੇ ਵਿਦਵਾਨ, ਹਿੰਦੀ ਦੇ ਵੀ, ਪੰਜਾਬੀ ਦੇ ਵੀ ਬੜੇ ਅੱਛੇ ਲੇਖਕ, ਬਹੁਤ ਸਾਰੀਆਂ ਪੁਸਤਕਾਂ ਉਹਨਾਂ ਦੀਆਂ, ਨਾਮਧਾਰੀ ਇਤਿਹਾਸ ਵੀ ਉਹਨਾਂ ਨੇ ਲਿਖਿਆ, ਦਮਨ ਚੱਕਰ ਕੇ 50 ਵਰਸ਼ ਹਿੰਦੀ ਵਿੱਚ ਉਹਨਾਂ ਦੀ ਪੁਸਤਕ। ਸੋ ਫਲਪੋਤੇ ਤੋਂ ਇਹ ਪਰਿਵਾਰ ਦਮਦਮੇ ਨਿਵਾਸ ਰੱਖਦਾ ਹੈ, ਔਰ ਅੱਜ ਕੱਲ੍ਹ ਇੱਥੇ ਸਤਿਗੁਰੂ ਜੀ ਦੀ ਸੇਵਾ ਵਿੱਚ ਇਹਨਾਂ ਦੇ ਮਾਤਾ ਪਿਤਾ। ਇਹ ਸਦਮਾ ਬਹੁਤ ਵੱਡਾ ਹੈ, ਪਰ ਸਤਿਗੁਰੂ ਰਾਮ ਸਿੰਘ ਜੀ ਇੱਕ ਹੁਕਮਨਾਮੇ ਵਿੱਚ ਬੀਬੀ ਜਵਾਲਾ ਦੇਵੀ ਨੂੰ ਲਿਖਦੇ ਨੇ ਕਿ ਜਵਾਲਾ ਦੇਵੀ ਧਨ ਨੂੰ, ਪੁੱਤਾਂ ਨੂੰ, ਧੀਆਂ ਨੂੰ ਛੱਡ ਕੇ ਪਿਰਥੀ ਚਲੀ ਜਾਂਦੀ ਹੈ, ਦੇਹਾਂ ਦਾ ਮੇਲਾ ਤਾਂ ਕੋਈ ਦਿਨ ਦਾ ਮੇਲਾ ਹੈ, ਪਿੱਛੇ ਰਹਿ ਜਾਂਦੇ ਨੇ ਸਾਡੇ ਨੇਕ ਕਾਰਜ ਜਿਹੜੇ ਮਨੁੱਖ ਇੱਥੇ ਕਰ ਜਾਂਦਾ। ਗੁਰਮੁਖ ਸਿੰਘ ਨੇ ਨਾਮਧਾਰੀ ਸੀਟ ਵਿੱਚ ਆਪਣੀ ਸੇਵਾ ਨਿਭਾਉਂਦਿਆਂ ਹੋਇਆਂ ਹੁਕਮ ਅਨੁਸਾਰ ਉਹ ਸਦਾ ਸਨਮੁੱਖ ਰਿਹਾ, ਖਿੜੇ ਮੱਥੇ ਗਿਆ। ਅਸੀਂ ਉਹਦਾ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਦੀ ਕਾਮਨਾ ਕਰਦੇ ਹੋਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਕਿ ਉਹਦੇ ਬੱਚਿਆਂ ਨੂੰ, ਬਾਕੀ ਪਰਿਵਾਰ ਨੂੰ ਇਹ ਕਰੜਾ ਭਾਣਾ ਦੁਖਦਾਈ ਬਰਦਾਸ਼ਤ ਕਰਨ ਦੀ ਕਿਰਪਾ ਕਰਨ। ਧੰਨਵਾਦ। ਸਤਿ ਸ਼੍ਰੀ ਅਕਾਲ। ਸੰਤ ਹਰਪਾਲ ਸਿੰਘ ਜੀ।
ਆ ਜਾਓ 2 ਮਿੰਟ ਤੁਸੀਂ ਵੀ ਕਿਰਪਾ ਕਰੋ। ਸੰਤ ਹਰਪਾਲ ਸਿੰਘ ਜੀ ਸੇਵਕ ਸਤਿਕਾਰਯੋਗ ਸਤਸੰਗੀਓ, ਇੱਕ ਵਾਰੀ ਯਾਦ ਕਰੋ ਉਸ ਸਤਿਗੁਰੂ ਨੂੰ ਜਿਸ ਦੀ ਫੁਲਵਾੜੀ ਦਾ ਇੱਕ ਫੁੱਲ ਆਪਣੀ ਜੀਵਨ ਯਾਤਰਾ ਸੰਪੂਰਨ ਕਰ ਗਿਆ। ਸਾਰੇ ਬੜੇ ਪ੍ਰੇਮ ਨਾਲ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਜੀ। ਵਿਰਕ ਜੀ ਤੋਂ ਤੁਸੀਂ ਵਿਸਥਾਰ ਨਾਲ ਇਸ ਪਰਿਵਾਰ ਦੇ ਪਿਛੋਕੜ ਬਾਰੇ, ਵਰਤਮਾਨ ਬਾਰੇ ਸੁਣ ਚੁੱਕੇ ਹੋ, ਮੈਂ ਉਹ ਕੋਈ ਗੱਲ ਨਹੀਂ ਦੁਹਰਾਵਾਂਗਾ। ਹੁਣ ਕੀਰਤਨ ਹੋਣਾ, ਸੰਖੇਪ ਵਿੱਚ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉ ਜਿਉ ਔਧ ਵਿਹਾਣੀਆਂ। ਅਕਾਲ ਪੁਰਖ ਦੀ ਰਚਨਾ ਵਿੱਚ ਦੋਵੇਂ ਤਰ੍ਹਾਂ ਦੇ ਨੇ। ਇੱਕ ਲਿਖਿਆ ਕਿ ਇੱਕ ਤੱਤੇ ਤਾਮਸੀ ਗੁਣਾਂ ਵਾਲੇ, ਇੱਕ ਸਤੋ ਗੁਣੀ ਮਿੱਠੇ ਬੋਲਣ ਵਾਲੇ, ਪਰ ਸਾਰੇ ਹੀ ਆਪੋ ਆਪਣੇ ਸਮੇਂ ਵਿੱਚ ਜਿਵੇਂ ਜਿਵੇਂ ਸਮਾਂ ਆਉਂਦਾ ਜਾਈ ਜਾ ਰਹੇ ਨੇ। ਅਤੇ ਗੁਰਮੁਖ ਸਿੰਘ ਸੱਚਮੁੱਚ ਹੀ ਸਤੋ ਗੁਣੀ ਸਾਧੂ ਸੁਭਾਅ ਦਾ ਗੁਰਮੁਖ ਸੀ। ਉਹਦਾ ਜੇ ਨਾਂ ਗੁਰਮੁਖ ਸੀ, ਉਹਦੇ ਕਰਮ ਵੀ ਗੁਰਮੁਖਾਂ ਵਾਲੇ ਸਨ। ਕਦੀ ਕਿਸੇ ਨਾਲ ਉੱਚਾ ਬੋਲਦਿਆਂ ਨਹੀਂ ਵੇਖਿਆ। ਸਿੱਖੀ ਸਰੂਪ ਵਿੱਚ ਰਹਿਣਾ, ਭਜਨ ਬਾਣੀ ਕਰਨਾ, ਸੇਵਾ ਜਿੱਥੇ ਜ਼ਿੰਮੇਵਾਰੀ ਲੱਗ ਗਈ ਤਨ ਦੇਈ ਨਾਲ ਨਿਭਾਉਣੀ। ਨੇਕੀ ਉਹਨਾਂ ਦੇ ਹਿਰਦੇ ਵਿੱਚ ਸੀ, ਪਰਉਪਕਾਰ ਉਹਨਾਂ ਦਾ ਸੁਭਾਅ ਸੀ। ਗੁਰਮੁਖ ਉਹਦੇ ਸਾਥੀਆਂ 'ਚੋਂ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਪਈ, ਉਸੇ ਵੇਲੇ ਹੀ ਆਪਣੇ ਪੱਲਿਓਂ ਆਪਣਾ ਕ੍ਰੈਡਿਟ ਕਾਰਡ ਦੇ ਕੇ ਜਾਂ ਆਪਣਾ ਡੈਬਿਟ ਕਾਰਡ ਦੇ ਕੇ ਦੇ ਦੇਣਾ, ਪਾਸਵਰਡ ਵੀ ਦੱਸ ਦੇਣਾ, ਜਾਂ ਜਿੰਨੇ ਪੈਸੇ ਚਾਹੀਦੇ ਨੇ ਕੱਢ ਲੈ। ਇਸ ਤਰ੍ਹਾਂ ਉਹ ਸੇਵਾ ਕਰਦੇ ਰਹੇ। ਪ੍ਰਸਾਦ ਸਿੰਘ ਜੀ, ਸੱਚ ਪਾਤਸ਼ਾਹ ਜੀ ਦੀ ਖੇਡ ਹੈ, ਸਾਨੂੰ ਸਿੱਖੀ ਵਿੱਚੋਂ ਇਹੋ ਹੀ ਪ੍ਰਾਪਤ ਹੁੰਦਾ ਕਿ ਦੁੱਖ ਆਵੇ ਵੀ ਅਸੀਂ ਦੁੱਖ ਨੂੰ ਸਹਿਣ ਕਰ ਸਕੀਏ ਸੌਖਿਆਂ। ਦੁੱਖ ਨੂੰ ਸਹਿਣ ਕਰਨ ਦੀ ਸਮਰੱਥਾ ਹੀ ਸਾਨੂੰ ਨਾਮ, ਬਾਣੀ ਅਤੇ ਸਿੱਖੀ ਵਿੱਚੋਂ ਮਿਲਦੀ ਹੈ। ਗੁਰਮੁਖ ਸਿੰਘ ਨੂੰ ਕਰੀਬ 2.5 ਕੁ ਸਾਲ ਪਹਿਲੋਂ ਜਦੋਂ ਡਾਕਟਰਾਂ ਨੇ ਇਸ ਬਿਮਾਰੀ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਇਹਦਾ ਇਲਾਜ ਨਹੀਂ ਤਾਂ ਸ਼ਾਇਦ ਕੁਛ ਵੀ ਨਹੀਂ ਕੱਢੇਗਾ, ਉਹਨੂੰ ਇਹ ਪਤਾ ਹੁੰਦਿਆਂ ਹੋਇਆਂ ਜਦੋਂ ਵੀ ਉਹਨੂੰ ਜਾ ਕੇ ਮਿਲਣਾ, ਪੁੱਛਣਾ ਕੀ ਹਾਲ ਹੈ, ਹੌਲੀ ਹੌਲੀ ਸਿਹਤ ਠਾਣ ਜਾ ਰਹੀ ਸੀ। ਹਮੇਸ਼ਾ ਹੱਸ ਕੇ ਖੁਸ਼ ਰਹਿਣਾ, ਕਦੀ ਕੋਈ ਪਰੇਸ਼ਾਨੀ ਨਹੀਂ ਜਿਤਾਈ। ਸੱਚ ਪਾਤਸ਼ਾਹ ਸ਼ੁਰੂ ਤੋਂ ਲੈ ਕੇ ਲਗਾਤਾਰ ਉਹਦਾ ਬਹੁਤ ਧਿਆਨ ਰੱਖਿਆ। ਪ੍ਰਸਾਦ ਸਿੰਘ ਜੀ, ਗੁਰਮੁਖ ਸਿੰਘ 'ਤੇ ਇਹ ਕਿਰਪਾ ਰਹੀ ਕਿ ਉਹਨੇ ਇਸ ਦੁੱਖ ਨੂੰ ਬੜੇ ਸਹਿਜ ਨਾਲ ਸਹਿਣ ਕੀਤਾ। ਇਹ ਸਹਿਣ ਕਰਦਿਆਂ ਹੋਇਆਂ ਇੱਥੇ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਕਿ ਇਹ ਵੀ ਸੱਚ ਪਾਤਸ਼ਾਹ ਜੀ ਦੀ ਬਖਸ਼ਿਸ਼ ਹੀ ਹੈ। ਇਹ ਸਾਡੇ ਇਹ ਸਿੱਖੀ ਸੱਭਿਆਚਾਰ ਦਾ ਜਾਂ ਸਾਡੇ ਕਲਚਰ ਦਾ ਹਿੱਸਾ ਹੈ ਕਿ ਘਰ ਪਰਿਵਾਰ ਵਾਲਿਆਂ ਨੇ, ਸਾਰਿਆਂ ਨੇ ਇਹ ਸਾਰਾ ਕੁਛ ਜਾਣਦਿਆਂ ਹੋਇਆਂ ਬੜੇ ਹੀ ਪ੍ਰੇਮ ਨਾਲ ਸੇਵਾ ਕੀਤੀ। ਖਾਸ ਕਰਕੇ ਗੁਰਮੁਖ ਸਿੰਘ ਦੇ ਘਰੋਂ ਬੀਬੀ ਗੁਰਜੀਤ ਕੌਰ ਨੇ, ਉਹਨਾਂ ਦਾ ਕਾਕਾ ਗੁਰਦਿਆਲ ਸਿੰਘ, ਉਹਨਾਂ ਨੇ ਜਿਸ ਤਰ੍ਹਾਂ ਸੇਵਾ ਕੀਤੀ ਹੈ, ਆਪਣੀ ਇਹ ਸਮਝ ਕੇ ਕਿ ਹੁਣ ਸੱਚੇ ਪਾਤਸ਼ਾਹੀ ਦੀ ਰਜ਼ਾ ਹੈ, ਅਤੇ ਅਖੀਰ ਤੱਕ ਵੀ ਕਦੀ ਡੋਲੇ ਨਹੀਂ, ਕਦੀ ਰੋਸ ਨਹੀਂ ਕੀਤਾ ਕਿ ਸੱਚੇ ਪਾਤਸ਼ਾਹ ਸਾਡੇ ਇਸ ਤਰ੍ਹਾਂ ਪਰਿਵਾਰ 'ਚ ਇੰਨੀ ਬਿਮਾਰੀ ਆ ਗਈ, ਤੁਸੀਂ ਠੀਕ ਕਿਉਂ ਨਹੀਂ ਕਰਦੇ। ਇਹੋ ਹੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਜ਼ਰੂਰ ਬਖਸ਼ਿਸ਼ ਕਰਨਗੇ। ਇੰਨਾ ਹੌਸਲਾ ਰੱਖਿਆ ਜਸਬੀਰ ਸਿੰਘ, ਉਹਨਾਂ ਦੇ ਤਾਏ ਦਾ ਪੁੱਤਰ ਭਰਾ ਹੈ, ਉਹਨੇ ਵੀ ਆਣ ਕੇ ਕਿੰਨੇ ਮਹੀਨਿਆਂ ਤੋਂ ਲੈ ਕੇ ਗੁਰਮੁਖ ਸਿੰਘ ਦੇ ਨਾਲ ਰਹਿ ਕੇ ਸੇਵਾ ਕੀਤੀ। ਇਹ ਸੱਚ ਪਾਤਸ਼ਾਹੀ ਦੀ ਬਖਸ਼ਿਸ਼ ਹੈ ਕਿ ਮੈਂ ਸਮਝਦਾ ਇਹ ਘਰ ਵਿੱਚ, ਪਰਿਵਾਰ ਵਿੱਚ ਅਤੇ ਇਹਨਾਂ ਸਾਰੇ ਭੈਣਾਂ ਭਰਾਵਾਂ ਵਿੱਚ ਜਿਹੜੀ ਸਿੱਖੀ ਹੈ, ਇਹਦਾ ਮੂਲ ਕਾਰਨ ਇਹਨਾਂ ਦੀ ਮਾਤਾ ਬੀਬੀ ਸੁਰਜੀਤ ਕੌਰ, ਜਿਨ੍ਹਾਂ ਨੂੰ ਬੀਬੀ ਸੀਤੋ ਕਰਕੇ ਵੀ ਆਖਦੇ ਨੇ,
ਉਹ ਭਜਨ ਬਾਣੀ ਅਤੇ ਸੇਵਾ ਦੀ ਮੂਰਤ ਹੈ। ਉਹਨਾਂ ਨੇ ਬੱਚਿਆਂ ਨੂੰ ਸ਼ੁਰੂ ਤੋਂ ਲੈ ਕੇ ਇਸ ਤਰ੍ਹਾਂ ਦੀ ਪਾਲਣਾ ਪੋਸਣਾ ਕੀਤੀ ਕਿ ਬਚਪਨ ਵਿੱਚ ਦਮਦਮੇ ਆਸਾ ਜੀ ਵਾਰ ਲੱਗਣੀ, ਸੱਚ ਪਾਤਸ਼ਾਹ ਜੀ ਦਾ ਹੁਕਮ ਸੀ ਰੋਜ਼ ਵਾਰਾਂ ਲੱਗਿਆ ਕਰ, ਵਾਰ ਲੱਗਿਆ ਕਰੇ। ਇੱਥੇ ਸੰਤੋਖ ਸਿੰਘ ਜੀ ਸੋਖੀ, ਮਹੰਤ ਸੰਤੋਖ ਸਿੰਘ ਜੀ, ਉਹ ਜਾਇਆ ਕਰਦੇ ਸੀ ਰਾਣੀਆਂ ਤੋਂ ਸਾਈਕਲ 'ਤੇ ਜਾਣਾ ਵਾਰ ਲਾਉਣ ਜੇ ਕਿਸੇ ਵੇਲੇ ਨਹੀਂ ਆਏ। ਅਤੇ ਇਹ ਜਿਹੜੇ ਗੁਰਮੁਖ ਸਿੰਘ ਨੇ, ਇਹਨਾਂ ਦੇ ਜਸਵੀਰ ਸਿੰਘ, ਇਹਨਾਂ ਕੁਛ ਭਰਾਵਾਂ ਨੇ ਜਾ ਕੇ ਮਾਤਾ ਸੁਰਜੀਤ ਕੌਰ ਨੇ ਉਠਾ ਕੇ ਲਿਜਾਣਾ, ਇਹਨਾਂ ਨੇ ਵਾਰ ਲਾ ਲੈਣੀ ਜਿਸ ਤਰ੍ਹਾਂ ਦੀ ਵੀ ਲੱਗਣੀ। ਹੌਲੀ ਹੌਲੀ ਸੁਣਨ ਵਾਲੇ ਵੀ ਘੱਟਦੇ ਗਏ ਅਤੇ ਲਾਉਣ ਵਾਲੇ ਵੀ ਘੱਟਦੇ ਗਏ। ਕੁਛ ਦਿਨ ਉਹ ਵੀ ਹੁਣੇ ਕਿ ਬੀਬੀ ਸੁਰਜੀਤ ਕੌਰ ਨੇ ਗੁਰਮੁਖ ਸਿੰਘ ਨੂੰ, ਇਹਦੇ ਭਰਾ ਬਲਦੇਵ ਸਿੰਘ ਨੂੰ, ਇਹਨਾਂ ਨੂੰ ਜੇ ਲੈ ਕੇ ਜਾਣਾ ਹੁਕਮ ਹੈ, ਉੱਥੇ ਜਾ ਕੇ ਵਾਰ ਲਾਉਣੀ ਹੈ, ਪੜ੍ਹ ਕੇ ਹੀ ਆ ਜਾਣਾ ਵਾਰ, ਜਿਸ ਤਰ੍ਹਾਂ ਦੀ ਲੱਗਣੀ ਲਾ ਆਉਣੀ। ਇੱਕ ਦਿਨ ਗੁਰਮੁਖ ਸਿੰਘ ਨੇ ਆਖਿਆ, ਮਾਤਾ ਤੂੰ ਸਾਨੂੰ ਸਵੇਰੇ ਸਵੇਰੇ ਉਠਾ ਕੇ ਉੱਥੇ ਲਿਜਾਨੀ ਇੰਨੀ ਠੰਡ 'ਚ, ਇੱਥੇ ਘਰੇ ਹੀ ਵਾਰ ਪੜ੍ਹ ਲਿਆ ਕਰਾਂਗੇ। ਮਾਤਾ ਨੇ ਆਖਿਆ, ਨਹੀਂ ਕਾਕਾ, ਹੁਕਮ ਸੱਚੇ ਪਾਤਸ਼ਾਹ ਦਾ, ਉੱਥੇ ਮੰਦਰ 'ਚ ਜਾ ਕੇ ਵਾਰ ਲਾਉਣੀ ਆ। ਇੱਕ ਦਿਨ ਵਾਰ ਲਾਉਂਦਿਆਂ ਊਂਗ ਜੀ ਆਈ, ਗੁਰਮੁਖ ਸਿੰਘ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਹੋਏ। ਪਿੱਛੋਂ ਕਲਾਬੇ 'ਚ ਲੈ ਕੇ ਆਖਦੇ ਨੇ, ਕੋਈ ਵੀ ਨਹੀਂ ਸੁਣਨ ਆਉਂਦਾ, ਮੈਂ ਤਾਂ ਉਹਨਾਂ ਨਾਲ ਸੁਣਨ, ਤੁਹਾਡੇ ਕਰਕੇ ਆਉਂਦਾ ਵਾਂ, ਤੁਹਾਡੀ ਵਾਰ ਮੈਂ ਸੁਣਦਾ, ਤੁਸੀਂ ਲਾਇਆ ਕਰੋ। ਸਤਿਸੰਗ ਜੀ, ਸੱਚੇ ਪਾਤਸ਼ਾਹ ਦੀ ਕਿਰਪਾ ਸੀ ਕਿ ਇਹਨਾਂ ਬੱਚਿਆਂ ਵਿੱਚ ਇਹ ਸਿੱਖੀ ਇਹਨਾਂ ਦੀ ਮਾਤਾ ਤੋਂ ਆਈ। ਇਹਨਾਂ ਦੀ ਮਾਤਾ ਜਿਹੜੀ ਹੈ ਉਹ ਮਸੂਰਵਾਲ ਵਾਲੇ ਪਰਿਵਾਰ ਬਾਰੇ ਵਿਰਕ ਜੀ ਨੇ ਦੱਸਿਆ, ਇਹ ਟਕਸਾਲੀ ਨਾਮਧਾਰੀ ਸਤਿਗੁਰੂ ਹਰੀ ਸਿੰਘ ਜੀ ਵੇਲੇ, ਸੰਤ ਸੇਵਾ ਸਿੰਘ ਜੀ, ਉਹਨਾਂ ਨੇ ਸਤਿਗੁਰਾਂ ਦੀਆਂ ਖੁਸ਼ੀਆਂ ਲਈਆਂ, ਸੱਚੇ ਪਾਤਸ਼ਾਹ ਜੀ ਦੇ ਦੌਰਾ ਜਦੋਂ ਗਿਆ ਉਹਨਾਂ ਦੇ ਘੋੜਿਆਂ ਦੀ ਸੰਗਤ ਦੀ ਸੇਵਾ ਕਰਕੇ, ਸੱਚੇ ਪਾਤਸ਼ਾਹ ਕਿਰਪਾ ਕੀਤੀ। ਹੁਣ ਗੁਰਮੁਖ ਸਿੰਘ ਜਦੋਂ ਬਿਲਕੁਲ ਆਖਰੀ ਦਿਨਾਂ 'ਤੇ ਸੀ, ਸਤਿਗੁਰੂ ਜੀ ਵਾਰ ਵਾਰ ਦਰਸ਼ਨ ਦੇਣ ਜਾਂਦੇ ਸੀ ਜਦੋਂ, ਅਤੇ ਅਖੀਰ 'ਤੇ ਹੁਣ ਜਿੱਦਣ ਦਰਸ਼ਨ ਦੇਣ ਗਏ, ਉਹਦੇ ਕੰਨ ਦੇ ਕੋਲੇ ਕਰਕੇ ਆਖਿਆ, ਗੁਰਮੁਖ ਹੁਣ ਆਸੇ ਪਾਸੇ ਬਿਲਕੁਲ ਧਿਆਨ ਛੱਡ ਕੇ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਲਾ, ਸਤਿਗੁਰੂ ਜਗਜੀਤ ਸਿੰਘ ਦਾ ਧਿਆਨ ਧਰ, ਤਾਂ ਕਿ ਤੂੰ ਉਹ ਸਤਿਗੁਰਾਂ ਦੇ ਚਰਨਾਂ 'ਚ ਜਾਵੇਂ। ਅਤੇ ਸੱਚਮੁੱਚ ਹੀ ਗੁਰਮੁਖ ਸਿੰਘ ਬੜੀ ਸਹਿਜ ਅਵਸਥਾ ਵਿੱਚ, ਇੰਨੇ ਸ਼ਬਦਾਂ ਨਾਲ ਹੀ ਸਮਾਪਤ ਕਰਦਾ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਉਹਨੇ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਇੱਕ ਵਿਸ਼ਵਾਸ ਪਾਤਰ ਸਿੱਖ ਸੇਵਕ ਹੁੰਦਿਆਂ ਹੋਇਆਂ ਆਪਣੀ ਜੀਵਨ ਯਾਤਰਾ ਸੰਪੂਰਨ ਕੀਤੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਪਰਿਵਾਰ ਨੂੰ ਇਸੇ ਤਰ੍ਹਾਂ ਹੀ ਸਿੱਖੀ ਬਖਸ਼ਣ, ਭਾਣੇ ਵਿੱਚ ਚੱਲਣ ਦਾ ਬਲ ਬਖਸ਼ਣ। ਇੰਨੇ ਸ਼ਬਦਾਂ ਨਾਲ ਹੀ ਖਿਮਾ ਦਾ ਜਾਚਕਾਂ, ਧੰਨਵਾਦ, ਸਤਿ ਸ਼੍ਰੀ ਅਕਾਲ। Oh,
ਫਰੀਦਾ
ਪਰ ਸੁਹਾਵੜੀ ਸੰਗ ਸੁਬਨੜੀ ਦੇ ਫਰੀਦਾ ਉਮਰ ਸੁਹਾਵੜੀ ਸੰਗ ਸੁਬਨੜੀ ਦੇ ਵਿਰਲੇ ਕੇਈ ਪਾਈਅਨ ਵਿਰਲੇ ਕੇਈ ਪਾਈਅਨ ਜਿਨਾ ਪਿਆਰੇ ਨੇ ਪੇ ਪਿਆਰੇ ਨੇ ਪਿਆਰੇ ਨੇ ਪ੍ਰਣਾਮ 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 ਆਨੰਦ ਗੁਣ ਨੇਦਾ ਆਨੰਦ ਗੁਣ ਨਿਧਾਨ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਜਨ ਕਉ ਪ੍ਰਭ ਆਪਣੇ ਕਾ ਤਾਨ ਜਨ ਕਉ ਪ੍ਰਭ ਆਪਣੇ ਕਾ ਤਾਨ ਉਹ ਜਨ ਕਉ ਪ੍ਰਭ ਆਪਣੇ ਕਾ ਤਾਨ ਪ੍ਰਭ ਆਪਣੇ ਕਾ ਤਾਨ ਜਨ ਕਾ ਪ੍ਰਭ ਆਪਣੇ ਕਾ ਤਾਨ
ਜਾਨ ਕਾ ਜੀ ਜੋ ਤੂੰ ਕਰਾਵੇ ਸੁਆਮੀ ਜੋ ਤੂੰ ਕਰਾਵੇ ਸੁਆਮੀ ਸਾ ਮਸਲਤ ਪਰਵਾਨ ਮੇਰੇ ਸਾਗੇ ਮਾ ਸਲਤ ਪਰਵਾਨ ਜਨ ਕਾ ਜੀ ਪ੍ਰਭ ਆਪਣੇ ਕਾ ਤਾਨ ਜਨ ਕਾ ਪ੍ਰਭ ਆਪਣੇ ਕਾ ਕਰ ਬਾਹਰ ਤੇਰਾ ਪਰ ਵਾਸਾ ਕਰ ਬਾਹਰ ਤੇਰਾ ਪਰ ਵਾਸਾ ਤੂੰ ਅਜਾਨ ਕੈ ਸੰਗ ਮੇਰੇ ਪ੍ਰਭ ਜੀ ਹੋ ਤੂੰ ਜਨ ਕੈ ਸੰਗ ਸੰਗ ਮਾ ਜੀ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਨਾਮ ਜਪਾ ਹਰ ਰੰਗ ਸਾਹਿਬਾ ਨਾਮ ਜਪਾ ਹਰ ਰੰਗ ਜਨ ਕਉ ਜੀ ਪ੍ਰਭ ਆਪਣੇ ਜਨ ਕਉ ਪ੍ਰਭ ਆਪਣੇ ਕਾਨ ਜਨ ਕਉ ਜੋ ਤੂੰ ਕਰਾਵੇ ਸੁਆਮੀ ਜੋ ਤੂੰ ਕਰਾਵੇ ਸੁਆਮੀ ਜਿਸਾ ਮਸਲਤ ਪਰਵਾਨ ਪਰਵਾਨ ਜਨ ਕਉ ਪ੍ਰਭ ਆਪਣੇ ਕਾ ਜਨ ਕਉ ਪ੍ਰਭ ਆਪਣੇ ਕਾ ਜਨ ਕਉ ਪ੍ਰਭ ਆਪਣੇ ਕਾ
ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੈ ਹੈ ਸੰਗ ਤੇਰੇ ਪਰੋਸੈ ਪਿਆਰੇ ਮੈਂ ਲਾਡ ਲਡਾਇਆ ਕਿਨ ਕੀ ਕੀਆ ਪਰਵਿਰਤ ਪਸਾਰਾ ਕਿਨ ਕੀ ਕੀਆ ਪੂਜਾ ਬਿਸਥਾਰਾ ਕਿਨ ਕੀ ਨਿਵਲ ਭੁਯੰਗਮ ਸਾਦੇ ਮੋਹੇ ਦੀਨ ਹਰ ਹਰਿਆ ਰਾਦੇ ਤੇਰਾ ਪਰੋਸਾ ਪਿਆਰੇ ਤੇਰਾ ਪਰੋਸਾ ਪਿਆਰੇ ਮੈਂ ਲਾਡ ਲਡਾਇਆ ਮੈਂ ਲਾਡ ਲਡਾਇਆ ਮੈਂ ਲਾਡ ਲਡਾਇਆ ਜੀ ਘਰ ਬਾਹਰ ਤੇਰਾ ਸਤਿਗੁਰੇ ਤੇਰੀ ਆਸ ਆਇਆ ਪਦਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਓ ਮੈਂ ਇਹ ਹਾਂ ਓਡਾਇਆ ਮੈਂ ਇਹ ਓਡਾਇਆ ਸਤਿਗੁਰ ਤੇਰਾ ਸਤਿਗੁਰ ਤੇਰਾ ਆਸਾਇਆ ਕਿ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੈ ਸੰਗ ਮੇਰੇ ਸਾਗੇ ਮਾਂ ਜਨ ਕਾ ਪ੍ਰਭ ਆਪਣੇ ਕਾ ਤਾ ਜਨ ਕਾ ਪ੍ਰਭ ਆਪਣੇ ਕਾ ਤਾ ਓ ਜੀ ਜਨ ਕਾ ਸਤ ਕਰ ਹੈ ਜਨ ਕਾ ਪ੍ਰਭ ਆਪਣੇ ਕਾ ਤਾ ਜਨ ਕਾ ਪ੍ਰਭ ਆਪਣੇ ਕਾ ਜਨ ਕਾ ਪ੍ਰਭ ਆਪਣੇ ਕਾ ਤਾਨ ਜੋ ਤੂੰ ਕਰਹ ਕਰਾਵੇ ਸੁਆਮੀ ਜੋ ਤੂੰ ਕਰਹ ਕਰਾਵੇ ਸੁਆਮੀ
ਸਾ ਮਸਲਤ ਪਰਵਾਨ ਗੁਰਮੁਖ ਹੁਕਮ ਮੰਨੇ ਸਹ ਕੇਰਾ ਗੁਰਮੁਖ ਹੁਕਮ ਮੰਨੇ ਸਖ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮੇ ਸਮੈ ਸਮਾਏ ਜੀ ਜੋ ਤੂੰ ਕਰਨ ਗੁਰਮੁਖ ਪੰਥ ਚਲਾਏ ਚੱਲ ਪਾਣੀਆ ਗੁਰਮੁਖ ਪੰਥ ਚਲਾਏ ਚੱਲ ਪਾਣੀਆ ਗੁਰਮੁਖ ਹੁਕਮ ਰਜਾਏ ਗੁਰਮੁਖ ਜਾਣਿਆ ਗੁਰਮੁਖ ਹੁਕਮ ਰਜਾ ਗੁਰਮੁਖ ਜਾਣਿਆ ਗੁਰਮੁਖ ਤੇਰਾ ਪਾਣਾ ਪਾਵੇ ਗੁਰਮੁਖ ਤੇਰਾ ਪਾਣਾ ਪਾਵੇ ਪਾਵੇ ਜੋ ਤੂੰ ਕਰਾ ਗੁਰਮੁਖ ਹਉਮੈ ਪਰ ਹਰੈ ਮਨ ਪਾਵੇ ਖਸਮੈ ਦਾ ਪਾਣਾ ਪੈਰੀ ਪੈ ਪਾ ਖਾਕ ਹੋ ਦਰਗਾਹ ਪਾਵੇ ਮਾਨ ਨਿਮਾਣਾ ਵਰਤਮਾਨ ਵਿੱਚ ਵਰਤਦਾ ਹੋਵਣਹਾਰ ਸੋਈ ਪਰਵਾਣਾ ਕਾਰਨ ਕਰਤਾ ਜੋ ਕਰੇ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸੁਕਰਾਣਾ ਕਰੇ ਸੁਕਰਾਣਾ ਜੋ ਤੂੰ ਕਰੇ ਸਵਾਮੀ ਸਾ ਮਸਲਤ ਪਰਵਾਨ ਤੇਰਾ ਕੀਆ ਮੀਠਾ ਲਾਗੈ ਤੇਰਾ ਕੀਆ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਹਰ ਨਾਮ ਪਦਾਰਥ ਨਾਨਕ ਮੰਗ ਤੇਰਾ ਕੀਆ ਮੀਠਾ ਲਾਗੈ ਜੀ ਜੋ ਤੂੰ ਕਰਾਂ ਤਨ ਤੇ ਛੁਟਕੀ ਆਪਣੀ ਧਾਰੀ ਜੀ ਪ੍ਰਭ ਕੀ ਆਗਿਆ ਪ੍ਰਭ ਕੀ ਆਗਿਆ ਪ੍ਰਭ ਕੀ ਆਗਿਆ
ਲੱਗੀ ਪਿਆਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਤੂੰ ਜੋ ਤੂੰ ਜੋ ਤੂੰ ਕਰੇ ਮੇਰੇ ਸਾਹਿਬਾ ਪਰਮਾਨ ਜਨ ਕਾ ਪ੍ਰਭ ਆਪਣੇ ਜਨ ਕਾ ਪ੍ਰਭ ਆਪਣੇ ਸਵਾਮੀ ਸਾ ਮਸਲਤ ਪਰਵਾਨ ਪਤ ਪਰਮੇਸ਼ਰ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਚਰਨ ਸਰਨ ਨਾਨਕ ਦਾਸ ਹਰ ਹਰ ਸੱਸੀ ਹਰ ਸੰਸੀ ਬਿਦ ਜਾਤੀ ਜਨ ਕਉ ਪ੍ਰਭ ਆਪਣੇ ਕਾ ਜਨ ਕਉ ਪ੍ਰਭ ਆਪਣੇ ਕਾ ਜਨ ਕਉ ਜੋ ਤੂੰ ਕਰੇ ਸਵਾਮੀ ਸਭ ਤੇਰੀ ਰਜਾਏ ਜੋ ਤੂੰ ਕਰੇ ਕਰਾਵੇ ਸਵਾਮੀ ਜੋ ਤੂੰ ਕਰੇ ਕਰਾਵੇ ਸਵਾਮੀ ਉਸਾ ਮਸਲਤ ਸਾ ਮਸਲਤ ਜਿਸਾ ਮਸਲਤ ਪਰਵਾਨ ਸਾਹਿਬਾ ਸਾ ਮਸਲਤ ਪਰਵਾਨ
ਪਰਵਾਨ ਮੇਰੇ ਸਾਹਿਬਾ ਸਾ ਮਸਲਤ ਪਰਵਾਨ ਮੇਰੇ ਸਾਹਿਬਾ ਸਾ ਮਸਲਤ ਪਰਵਾਨ ਮੇਰੇ ਸਾਹਿਬਾ ਸਪਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਸਪਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਸੋ ਸਪਨਾ ਕਾ ਪਿਆਰਾ ਪਿਆਰਾ ਸੋ ਸਪਨਾ ਕਾ ਪਿਆਰਾ ਹਰ ਕਾ ਜੋ ਹਰ ਕਾ ਪਿਆਰਾ ਸੋ ਸਪਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਸਪਨਾ ਕਾ ਪਿਆਰਾ ਸਪਨਾ ਕਾ ਜੀ ਪਿਆਰਾ ਸਪਨਾ ਕਾ ਪਿਆਰਾ ਸਪਨਾ ਕਾ ਪਿਆਰਾ ਹਰ ਕਾ ਪਿਆਰਾ ਸਪਨਾ ਕਾ ਪਿਆਰਾ ਹਰ ਕਾ ਪਿਆਰਾ ਸਪਨਾ ਕਾ ਪਿਆਰਾ ਜੋ ਹਰ ਕਾ ਹੋਰ ਕੇਤੀ ਚੱਖ ਚੱਖ ਆਵੇ ਜਾਵੇ ਹੋਰ ਕੇਤੀ ਚੱਖ ਚੱਖ ਆਵੇ ਜਾਵੇ ਹੋਰ ਕੇਤੀ ਚੱਖ ਚੱਖ ਆਵੇ ਜਾਵੇ ਹੋਰ ਆਵੇ ਜਾਵੇ ਸੋ ਸਪਨਾ ਪਿਆਰਾ ਹਰ ਕਾ ਪਿਆਰਾ ਸਪਨਾ ਕਾ ਪਿਆਰਾ
ਜਾ ਆਪ ਕਿਰਪਾ ਹੋਵੇ ਕਰ ਸਵਾਮੀ ਜਾ ਆਪ ਕਿਰਪਾ ਹੋਵੇ ਕਰ ਸਵਾਮੀ ਤਾਂ ਆਪਣਾ ਨਾ ਹਰੀ ਆਪ ਜਪਾ ਆਪ ਜਪਾਵੈ ਸੋ ਸਭ ਮਾਤਾ ਪਿਆਰਾ ਜੋ ਕਾਲਿਕਾ ਪਿਆਰ ਸੋ ਸਭ ਮਾਤਾ ਪਿਆਰਾ ਕਾਲਿਕਾ ਪਿਆਰਾ ਜੋ ਹਰਿਕਾ ਪਿਆਰਾ ਸਭਨਾ ਕਾ ਪਿਆਰਾ ਹਰਿਕਾ ਪਿਆਰਾ ਸਭਨਾ ਕਾ ਪਿਆਰਾ ਜੋ ਹਰਿਕਾ ਪਿਆਰਾ ਸਭਨਾ ਕਾ ਪਿਆਰਾ ਸਭਨਾ ਕਾ ਪਿਆਰਾ ਸਭਨਾ ਕਾ ਪਿਆਰਾ ਜੋ ਕਾਲਿਕਾ ਪਿਆਰਾ ਸਭਨਾ ਕਾ ਪਿਆਰਾ ਜੋ ਕਾਲਿਕਾ ਪਿਆਰਾ ਸਭਨਾ ਕਾ ਪਿਆਰਾ ਕਾਲਿਕਾ ਪਿਆਰਾ ਜਾ ਆਪ ਕਿਰਪਾਲ ਹੋਵੇ ਹਰ ਸਵਾਮੀ ਜਾਇਆ ਜਾਇਆ ਆਪ ਕਿਰਪਾਲ ਹੋਵੇ ਹਰ ਸਵਾਮੀ ਤਾਂ ਆਪਣਾ ਨਾ ਕਰ ਆਪ ਜਪਾਵੇ ਆਪ ਜਪਾਵੇ ਆਪੇ ਸਤਿਗੁਰ ਮੇਲ ਸੁਖ ਦੇਵੇ ਆਪੇ ਜੀ ਸਤਿਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਕਰ ਪਾਵੇ ਆਪਣਾ ਸੇਵਕ ਆਪ ਕਰ ਪਾਵੇ ਜੀ ਆਪਣਿਆ ਸੇਵਕਾਂ ਕੀ ਆਪ ਭੈਜ ਰੱਖੇ ਆਪਣਿਆ ਸੇਵਕਾਂ ਕੀ ਆਪ ਭੈਜ ਰੱਖੇ ਆਪਣਿਆ ਸੇਵਕਾਂ ਕੀ ਆਪ ਭੈਜ ਰੱਖੇ ਆਪਣੇ ਸੇਵਕ ਕੀ ਆਪੇ ਰੱਖਾਂ ਆਪੇ ਨਾਮ ਜਪਾਵੇ ਜਹਾਂ ਜਹਾਂ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ ਸੇਵਕ ਕੋ ਨਿਕਟੀ ਹੋਏ ਬੁਲਾਵੇ ਜੋ ਜੋ ਕਹੇ ਠਾਕੁਰ ਪਕੇ ਸੇਵਕ ਤਤਕਾਲ ਹੋਏਗਾ ਵੈ ਤਤਕਾਲ ਹੋਇਆ ਵੈ
ਜੀ ਆਪਣੀਆਂ ਸੇਵਕਾਂ ਦੀ ਆਪ ਪੈਜ ਰੱਖੈ ਆਪਣੀਆਂ ਸੇਵਕਾਂ ਦੀ ਆਪ ਪੈਜ ਰੱਖੈ ਹਰ ਜੁਗ ਜੁਗ ਭਗਤ ਪਾਇਆ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਪੈਜ ਰੱਖਦਾ ਆਇਆ ਰਾਮ ਰਾਜੇ ਆਪਣੀਆਂ ਸੇਵਕਾਂ ਕੀ ਆਪ ਪੈਜ ਰੱਖੇ ਆਪਣੀਆਂ ਭਗਤਾਂ ਕੀ ਪੈਰੀ ਪਾਵੇ ਆਪਣੀਆਂ ਭਗਤਾਂ ਕੀ ਪੈਰੀ ਪਾਵੇ ਜੀ ਧਰਮ ਰਾਏ ਹੈ ਹਰ ਕਾ ਕੀਆ ਧਰਮ ਰਾਏ ਧਰਮ ਰਾਏ ਹੈ ਹਰ ਕਾ ਕੀਆ ਧਰਮ ਧਰ ਆ ਧਰਮ ਰਾਏ ਹੈ ਹਰ ਕਾ ਕੀਆ ਸੰਤਨ ਮੋਕਾ ਪੂੰਜੀ ਸਭ ਪੀਤਾ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੇ ਗੋ ਧਰਮ ਰਾਏ ਧਰਮ ਰਾਏ ਅਬ ਕਹਾਂ ਕਰੇ ਗੋ ਜਾ ਫਾਟਿਓ ਸਗਲੋ ਲੇਖਾ ਜਾ ਫਾਟਿਓ ਸਗਲੋ ਲੇਖਾ ਧਰਮ ਰਾਏ ਕਹਾਂ ਕਰੇ ਗੋ ਧਰਮ ਰਾਏ ਹਰ ਕਾ ਕੀਆ ਚਿਤ੍ਰਗੁਪਤ ਕਾ ਲੇਖਾ ਫਾੜਿਆ ਜਮਦੂਤਾ ਕਛੂ ਨਾ ਚੱਲੀ ਚੱਲੀ ਧਰਮ ਰਾਏ ਹਰ ਕਾ ਕੀਆ ਜੋ ਖਾਦਿਕਾ
ਕਾ ਪਿਆਰਾ ਜੋ ਹਰਿ ਕਾ ਪਿਆਰਾ ਸੋ ਸਦਾ ਕਾ ਪਿਆਰਾ ਤੇਰੇ ਅਨੇਕ ਪੜਕ ਬਹੁ ਸਾਸਤ ਸਿਮਰਤ ਜੀ ਕਰ ਕਿਰਿਆ ਖਜ ਕਰਮ ਕਰੰਤਾ ਤੇਰੇ ਭਗਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰਾ ਹਰ ਭਗਵੰਤਾ ਜੋ ਹਰ ਕਾ ਪਿਆਰਾ ਸਭਨਾ ਕਾ ਪਿਆਰਾ ਏਕੋ ਸਖੀਆ ਏਕੋ ਪ੍ਰਿਓ ਸਖੀਆ ਸਭ ਪਿਰ ਕੀ ਜੋ ਪਿਰ ਭਾਵੈ ਸਾ ਭਲੀ ਜੋ ਪਿਰ ਭਾਵੈ ਸਾ ਭਲੀ ਜੋ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਸਭਨਾ ਕਾ ਪਿਆਰਾ ਸਭਨਾ ਕਾ ਪਿਆਰਾ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਾਹਿਬ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿਆ ਵੈ ਧਾਇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਸ੍ਰੀ ਸਤਿਗੁਰੂ ਬਾਲਕ ਸਿੰਘ ਸਿਮਰੀਆ ਧਰਮ ਦਾ ਮਾਰਗ ਦੀਆ ਬਤਾਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਜੰਮ ਤੋਂ ਲੀਆ ਛਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਸਿਮਰੀਆ ਰੁੱਟੀ ਲਈ ਮਿਲਾਏ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਿਮਰੀਆ ਸੋਚ ਸੋਧ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਨਮ ਮਰਨ ਦੁੱਖ ਜਾਏ ਸਤਿਗੁਰੂ ਜੀ ਸਭ ਥਾਈਂ ਹੋਵੋ ਸਹਾਏ
ਗੁਰੂ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਅੱਸੀ ਸ਼ਹੀਦ ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤਾ ਆਵੇ। ਸਤਿਗੁਰੂ ਜੀ ਪਾਤਸ਼ਾਹ ਅਸੀਂ ਸਦਾ ਹੀ ਭੁੱਲਣਹਾਰ ਜੀਵ ਹਾਂ, ਆਪ ਸਦਾ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ ਬੇਮੁੱਖ ਹੋ ਕੇ ਨਾ ਮਰੀਏ ਪਾਤਸ਼ਾਹ ਧਰਤੀ 'ਤੇ ਧਰਮ ਵਰਤਾਓ। ਕੁੱਲ ਸ੍ਰਿਸ਼ਟੀ ਆਪ ਜੀ ਦਾ ਨਾਮ ਜਪੇ, ਕੋਈ ਦੁਖੀਆ ਰਹੀ ਹੀ ਨਾ। ਸਤਿਗੁਰੂ ਜੀ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ। ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ, ਦੀਨਾ ਬੰਧੂ ਗਰੀਬ ਨਿਵਾਜ। ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਦੀਆਂ ਪਿਆਰੀਆਂ ਸੰਗਤਾਂ ਇਕੱਤਰ ਹੋ ਕੇ ਆਪ ਜੀ ਦੇ ਪਾਵਨ ਪਵਿੱਤਰ ਨਾਮ ਦਾ ਸਿਮਰਨ ਕੀਤਾ। ਆਪ ਜੀ ਦੇ ਦਰਸ਼ਨ ਨਿਮਿਤ ਪਿਛਲੇ ਪੈਰ ਦੇ ਦੀਵਾਨ ਸੱਜੇ ਨੇ ਪੜ੍ਹੀ ਸੁਣੀ ਗੁਰਬਾਣੀ ਆਪਣੇ ਦਰ 'ਤੇ ਪ੍ਰਵਾਨ ਕਰੋ। ਆਈ ਤੇ ਵੇਖ ਸੁਣ ਰਹੀ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।